ਦੁਨੀਆ ਦੀ ਹਰ ਚੀਜ਼ ਠੋਕਰ ਖਾਣ ਦੇ ਨਾਲ ਟੁੱਟ ਜਾਂਦੀ ਹੈ, ਪਰ ਇੱਕ ਕਾਮਯਾਬੀ ਅਜਿਹੀ ਚੀਜ਼ ਹੈ ਜਿਹੜੀ ਠੋਕਰ ਖਾਣ ਦੇ ਨਾਲ ਦੂਣੀ ਚੌਣੀ ਹੋ ਕੇ ਮਿਲਦੀ ਹੈ। ਸੋ ਕਾਮਯਾਬੀ ਨੂੰ ਜੇ ਵਾਕਈ ਜ਼ਿੰਦਗੀ 'ਚ ਦੁੱਗਣਾ ਚੌਗਣਾ ਕਰਨਾ ਚਾਹੁੰਦੇ ਹੋ ਤਾਂ ਫਿਰ ਠੋਕਰਾਂ ਦਾ ਲੱਗਣਾ ਬਹੁਤ ਜ਼ਰੂਰੀ ਹੈ। ਜਦੋਂ ਠੋਕਰ ਲੱਗਦੀ ਹੈ ਨਾ ਤਾਂ ਇਨਸਾਨ ਬਹੁਤ ਸਾਰੀਆਂ ਚੀਜ਼ਾਂ ਤੋਂ ਸੁਚੇਤ ਹੋ ਜਾਂਦਾ, ਅਤੇ ਜਦੋਂ ਅਸੀਂ ਕਿਸੇ ਵੀ ਚੀਜ਼ ਤੋਂ ਸੁਚੇਤ ਹੋ ਜਾਂਦੇ ਹਾਂ ਫਿਰ ਅਸੀਂ ਸੰਭਲ ਕੇ ਚੱਲਦੇ ਹਾਂ, ਫਿਰ ਹੋਣ ਵਾਲੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਤੋਂ ਵੀ ਗੁਰੇਜ਼ ਕਰਦੇ ਹਾਂ, ਆਪਣੇ ਆਪ ਨੂੰ ਬਚਾਉਂਦੇ ਹਾਂ। ਔਰ ਜਦੋਂ ਅਸੀਂ ਆਪਣੇ ਆਪ ਨੂੰ ਬਚਾਉਣਾ ਸਿੱਖ ਜਾਂਦੇ ਹਾਂ ਨਾ ਉਗੜੇ ਦੁਗੜੇ ਰਾਹਾਂ ਤੋਂ, ਔਰ ਜਿਹੜੇ ਰਾਹ ਜਿਹੜੇ ਆ ਸਾਨੂੰ ਜ਼ਿੰਦਗੀ ਦੇ ਵਿੱਚ ਪਿੱਛੇ ਨੂੰ ਖਿੱਚਦੇ ਨੇ ਜਾਂ ਫਿਰ ਸਾਨੂੰ ਨੁਕਸਾਨ ਵਾਲੇ ਰਾਹਾਂ ਦੇ ਵੱਲ ਲਿਜਾਉਂਦੇ ਨੇ ਉਹਨਾਂ ਤੋਂ ਬਚਾ ਦਿੰਦੇ ਨੇ, ਜਦੋਂ ਉਹਨਾਂ ਰਾਹਾਂ 'ਤੇ ਅਸੀਂ ਚੱਲਣਾ ਸਿੱਖ ਜਾਂਦੇ ਹਾਂ ਤਾਂ ਫਿਰ ਜ਼ਿੰਦਗੀ 'ਚ ਕਾਮਯਾਬ ਜ਼ਰੂਰ ਹੁੰਦੇ ਹਾਂ। ਸੋ ਇਸ ਕਰਕੇ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਠੋਕਰਾਂ ਲੱਗਣੀਆਂ ਬਹੁਤ ਜ਼ਰੂਰੀ ਨੇ। ਖਾਸ ਤੌਰ 'ਤੇ ਜਿਹੜੇ ਇਨਸਾਨ ਜ਼ਿੰਦਗੀ ਦੇ ਵਿੱਚ ਠੋਕਰਾਂ ਦਾ ਸਾਹਮਣਾ ਕਰਦੇ ਨੇ ਉਹ ਉਨੇ ਹੀ ਮਜ਼ਬੂਤ ਹੋ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਉੱਭਰਦੇ ਨੇ ਅਤੇ ਫਿਰ ਕਿਸੇ ਨਾ ਕਿਸੇ ਅਜਿਹੇ ਮੁਕਾਮ 'ਤੇ ਪਹੁੰਚ ਜਾਂਦੇ ਨੇ ਜਿੱਥੇ ਜਾ ਕੇ ਮਾਣ ਮਹਿਸੂਸ ਹੁੰਦਾ ਆਪਣੇ ਆਪ 'ਤੇ। ਸੋ ਇਸ ਕਰਕੇ ਜੇ ਜ਼ਿੰਦਗੀ ਦੇ ਵਿੱਚ ਕਦੇ ਵੀ ਠੋਕਰਾਂ ਦਾ ਸਾਹਮਣਾ ਕਰਨਾ ਪਵੇ ਤਾਂ ਕਦੇ ਵੀ ਆਪਣੇ ਆਪ ਨੂੰ ਡੋਲਣ ਨਾ ਦਿਓ, ਕਿਉਂਕਿ ਠੋਕਰਾਂ ਹਮੇਸ਼ਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਪਰਪੱਕ ਬਣਾਉਣ ਦੇ ਲਈ ਆਉਂਦੀਆਂ ਨੇ, ਹਮੇਸ਼ਾ ਤੁਹਾਨੂੰ ਬਿਹਤਰ ਰਾਸਤਾ ਸਿਖਾਉਂਦੀਆਂ ਨੇ ਅਤੇ ਤੁਹਾਨੂੰ ਮਜ਼ਬੂਤ ਇਨਸਾਨ ਬਣਾਉਂਦੀਆਂ ਨੇ। ਉਮੀਦ ਹੈ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਵਿਚਾਰ ਚੰਗਾ ਲੱਗਿਆ ਹੋਏਗਾ। ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਾਡੇ ਪ੍ਰੋਗਰਾਮ ਦੇ ਸਪੋਂਸਰਸ ਦਾ, ਕਿਉਂਕਿ ਅੱਜ ਸਾਡੇ ਇਸ ਪਰਿਵਾਰ ਦੇ ਵਿੱਚ ਸਾਡੇ ਦੋ ਨਵੇਂ ਸਪੋਂਸਰਸ ਜਿਨ੍ਹਾਂ ਦਾ ਪ੍ਰੋਗਰਾਮ ਦੇ ਵਿੱਚ ਵਾਧਾ ਹੋਣ ਜਾ ਰਿਹਾ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਡੇ ਗਿੱਲ ਆਂਟੀ ਜੀ ਦਾ, ਜੋ ਹਮੇਸ਼ਾ ਸਾਡੇ ਵਿਹੜੇ 'ਤੇ ਆਉਂਦੇ ਨੇ, ਰੌਣਕਾਂ ਲਾਉਂਦੇ ਨੇ ਅਤੇ ਬਿਲਕੁਲ ਜੀ ਉਹਨਾਂ ਰੌਣਕਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਰੰਗ ਜਾਂਦੇ ਨੇ। ਸੋ ਗਿੱਲ ਆਂਟੀ ਜੀ ਵੱਲੋਂ ਗਗਨਦੀਪ ਦੇ ਇਸ ਸ਼ੋਅ ਨੂੰ, ਦੀਪ ਲਾਈਵ ਨੂੰ ਸਪੋਂਸਰ ਕੀਤਾ ਗਿਆ। ਸੋ ਗਿੱਲ ਆਂਟੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੀ ਮਿਹਨਤ ਦੀ ਨੇਕ ਕਮਾਈ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਅਤੇ ਨਾਲ ਹੀ ਸਾਡੀ ਕੈਨੇਡਾ ਵਾਲੀ ਭੈਣ ਅਤੇ ਮਰਜਣਾ ਪਾਪੀ ਜੀ। ਸੋ ਬਿਲਕੁਲ ਉਹ ਹਮੇਸ਼ਾ ਜਦੋਂ ਵੀ ਆਉਂਦੇ ਆ ਨਾ ਇਕੱਠੇ ਆਉਂਦੇ ਨੇ ਅਤੇ ਅੱਜ ਫਿਰ ਉਹਨਾਂ ਨੇ ਵੀ ਸਾਡੇ ਇਸ ਪ੍ਰੋਗਰਾਮ ਨੂੰ ਮਾਨਦਾਨ ਬਖਸ਼ਿਆ ਅਤੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ। ਸੋ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਜੀ ਮਰਜਣਾ ਪਾਪੀ ਜੀ ਤੁਹਾਡਾ ਅਤੇ ਸਾਡੀ ਕੈਨੇਡਾ ਵਾਲੀ ਭੈਣ ਦਾ, ਜੋ ਸਾਰਿਆਂ ਦਾ ਇੰਟਰਟੇਨਮੈਂਟ ਵੀ ਕਰਦੀ ਹੈ, ਵੱਖਰੇ ਵੱਖਰੇ ਰੰਗਾਂ ਦੇ ਵਿੱਚ ਸਾਡੇ ਸਮੰਚ 'ਤੇ ਆਉਂਦੀ ਹੈ ਔਰ ਸਾਡੇ ਸਾਰਿਆਂ ਦਾ ਨਾ ਜੀ ਲਵਾ ਕੇ ਵਗ ਜਾਂਦੀ ਹੈ ਅਤੇ ਨਾਲ ਹੀ ਬਰਫ਼ ਦੇ ਗੋਲੇ ਜਿਹੜੇ ਆ ਉਹ ਸੁੱਟਣ ਦੇ ਵਿੱਚ ਕੰਜੂਸੀ ਨਹੀਂ ਕਰਦੀ, ਚਾਹੇ ਕੈਨੇਡਾ ਤੋਂ ਪੰਜਾਬ ਵੀ ਸੁੱਟਣੇ ਹੋਣ ਅਤੇ ਚਾਹੇ ਉਹ ਬਰਫ਼ ਦੇ ਗੋਲੇ ਨਾ ਪਾਣੀ ਬਣ ਕੇ ਸਾਡੇ ਕੋਲ ਪਹੁੰਚਣ, ਪਰ ਜ਼ਿੰਮੇਵਾਰੀ ਸਾਡੀ ਜਿਹੜੀ ਕੈਨੇਡਾ ਵਾਲੀ ਭੈਣ ਪੂਰੀ ਨਿਭਾਉਂਦੀ ਹੈ ਅਤੇ ਵਾਅਦੇ ਦੀ ਵੀ ਪੱਕੀ ਹੈ। ਕੱਲ੍ਹ ਵਾਅਦਾ ਕੀਤਾ ਸੀ ਕਿ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਅਤੇ ਅੱਜ ਸਪੋਂਸਰ ਵੀ ਕਰ ਦਿੱਤਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੀ ਕੈਨੇਡਾ ਵਾਲੀ ਭੈਣ ਦਾ, ਗਿੱਲ ਆਂਟੀ ਜੀ ਦਾ ਅਤੇ ਕਮਲਜੀਤ ਕੌਰ ਜੀ ਦਾ ਇਟਲੀ ਵਾਲਿਆਂ ਦਾ, ਜਿਨ੍ਹਾਂ ਨੇ ਬੇਟੇ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਅਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਜਸਵਿੰਦਰ ਜੀ ਹੋਰਾਂ ਦਾ ਜੋ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਬਖਸ਼ੀ ਜੀ ਦੁਬਈ ਤੋਂ ਜੋ ਹਮੇਸ਼ਾ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਦਾ ਵਾਅਦਾ ਸਾਡੇ ਨਾਲ ਕਰ ਚੁੱਕੇ ਨੇ। ਸੋ ਬਖਸ਼ੀ ਜੀ ਦਿਲੋਂ ਤੁਹਾਡਾ ਵੀ ਸ਼ੁਕਰੀਆ ਅਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਡੇ ਇਟਲੀ ਵਾਲੇ ਉਹਨਾਂ ਸਰੋਤਿਆਂ ਦਾ ਜੋ ਹਮੇਸ਼ਾ ਨਾਮ ਦੀ ਸਾਂਝ ਪਾਉਣ ਤੋਂ ਗੁਰੇਜ਼ ਕਰਦੇ ਨੇ ਪਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਰਿਆਂ ਨੇ ਇੰਨਾ ਮਾਣ ਬਖਸ਼ਿਆ। ਸੋ ਵਾਕਈ ਬਹੁਤ ਖੁਸ਼ੀ ਹੁੰਦੀ ਹੈ ਕਿ ਵਾਕਈ ਅਸੀਂ ਕਿਸੇ ਚੰਗੀ ਰਾਹ 'ਤੇ ਚੱਲੇ ਹਾਂ ਅਤੇ ਕੁਝ ਚੰਗੀਆਂ ਗੱਲਾਂ ਦੀ ਸਾਂਝ ਪੈਂਦੀ ਹੈ ਜਿਹਦੇ ਕਰਕੇ ਤੁਸੀਂ ਵਾਕਈ ਇਸ ਪ੍ਰੋਗਰਾਮ ਨੂੰ ਇੰਨਾ ਮਾਣ ਤਾਨ ਬਖਸ਼ ਰਹੇ ਹੋ। ਸੋ ਇੱਕ ਵਾਰ ਫਿਰ ਤੋਂ ਸਾਰੇ ਹੀ ਪ੍ਰੋਗਰਾਮ ਦੇ ਸਪੋਂਸਰਸ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ, ਸ਼ੁਕਰੀਆ ਅਦਾ ਕਰਦੀ ਹਾਂ। ਅਤੇ ਜੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਂਝ ਬਣਾਉਣਾ ਚਾਹੁੰਦੇ ਹੋ, ਸਪੋਂਸਰਸ਼ਿਪ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ, ਸੋ ਬਿਲਕੁਲ ਤੁਸੀਂ ਵੀ ਸਪੋਂਸਰ ਕਰ ਸਕਦੇ ਹੋ। ਸੋ ਲਿਮਿਟ ਕੋਈ ਨਹੀਂ ਹੈ ਕਿੰਨੀ ਅਮਾਊਂਟ ਹੈ, ਜਿੰਨੀ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਸਪੋਂਸਰ ਕਰ ਸਕਦੇ ਹੋ। ਮਹੀਨੇ ਲਈ ਕਰ ਸਕਦੇ ਹੋ, 2 ਮਹੀਨੇ ਲਈ ਕਰ ਸਕਦੇ ਹੋ, ਪਰਮਾਨੈਂਟ ਕਰ ਸਕਦੇ ਹੋ। ਸੋ ਜਿੱਦਾਂ ਵੀ ਤੁਹਾਨੂੰ ਠੀਕ ਲੱਗੇ, ਇਹ ਛੋਟੀ ਜਿਹੀ ਮੇਰੀ ਗੁਜ਼ਾਰਿਸ਼। ਅਤੇ ਫਿਲਹਾਲ ਹੁਣ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਸਿਲਸਿਲੇ ਦੇ ਵੱਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲੈ ਕੇ ਪਹੁੰਚ ਗਏ ਜੀ ਇੱਕ ਵਿਸ਼ਾ,
ਜਿਹੜਾ ਮੈਨੂੰ ਲੱਗਦਾ ਵੀ ਸਾਡੇ ਸਮਾਜ ਦੇ ਵਿੱਚ ਜ਼ਰੂਰ ਗੱਲਬਾਤ ਦਾ ਵਿਸ਼ਾ ਹੋਣਾ ਚਾਹੀਦਾ। ਸੋ ਅੱਜ ਦਾ ਪ੍ਰੋਗਰਾਮ ਦਾ ਵਿਸ਼ਾ ਹੈਗਾ ਸਾਡੇ ਖਾਣੇ ਦੇ ਨਾਲ ਜੁੜਿਆ, ਕਿਉਂਕਿ ਜਦੋਂ ਵੀ ਖਾਣੇ ਦੀ ਗੱਲ ਆਉਂਦੀ ਹੈ ਨਾ ਤਾਂ ਸਾਡੀ ਸਿਹਤ ਦਾ ਜ਼ਿਕਰ ਸਭ ਤੋਂ ਪਹਿਲਾਂ ਆ ਜਾਂਦਾ, ਕਿਉਂਕਿ ਅਸੀਂ ਚੰਗਾ ਖਾਣਾ ਖਾਵਾਂਗੇ ਤਾਂ ਹੀ ਅਸੀਂ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਹਾਂ। ਅਤੇ ਜਦੋਂ ਅਸੀਂ ਸਿਹਤਮੰਦ ਆਪਣੇ ਆਪ ਨੂੰ ਰੱਖਾਂਗੇ ਤਾਂ ਫਿਰ ਅਸੀਂ ਫਿੱਟ ਵੀ ਰਹਾਂਗੇ। ਜਦੋਂ ਅਸੀਂ ਫਿੱਟ ਹਾਂ ਤਾਂ ਫਿਰ ਦਿਲ ਦਿਮਾਗ ਜਿਹੜਾ ਚੰਗੇ ਤਰੀਕੇ ਦੇ ਨਾਲ ਕੰਮ ਕਰਦਾ, ਤਰੱਕੀਆਂ ਜਿਹੜੀਆਂ ਨੇ ਆਪਣੇ ਆਪ ਸਾਡੇ ਕੋਲ ਆਉਣ ਲੱਗ ਜਾਂਦੀਆਂ। ਪਰ ਯਕੀਨ ਮੰਨਿਓ, ਜਦੋਂ ਅਸੀਂ ਖਾਣਾ ਜਿਹੜਾ ਪ੍ਰੋਪਰ ਨਹੀਂ ਖਾਂਦੇ ਹਾਂ, ਸਿਹਤ ਜਿਹੜੀ ਹੈ ਸਾਡੀ ਨਾਸਾਜ ਹੋ ਜਾਂਦੀ ਹੈ, ਬਿਮਾਰੀਆਂ ਸਾਨੂੰ ਆ ਕੇ ਘੇਰ ਲੈਂਦੀਆਂ ਨੇ, ਅਤੇ ਉਸ ਵੇਲੇ ਫਿਰ ਜਿਹੜੇ ਹਾਲਾਤ ਸਾਡੇ ਜ਼ਿੰਦਗੀ ਦੇ ਵਿੱਚ ਬਣ ਜਾਂਦੇ ਨੇ ਉਹ ਬਹੁਤ ਔਖੇ ਹੋ ਜਾਂਦੇ ਆ। ਸੋ ਇਹਨਾਂ ਔਖੇ ਹਾਲਾਤਾਂ ਦੇ ਵਿੱਚੋਂ ਨਿਕਲਣਾ, ਨਿਗਰਨਾ ਬਹੁਤ ਔਖਾ ਹੁੰਦਾ। ਸੋ ਇਸ ਕਰਕੇ ਅੱਜ ਅਸੀਂ ਖਾਣੇ ਦੀਆਂ ਗੱਲਾਂ ਕਰਨੀਆਂ ਨੇ, ਕਿਉਂਕਿ ਇਨਸਾਨ ਨੂੰ ਜਿਉਣ ਦੇ ਲਈ ਨਾ ਖਾਣਾ ਸਭ ਤੋਂ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਖਾਣੇ ਦੇ ਨਾਲ ਬਹੁਤ ਤਰ੍ਹਾਂ ਦੇ ਖਿਲਵਾੜ ਜਿਹੜੇ ਆ ਲਗਾਤਾਰ ਸਾਨੂੰ ਵੇਖਣ ਨੂੰ ਮਿਲਦੇ ਨੇ, ਚਾਹੇ ਉਹ ਸਫਾਈ ਦੇ ਨਾਲ ਜੁੜਿਆ ਹੋਇਆ ਪੱਖ ਹੋਵੇ, ਅਤੇ ਚਾਹੇ ਖਾਣੇ ਦੀ ਸ਼ੁੱਧਤਾ ਦੇ ਨਾਲ ਜੁੜਿਆ ਪੱਖ ਹੋਵੇ, ਅਤੇ ਚਾਹੇ ਬੇਹਾ ਤਵਿਆ ਖਾਣਾ ਜਿਹੜਾ ਪਰੋਸਿਆ ਜਾਂਦਾ ਉਹਦਾ ਪੱਖ ਹੋਵੇ। ਸੋ ਬਹੁਤ ਸਾਰੀਆਂ ਗੱਲਾਂ ਨੇ, ਤੁਸੀਂ ਅੱਜ ਕਿਸੇ ਵੀ ਵਿਸ਼ੇ ਨੂੰ ਇਸ ਮੰਚ 'ਤੇ ਆ ਕੇ ਛੂ ਸਕਦੇ ਹੋ, ਕਿਸੇ ਵੀ ਵਿਸ਼ੇ 'ਤੇ ਆਪਣੇ ਵਿਚਾਰ ਜਿਹੜੇ ਆ ਸਾਂਝੇ ਕਰ ਸਕਦੇ ਹੋ, ਪਰ ਉਹ ਵਿਸ਼ਾ ਜਿਹੜਾ ਸਾਡੇ ਖਾਣੇ ਦੇ ਨਾਲ ਜੁੜਿਆ ਹੋਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਸਾਡੇ ਜਿਹੜੇ ਕੰਮ ਕਰਨ ਦੇ ਤੌਰ ਤਰੀਕੇ ਨੇ ਉਹ ਵੀ ਬਦਲ ਗਏ ਨੇ, ਸਾਡਾ ਲਾਈਫ ਸਟਾਈਲ ਜਿਹੜਾ ਬਦਲਦਾ ਜਾ ਰਿਹਾ। ਔਰ ਇਸ ਬਦਲਦੇ ਹੋਏ ਲਾਈਫ ਸਟਾਈਲ ਦੇ ਵਿੱਚ ਨਾ ਬਹੁਤ ਸਾਰੇ ਘਰਾਂ ਦੇ ਵਿੱਚ ਰੋਟੀ ਬਣਨ ਤੋਂ ਆਪਾਂ ਜਿਹੜੀ ਹੈ ਕੌਲ ਕਰ ਜਾਂਦੇ ਹਾਂ, ਕਿਉਂਕਿ ਥੱਕੇ ਟੁੱਟੇ ਵੀ ਹੁੰਦੇ ਹਾਂ, ਅਤੇ ਕਈ ਵਾਰ ਬਾਹਰ ਖਾਣ ਦਾ ਇੱਕ ਟ੍ਰੈਂਡ ਜਿਹੜਾ ਵੈਸੇ ਵੀ ਸਾਨੂੰ ਐਂ ਲੱਗਦਾ ਵੀ ਜੇ ਅਸੀਂ ਬਾਹਰ ਖਾਂਦੇ ਹਾਂ, ਚੰਗੀਆਂ ਥਾਵਾਂ 'ਤੇ ਖਾਂਦੇ ਹਾਂ, ਫੋਟੋਆਂ ਖਿੱਚ ਕੇ ਆਉਂਦੇ ਹਾਂ, ਅਤੇ ਉਹ ਚੀਜ਼ਾਂ ਵੀ ਸਾਨੂੰ ਅਟਰੈਕਟ ਕਰ ਰਹੀਆਂ ਨੇ, ਜਿਹਦੇ ਕਰਕੇ ਬਾਹਰ ਘਰਾਂ ਤੋਂ ਖਾਣੇ ਖਾਣ ਦਾ ਜਿਹੜਾ ਪ੍ਰਚਲਨ ਵੱਧਦਾ ਜਾ ਰਿਹਾ, ਪਰ ਜਿਹਦਾ ਨੁਕਸਾਨ ਸਾਡੀਆਂ ਸਿਹਤਾਂ ਨੂੰ ਹੋ ਰਿਹਾ। ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਵੀ ਆਪਣੇ ਜ਼ਹਿਨ ਦੇ ਵਿੱਚ ਸੋਚੀ ਹੋਈਆਂ ਨੇ, ਜਿਨ੍ਹਾਂ ਦੀ ਸਾਂਝ ਪਾਵਾਂਗੇ, ਅਤੇ ਤੁਸੀਂ ਵੀ ਦੱਸਣਾ। ਔਰ ਸਭ ਤੋਂ ਵੱਡੀ ਗੱਲ ਅੱਜ ਆਪਾਂ ਨੰਨੇ ਮੁੰਨੇ ਬੱਚਿਆਂ ਦੀ ਵੀ ਕਰਨੀ ਹੈ, ਕਿਉਂਕਿ ਅਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਉੱਪਰ ਕਲੀਅਰ ਕੱਟ ਲਿਖਿਆ ਹੁੰਦਾ ਕਿ ਇਹ 19 ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਚੀਜ਼ਾਂ ਨਹੀਂ ਦੇਣੀਆਂ, ਪਰ ਅਫਸੋਸ ਉੱਥੇ ਹੀ ਅਸੀਂ ਉਹਨਾਂ ਬੱਚਿਆਂ ਦੇ ਹੱਥਾਂ ਦੇ ਵਿੱਚ ਉਹ ਚੀਜ਼ਾਂ ਵੇਖਦੇ ਹਾਂ ਜਿਨ੍ਹਾਂ ਤੋਂ ਬੱਚਿਆਂ ਨੂੰ ਵਰਜਿਆ ਗਿਆ ਹੁੰਦਾ ਕਿ ਬੱਚਿਆਂ ਨੂੰ ਇਹ ਨਹੀਂ ਦੇਣੀਆਂ। ਔਰ ਉਸ ਤੋਂ ਵੀ ਵੱਡੀ ਗੱਲ ਹੈ, ਜਿਹੜੇ ਬੱਚੇ ਸਕੂਲ ਜਾਂਦੇ ਨੇ, ਬਹੁਤ ਸਾਰੇ ਸਕੂਲਾਂ ਦੇ ਵੱਲੋਂ ਹੁਣ ਸਖਤੀ ਕੀਤੀ ਗਈ ਹੈ ਕਿ ਬੱਚਿਆਂ ਦੇ ਸਕੂਲ ਦੇ ਵਿੱਚ ਰੋਟੀ ਸਬਜ਼ੀ ਫਰੂਟ ਜਿਹੜਾ ਹੋਣਾ ਕੰਪਲਸਰੀ ਹੈ, ਜ਼ਰੂਰੀ ਹੈ। ਸੋ ਜਿਹਦੇ ਕਰਕੇ ਬੱਚਿਆਂ ਦੇ ਟਿਫਿਨ ਦੇ ਵਿੱਚ ਕਿਤੇ ਨਾ ਕਿਤੇ ਹੁਣ ਚੰਗੀਆਂ ਚੀਜ਼ਾਂ ਜਿਹੜੀਆਂ ਜਾਣੀਆਂ ਸ਼ੁਰੂ ਹੋਈਆਂ ਨੇ, ਪਰ ਵਿੱਚ ਇੱਕ ਸਮਾਂ ਇਹ ਵੀ ਆ ਗਿਆ ਸੀ ਕਿ ਬੱਚਿਆਂ ਦੇ ਟਿਫਿਨਾਂ ਦੇ ਵਿੱਚ ਵੀ ਅਜਿਹੀਆਂ ਚੀਜ਼ਾਂ ਜਾਣ ਲੱਗ ਗਈਆਂ ਸੀ ਜਿਹੜੀਆਂ ਬੱਚਿਆਂ ਦੀ ਸਿਹਤ ਨੂੰ ਤਾਂ ਚੰਗਾ ਅਸਰ ਜਿਹੜਾ ਨਹੀਂ ਪ੍ਰਦਾਨ ਕਰਦੀਆਂ ਸੀ, ਉਹਨਾਂ ਦੀ ਸਿਹਤ ਦਾ ਹੀ ਨੁਕਸਾਨ ਕਰਦੀਆਂ ਸੀ। ਸੋ ਅੱਜ ਇਸ ਵਿਸ਼ੇ 'ਤੇ ਗੱਲਾਂ ਬਾਤਾਂ ਜਿਹੜੀਆਂ ਆਪਣੀਆਂ ਇਸ ਪ੍ਰੋਗਰਾਮ ਦੇ ਵਿੱਚ ਰਹਿਣਗੀਆਂ। ਤੁਸੀਂ ਇਸ ਪ੍ਰੋਗਰਾਮ 'ਚ ਕਿਵੇਂ ਆ ਸਕਦੇ ਹੋ, ਫੋਨ ਨੰਬਰ ਫਟਾਫਟ ਨੋਟ ਕਰ ਲਓ। ਸੋ ਭਾਰਤੀ ਸਟੂਡੀਓ ਦਾ ਨੰਬਰ ਹੈ ਜੀ +91 ਲਗਾ ਕੇ 762-698-33-91, ਇਸ ਨੰਬਰ ਨੂੰ ਤੁਸੀਂ ਡਾਇਲ ਕਰ ਲੈਣਾ ਅਤੇ ਤੁਸੀਂ ਇਸ ਮੰਚ 'ਤੇ ਜੁੜ ਜਾਓਗੇ, ਸਾਡੇ ਨਾਲ ਸਾਂਝ ਤੁਹਾਡੀ ਬਣ ਜਾਣੀ ਆ। ਸੋ ਬਿਲਕੁਲ ਜੀ, ਸਾਨੂੰ ਇੰਤਜ਼ਾਰ ਤੁਹਾਡਾ ਸਾਰਿਆਂ ਦਾ, ਅਤੇ ਮੇਰੇ ਕੋਲ ਬਹੁਤ ਸਾਰੇ ਸੁਨੇਹੇ ਜਿਹੜੇ ਆ ਚੁੱਕੇ ਨੇ, ਫੇਸਬੁੱਕ ਦੇ ਜ਼ਰੀਏ ਵੀ ਸਾਡੇ ਬਹੁਤ ਸਾਰੇ ਸਰੋਤੇ ਆ ਜਿਹੜੇ ਜੁੜ ਚੁੱਕੇ ਨੇ। ਸੋ ਮੇਰੀ ਇੱਕੋ ਹੀ ਗੁਜ਼ਾਰਿਸ਼ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਰਹੂਗੀ ਕਿ ਇਸ ਪ੍ਰੋਗਰਾਮ ਦੇ ਲਿੰਕ ਨੂੰ ਤੁਸੀਂ ਜਿਹੜਾ ਸ਼ੇਅਰ ਜ਼ਰੂਰ ਕਰਨਾ, ਵਟਸਐਪ ਦੇ ਜ਼ਰੀਏ ਮੈਂ ਤੁਹਾਡੇ ਤੱਕ ਲਿੰਕ ਜਿਹੜਾ ਪਹੁੰਚਾ ਦਿੱਤਾ। ਸੋ ਇਸ ਕਰਕੇ ਹੁਣ ਇੰਨੀ ਕੁ ਗੁਜ਼ਾਰਿਸ਼ ਹੈ, ਸ਼ੇਅਰ ਜ਼ਰੂਰ ਕਰੋ, ਅਤੇ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਆਪਾਂ ਪਾਵਾਂਗੇ ਵਿਚਾਰਾਂ ਦੀ ਸਾਂਝ। ਅਤੇ ਲਓ ਫਿਰ ਹੁਣ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕਾਲਸ ਵੀ ਆ ਚੁੱਕੀਆਂ ਨੇ, ਸੁਨੇਹੇ ਵੀ ਆ ਚੁੱਕੇ ਨੇ, ਅਤੇ ਕਰਦੇ ਹਾਂ ਫਿਰ ਆਪਾਂ ਇਹਨਾਂ ਸੁਨੇਹਿਆਂ ਦੀ ਅਤੇ ਕਾਲਸ ਦੀ ਸ਼ੁਰੂਆਤ। ਅਤੇ ਸਭ ਤੋਂ ਪਹਿਲਾਂ ਵਟਸਐਪ ਦੇ ਜ਼ਰੀਏ ਮੇਰੇ ਕੋਲ ਜਿਹੜੇ ਸਰੋਤੇ ਪਹੁੰਚ ਚੁੱਕੇ ਨੇ ਸੁਨੇਹਿਆਂ ਦੇ ਨਾਲ, ਉਹਨਾਂ ਦੇ ਵੱਲ ਚੱਲਦੇ ਹਾਂ। ਸੋ ਸਭ ਤੋਂ ਪਹਿਲਾਂ ਸੁਨੇਹਾ ਹਰਮਨਜੋਤ ਨਿਊ ਜਰਸੀ ਤੋਂ ਪਹੁੰਚ
ਚੁੱਕੇ ਨੇ, ਅਰਸ਼ਦੀਪ ਫੈਜ਼ਗੜ੍ਹ ਤੋਂ ਸਾਡੇ ਨਾਲ ਸਾਂਝ ਬਣਾ ਚੁੱਕੇ ਨੇ, ਕੁਲਵੰਤ ਜੀ ਫ੍ਰਿਜ਼ਨੋ ਤੋਂ ਆ ਗਏ ਨੇ, ਰਾਜਵਿੰਦਰ ਸਿੰਘ ਜੀ ਕੋਹਾਰ ਜਰਮਨੀ ਤੋਂ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਸੋਹਣੇ ਫੁੱਲਾਂ ਦੇ ਨਾਲ ਇਹ ਪਹੁੰਚੇ ਨੇ। ਸੋ ਰਾਜਵਿੰਦਰ ਜੀ ਹਮੇਸ਼ਾ ਬੜੇ ਸੋਹਣੇ ਸੋਹਣੇ ਫੁੱਲ ਲੈ ਕੇ ਪਹੁੰਚਦੇ ਨੇ, ਕਿਉਂਕਿ ਬਿਲਕੁਲ ਜੀ ਇਹਨਾਂ ਦਾ ਕਾਰੋਬਾਰ ਜਿਹੜਾ ਉਹ ਫੁੱਲਾਂ ਦੇ ਨਾਲ ਹੀ ਜੁੜਿਆ। ਸੋ ਸਾਰਾ ਦਿਨ ਫੁੱਲਾਂ ਦੇ ਵਿੱਚ ਰਹਿੰਦੇ ਨੇ ਅਤੇ ਫਿਰ ਜਿੱਥੇ ਵੀ ਜਾਂਦੇ ਆ ਫੁੱਲਾਂ ਦੇ ਨਾਲ ਸਾਰਿਆਂ ਦੇ ਵਿਹੜਿਆਂ ਨੂੰ ਮਹਿਕਾ ਦਿੰਦੇ ਆ, ਉਸੇ ਤਰੀਕੇ ਦੇ ਨਾਲ ਸਾਡੇ ਇਸ ਵਿਹੜੇ ਦੇ ਵਿੱਚ ਵੀ ਇਹਨਾਂ ਦੇ ਫੁੱਲ ਮਹਿਕਾ ਖਿਲਾਰਦੇ ਨੇ। ਸਤਿ ਸ਼੍ਰੀ ਅਕਾਲ ਗਗਨ ਜੀ, ਗਗਨ ਮੈਡਮ ਤੁਹਾਨੂੰ ਅਤੇ ਆਪਣੇ ਸਾਰੇ ਹੀ ਸਰੋਤਿਆਂ ਨੂੰ, ਰਾਜਵਿੰਦਰ ਸਿੰਘ ਕੁਹਾੜ ਜਰਮਨ ਤੋਂ ਜੁੜ ਚੁੱਕੀਆਂ ਜੀ ਆਪਣੇ ਪ੍ਰੋਗਰਾਮ ਦੇ ਨਾਲ, ਬਹੁਤ ਹੀ ਸੋਹਣਾ ਵਿਚਾਰ ਗਗਨ ਜੀ। ਬਾਕੀ ਖਾਣੇ ਦੀ ਮਿਲਾਵਟ ਨੇ ਡਾਕਟਰਾਂ ਦਾ ਬਿਜ਼ਨਸ ਜਿਹੜਾ ਉਸਨੂੰ ਬਹੁਤ ਉੱਪਰ ਚੁੱਕਿਆ ਅਤੇ ਆਮ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ, ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਸਰਕਾਰਾਂ ਮਾੜੀਆਂ ਨੇ ਅਤੇ ਮਾੜੀਆਂ ਪੋਲਿਸੀਆਂ ਜਿਹੜੀਆਂ ਨੇ ਇਹਦੇ ਵਿੱਚ ਆਪਣੇ ਰੋਲ ਅਦਾ ਕਰ ਰਹੀਆਂ ਨੇ। ਸੋ ਬਿਲਕੁਲ ਰਾਜਵਿੰਦਰ ਜੀ ਬਹੁਤ ਸੋਹਣੀ ਗੱਲ ਕਹੀ ਹੈ। ਸੋ ਇਹ ਫੈਕਟਰ ਨਾ ਅੱਜ ਅਸੀਂ ਗੱਲ ਕਰਦੇ ਹਾਂ, ਕੱਲ੍ਹ ਨੂੰ ਅਸੀਂ ਇਹ 'ਤੇ ਸੋਚ ਵਿਚਾਰ ਕਰਾਂਗੇ ਅਤੇ ਕਿਤੇ ਨਾ ਕਿਤੇ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਸਨੂੰ ਸਮਝਾ ਸਕੀਏ। ਮੈਨੂੰ ਲੱਗਦਾ ਵੀ ਸਾਡਾ ਇਹ ਮਕਸਦ ਹੋਣਾ ਚਾਹੀਦਾ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਸੋ ਸੁਖਵਿੰਦਰ ਸਿੰਘ ਜੀ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਇੱਕ ਸੁਨੇਹਾ ਪਹੁੰਚ ਚੁੱਕਿਆ ਜਿਹਦੀ ਸਾਂਝ ਆਪਾਂ ਜ਼ਰੂਰ ਪਾਵਾਂਗੇ। ਫੇਸਬੁੱਕ ਦੇ ਜ਼ਰੀਏ ਵੀ ਬਹੁਤ ਸਾਰੇ ਸਰੋਤੇ ਜੁੜੇ ਨੇ, ਅੱਜ ਮੈਂ ਫੇਸਬੁੱਕ ਵਾਲੇ ਸੁਨੇਹੇ ਨਾਲ ਨਾਲ ਪੜੂੰਗੀ, ਕਿਉਂਕਿ ਜਦੋਂ ਉੱਪਰ ਚਲੇ ਜਾਂਦੇ ਆ ਫਿਰ ਉਹ ਦੁਬਾਰਾ ਥੱਲੇ ਨਹੀਂ ਆਉਂਦੇ ਸਾਰੇ ਮੈਸੇਜਸ, ਅਤੇ ਫਿਰ ਮੇਰੇ ਤੋਂ ਪੜ੍ਹੇ ਵੀ ਨਹੀਂ ਜਾਂਦੇ, ਰਹਿ ਜਾਂਦੇ ਆ। ਸੋ ਸੁਖਜਿੰਦਰ ਬਰਾੜ ਜੀ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ, ਸੁਖਵਿੰਦਰ ਸਿੰਘ ਜੀ ਵੀ ਪ੍ਰੋਗਰਾਮ ਨਾਲ ਫੇਸਬੁੱਕ ਦੇ ਜ਼ਰੀਏ ਸਾਂਝ ਬਣਾ ਚੁੱਕੇ ਨੇ। ਕਹਿੰਦੇ ਆ ਜੀ ਸਾਲਾਂ ਉਹਨਾਂ ਜੀ ਤਾਂ ਸਿਆਲਾਂ ਦੇ ਵਿੱਚ ਸਾਗ ਤੋਂ, ਅੱਛਾ ਉਹਨਾਂ ਜੀ ਤਾਂ ਕਹਿੰਦੇ ਸਿਆਲਾਂ ਦੇ ਵਿੱਚ ਸਾਗ ਤੋਂ ਨਹੀਂ ਅੱਕਦਾ, ਜਿਨ੍ਹਾਂ ਜੀ ਗਰਮੀਆਂ ਦੇ ਵਿੱਚ ਸਾਡੀਆਂ ਘਰ ਦੀਆਂ ਸਵਾਣੀਆਂ ਵੱਲੋਂ ਕੱਦੂਆਂ ਨੂੰ ਖਵਾ ਖਵਾ ਕੇ ਅਕਾ ਦਿੱਤਾ ਜਾਂਦਾ ਹੈ। ਘਰ ਆ ਕੇ ਪੁੱਛੋ ਕਾਹਦੀ ਸਬਜ਼ੀ ਬਣੀ ਹੈ, ਕਹਿਣਗੇ ਕੱਦੂ ਦੀ। ਦੂਜੇ ਦਿਨ ਪੁੱਛੋ ਕਾਹਦੀ ਸਬਜ਼ੀ ਬਣਾਈ ਆ, ਕਹਿਣਗੇ ਕੱਦੂ ਦੀ। ਜੇ ਅੱਗੇ ਉਹ ਕਹਿ ਦਈਏ ਕੱਲ੍ਹ ਤਾਂ ਹਲੇ ਧਰਿਆ ਸੀ ਤਾਂ ਕਹਿਣਗੀਆਂ ਕੱਲ੍ਹ ਤਾਂ ਸੁੱਕਾ ਬਣਾਇਆ ਸੀ, ਅੱਜ ਦੁੱਧ ਪਾ ਕੇ ਬਣਾਇਆ। ਰਹਿੰਦਾ ਖੂੰਹਦ ਦਹੀਂ ਦੇ ਵਿੱਚ ਕੱਦੂਕਸ ਕਰ ਪਾ ਕੇ ਰਾਇਤਾ ਬਣਾ ਦਿੰਦੀਆਂ ਨੇ, ਦਿਮਾਗ ਜਿਹਾ ਘੁੰਮ ਜਾਂਦਾ ਹੈ ਕਿ ਜੇ ਇਹਨਾਂ ਸਾਡੀਆਂ ਘਰ ਦੀਆਂ ਸਵਾਣੀਆਂ ਦਾ ਇਵੇਂ ਨਹੀਂ ਪਤਾ, ਫਿਰ ਕੋਫਤੇ ਹੀ ਬਣਾਉਣ ਬਹਿ ਜਾਂਦੀਆਂ ਨੇ। ਕੱਦੂ ਖਵਾ ਖਵਾ ਕੇ ਜ਼ਿੰਦਗੀ ਕੱਦੂ ਵਰਗੀ ਕੀਤੀ ਪਈ ਆ। ਅਤੇ ਨਾਲ ਹੀ ਕਹਿ ਰਹੇ ਕਿ ਜੇ ਉੱਪਰੋਂ ਅਸੀਂ ਕਹਿ ਦਈਏ ਕਿ ਅਸੀਂ ਨਹੀਂ ਖਾਣੇ ਕੱਦੂ ਦੀ ਸਬਜ਼ੀ, ਰੋਟੀ ਤਾਂ ਉਲਟਾ ਜਵਾਬ ਦੇਣਗੇ ਨਹੀਂ ਖਾਣੀ ਨਾ ਖਾ, ਫਿਰ ਮੇਰੇ ਵਰਗੇ ਨੂੰ ਖਾਣੀ ਪੈਂਦੀ ਹੈ। ਸੋ ਕੱਦੂ ਵੀ ਸਾਡੀ ਸਿਹਤ ਲਈ ਚੰਗਾ ਹੁੰਦਾ, ਇਸ ਕਰਕੇ ਕੱਦੂ ਨਾਲ ਸਮਝੌਤਾ ਕਰਨਾ ਚੰਗੀ ਗੱਲ ਹੈ, ਇਸ ਤੋਂ ਪਹਿਲਾਂ ਕਿ ਅਸੀਂ ਬਾਹਰ ਦੇ ਖਾਣੇ ਖਾ ਕੇ ਆਪਣੇ ਆਪ ਨੂੰ ਬਿਮਾਰ ਕਰੀਏ। ਗੁਰਜੀਤ ਸਿੰਘ ਜੀ ਜੁੜ ਗਏ ਨੇ, ਸੁਦਰਸ਼ਨਾ ਗੁਪਤਾ ਜੀ ਜਿਹੜੇ ਉਹ ਵੀ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ ਪਟਿਆਲਾ ਤੋਂ। ਸੋ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਸਾਰਿਆਂ ਨੂੰ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਗੁਰਵਿੰਦਰ ਨਿੱਜਰ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪੂਰੇ ਸਾਡੇ ਰੇਡੀਓ ਪਰਿਵਾਰ ਨੂੰ, ਔਰ ਪਿੰਦਾ ਸ਼ੇਰਗਿੱਲ ਜੀ ਜਿਹੜੇ ਆ ਸਤਿ ਸ਼੍ਰੀ ਅਕਾਲ ਇਹਨਾਂ ਦੇ ਵੱਲੋਂ ਵੀ ਪਹੁੰਚ ਗਿਆ। ਸੋ ਬਿਲਕੁਲ ਇੱਕ ਨਵਾਂ ਨਾਮ ਜਿਹੜਾ ਫੇਸਬੁੱਕ 'ਤੇ ਮੈਨੂੰ ਦਿਖਾਈ ਦਿੱਤਾ, ਸੋ ਵੈਲਕਮ ਨਿੱਘਾ ਜਿਹਾ ਸਵਾਗਤ ਜੀ ਤੁਹਾਡਾ। ਅਤੇ ਵਟਸਐਪ ਦੇ ਸੁਨੇਹੇ ਜਿਹੜੇ ਆਪਾਂ ਉਹਨਾਂ ਦੇ ਵੱਲ ਚੱਲਦੇ ਆ, ਪਰ ਕਾਲਸ ਲਗਾਤਾਰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ, ਸੋ ਆਪਾਂ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰਾਂਗੇ। ਸਭ ਤੋਂ ਪਹਿਲਾਂ ਆਸਟ੍ਰੇਲੀਆ ਮੈਲਬੋਰਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਇੰਦਰਜੀਤ ਜੀ, ਆਓ ਫਿਰ ਇੰਦਰਜੀਤ ਜੀ ਹੋਰਾਂ ਦੇ ਨਾਲ ਸਾਂਝ ਬਣਾਉਣੇ ਆ, ਜਾਣਦੇ ਆ ਇੰਦਰਜੀਤ ਜੀ ਹੋਰਾਂ ਦੇ ਕੀ ਵਿਚਾਰ ਨੇ, ਕੀ ਕਹਿੰਦੇ ਨੇ ਜੀ ਫਾਸਟ ਫੂਡ ਦੇ ਬਾਰੇ, ਕਿਉਂਕਿ ਜੇ ਇੰਡੀਆ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਜਗ੍ਹਾ 'ਤੇ ਫਾਸਟ ਫੂਡ ਜਿਹੜਾ ਮਿਲ ਜਾਂਦਾ, ਬਹੁਤ ਸਾਰੀਆਂ ਜਗ੍ਹਾ ਅਜਿਹੀਆਂ ਹੁੰਦੀਆਂ ਨੇ ਜਿੱਥੇ ਵਧੀਆ ਖਾਣਾ ਨਹੀਂ ਹੁੰਦਾ ਪਰ ਭੀੜ ਲੋਕਾਂ ਦੀ, ਉੱਥੇ ਵੀ ਤੁਹਾਨੂੰ ਮਿਲੂਗੀ। ਸੋ ਕੀ ਵਿਦੇਸ਼ਾਂ ਦੇ ਵਿੱਚ ਵੀ ਇਹ ਪ੍ਰਚਲਨ ਤੁਹਾਨੂੰ ਵੇਖਣ ਨੂੰ ਮਿਲਦਾ, ਕਿ ਵਿਦੇਸ਼ਾਂ ਦੇ ਵਿੱਚ ਵੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਜੇ ਆਪਾਂ ਖਾਣੇ ਦੀ ਗੱਲ ਕਰੀਏ, ਅਤੇ ਤੁਸੀਂ ਵਿਦੇਸ਼ਾਂ ਦੇ ਹਾਲ ਵੀ ਸਾਨੂੰ ਦੱਸਣੇ ਨੇ। ਸੋ ਫਿਲਹਾਲ ਆਓ ਚੱਲਦੇ ਹਾਂ ਇੰਦਰਜੀਤ ਜੀ ਹੋਰਾਂ ਦੇ ਨਾਲ ਪਾਉਣੀਆਂ ਵਿਚਾਰਾਂ ਦੀ ਸਾਂਝ। ਇੰਦਰਜੀਤ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਜੀ ਬਿਲਕੁਲ ਇੰਦਰਜੀਤ ਜੀ, ਤੁਹਾਡੀ ਆਵਾਜ਼ ਅੱਜ ਬੜੇ ਦਿਨਾਂ ਬਾਅਦ ਸੁਣੀ ਹੈ, ਸੋ ਵਾਕਈ ਬੜਾ ਚੰਗਾ ਲੱਗ ਰਿਹਾ। ਸੋ ਵੈਸੇ ਸਾਨੂੰ ਪਤਾ ਹੈ ਕਿ ਆਸਟ੍ਰੇਲੀਆ ਮੈਲਬੋਰਨ ਦੇ ਹਿਸਾਬ ਦੇ ਨਾਲ ਸਾਡੇ ਇਸ ਪ੍ਰੋਗਰਾਮ ਦਾ ਸਮਾਂ ਜਿਹੜਾ ਬਹੁਤ ਲੇਟ ਹੈ, ਪਰ ਫਿਰ ਵੀ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਇੰਨੀ ਲੇਟ ਹੋਣ ਦੇ ਬਾਵਜੂਦ ਵੀ ਇਸ ਪ੍ਰੋਗਰਾਮ ਨੂੰ ਲਾਈਵ ਸੁਣਦੇ ਹੋ। ਹਾਂਜੀ ਮੈਡਮ, ਮੈਂ ਐਕਚੁਅਲੀ ਅੱਜ ਮੇਰੀ ਨਾਈਟ ਸ਼ਿਫਟ ਹੈ, ਕੱਲ ਵੀ ਨਾਈਟ ਸ਼ਿਫਟ ਹੈ ਮੇਰੀ, ਤੇ ਸਬੱਬ ਬਣ ਗਿਆ, ਮੈਂ ਚੱਲ ਹਾਜ਼ਰੀ ਲਵਾ ਲਈਏ
ਕਿਆ ਬੇਟਾ ਬਾਤ ਇਸ ਟਾਈਮ ਹੈ ਤਾਂ ਸੁੱਤੇ ਨਸੀ ਵੱਜ ਗਏ ਜੀ, ਤੇ ਹਾਂਜੀ ਹਾਂਜੀ ਤੇ ਮੈਡਮ ਕੀ ਤੁਸੀਂ ਕਹੋਗੇ ਬਹੁਤ ਵਧੀਆ ਬੜਾ ਪ੍ਰੋਗਰਾਮ। ਮੈਂ ਜੀ? ਤਾਂ ਇਹੀ ਸੋਚਣਾ ਵੀ ਪਰਿਵਾਰ ਕਿੰਨਾ ਵੱਡਾ ਹੋ ਰਿਹਾ, ਲੋਕੀ ਤੁਹਾਨੂੰ ਕਿੰਨੇ ਚਾਹਣ ਵਾਲੇ, ਕਿੰਨੇ ਸਪੋਂਸਰ ਦੇ, ਕਿੰਨੇ ਤੁਹਾਨੂੰ ਹੋ ਗਏ, ਹੈਨਾ ਤੇ ਦੇਖਦੇ ਪਿੱਛੋਂ। ਚਲੋ ਬੜੀ ਵਧੀਆ ਮਾਣ ਦੀ ਗੱਲ ਹੈ, ਪਿਆਰ ਦੀ ਗੱਲ ਹੈ ਜੀ ਬਿਲਕੁਲ ਜੀ ਤੇ ਬਿਲਕੁਲ। ਸੋ ਵਾਕਈ ਇਹ ਇਸ ਰੇਡੀਓ ਪਰਿਵਾਰ ਦਾ ਪਿਆਰ ਹੈ ਜਿਹੜਾ ਇੰਨਾ ਮਾਣ ਬਖਸ਼ਦਾ ਹੈ। ਸੋ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਵੀ ਸ਼ਾਇਦ ਆਪਾਂ ਪਤਾ ਨਹੀਂ ਉਹਨੇ ਜੋਗੇ ਹੈਗੇ ਵੀ ਹਾਂ ਜਾਂ ਨਹੀਂ, ਪਰ ਮਣਾ ਮੁਹੀ ਮਿਲ ਰਿਹਾ ਰੇਡੀਓ ਪਰਿਵਾਰ ਦੇ ਵੱਲੋਂ ਜਿਹੜਾ ਪਿਆਰ ਹੈ ਉਹਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਅਤੇ ਮੇਰੇ ਕੋਲ ਤਾਂ ਅਲਫਾਜ਼ ਵੀ ਨਹੀਂ ਹੈ ਜਿਨ੍ਹਾਂ ਦੇ ਨਾਲ ਮੈਂ ਧੰਨਵਾਦ ਕਰਾਂ। ਹਾਂਜੀ ਹਾਂਜੀ ਤੁਸੀਂ ਪਹਿਲਾਂ ਵਿਚਾਰ ਕਿਹਾ ਸੀ ਨਾ ਵੀ ਟਮਾਟਰ ਖਾ ਕੇ ਬੰਦਾ ਕਾਮਯਾਬ ਹੁੰਦਾ, ਇਹ ਗੱਲ ਮੈਡਮ ਤੁਹਾਡੀ ਸੱਚੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤਾਂ ਹੀ ਤਾਂ ਕਹਿਣ ਸਿਆਣੇ ਨੇ ਬਣਾਇਆ ਸੀ ਵੀ ਦੁੱਧ ਦਾ ਜਲਿਆ ਲੱਸੀ ਨੂੰ ਫੁੱਕਾ ਮਾਰਨਾ ਪੈਂਦਾ, ਤੇ ਬੰਦਾ ਫਿਰ ਸੁਚੇਤ ਹੋ ਜਾਂਦਾ ਕਿਤੋਂ ਨਾ, ਤਾਂ ਬਿਲਕੁਲ। ਕਿ ਕੋਈ ਠੋਕਰ ਆਉਣ ਬੰਦਾ ਸੁਚੇਤ ਹੋ ਜਾਂਦਾ। ਤੇ ਨਹੀਂ ਵਧੀਆ ਗੱਲ ਹੈ ਤੁਹਾਡੇ ਵਿਚਾਰ। ਬਾਕੀ ਮੈਡਮ ਫਾਸਟ ਫੂਡ ਦੀ ਗੱਲ ਕਰ ਰਿਹਾ, ਫਾਸਟ ਫੂਡ ਦੀ ਗੱਲ ਮੈਂ ਤਾਂ ਨਹੀਂ ਪਸੰਦ ਕਰਦਾ, ਮੈਂ ਤਾਂ ਘਰ ਦੀ ਰੋਟੀ ਪਸੰਦ ਕਰਦਾ। ਇਵੇਂ ਤੱਕ ਜੇ ਕੋਈ ਸਾਡੇ ਇੱਥੇ ਫਰੋਜ਼ਨ ਰੋਟੀਆਂ ਮਿਲਦੀਆਂ, ਕਈ ਵਾਰੀ ਲੈ ਕੇ ਰੱਖੀਆਂ ਐਮਰਜੈਂਸੀ ਕੋਟਾ, ਕਈ ਵਾਰੀ ਨਹੀਂ ਸਿਹਤ ਠੀਕ ਹੁੰਦੀ ਵਾਈਫ ਦੀ, ਕਈ ਵਾਰੀ ਨਹੀਂ ਆਟਾ ਗੁੰਨੇ ਹੁੰਦਾ ਬੰਦਾ, ਚਲੋ ਰੋਟੀ ਗਰਮ ਕਰ ਲੈਂਦਾ। ਅਦਰਵਾਈਜ਼ ਮੈਂ ਤਾਂ ਨਹੀਂ ਪ੍ਰੈਫਰ ਕਰਦਾ, ਬੱਚਿਆਂ ਨੂੰ ਸਿਰਫ ਹਫਤੇ 'ਚ ਇੱਕ ਵਾਰੀ, ਬਿਲਕੁਲ ਸਿਰਫ ਹਾਂ ਇੱਕ ਵਾਰੀ ਹਫਤੇ 'ਚ। ਉਹ ਵੀ ਜੇ ਕੋਈ ਮੈਕਡੋਨਲਡ ਲੈਣਾ ਤਾਂ ਠੀਕ ਹੈ, ਜੇ ਕੋਈ ਖਾਣਾ ਜੋ ਉਹਨਾਂ ਨੇ ਖਾਣਾ ਤੇ ਉਹ ਵੀ ਅਸੀਂ ਲੈ ਕੇ ਦਿੰਦੇ ਹਾਂ, ਉਹ ਆਪਣੇ ਬਿਲਕੁਲ ਮੰਗਾਉਂਦੇ ਆ, ਬਿਲਕੁਲ ਹਨਾ। ਬਿਲਕੁਲ ਤੇ ਜਿਵੇਂ ਅੱਜ ਕੱਲ ਬੱਚਿਆਂ ਦਾ ਹੁਣ ਜਿਵੇਂ ਡਿਲੀਵਰੀ ਫ੍ਰੀ ਕਰਤੀ ਉਹਨਾਂ ਨੇ, ਜਿਵੇਂ ਆਪਣਾ ਮੈਕਡੋਨਲਡ ਵਾਲਿਆਂ ਨੇ ਕਰਤੀ, ਉਬਰ ਵਾਲਿਆਂ ਨੇ ਕਰਤੀ, ਮੈਨੂੰ ਲੋਕ ਨੇ ਕਰਤੀ, ਜੇ ਫ੍ਰੀ ਡਿਲੀਵਰੀ ਕਰਤੀ ਨਾ ਰੁਝਾਨ, ਉਹ ਲੋਕਾਂ ਨੂੰ ਨਾ ਬਸ ਆਲਸ ਆਤਾ, ਲੋਕਾਂ ਨੂੰ ਕਹਿੰਦਾ ਯਾਰ ਚਲੋ ਕੋਈ ਗੱਲ ਨੀ, ਇੱਥੇ ਆਰਡਰ ਕਰ ਦਿੰਦੇ ਆ ਘਰੇ ਅੱਜ ਕੀ ਚੀਜ਼, ਬਿਲਕੁਲ ਮਤਲਬ ਉਹਨਾਂ ਨੇ ਪਤਾ ਇਹ ਨੀ ਪਤਾ ਚੀਜ਼ ਚ ਹੈ ਕੀ ਹੈ। ਹੁਣ ਮੈਂ ਲਾਸਟ ਟਾਈਮ ਇੰਡੀਆ ਗਿਆ, ਉੱਥੇ ਰੇੜੀਆਂ ਤੇ ਸਾਰੇ ਪਾਸੇ ਮੋਮੋ 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 ਮਿਲ ਰਹੇ ਆ, ਜਿੱਥੇ ਜਾਓ ਮੋਮੋ ਖਾ ਰਹੇ, ਬਟ ਉਹਦਾ ਜਿਹੜਾ ਕਿੱਥੇ ਬਣ ਰਹੇ ਆ ਉਹ ਮੈਂ ਦੇਖ ਕੇ ਆਇਆ ਮੈਡਮ, ਬਹੁਤ ਬੁਰਾ ਹਾਲ ਹੈ। ਠੀਕ ਹੈ ਨਾ, ਬਿਲਕੁਲ ਬਿਲਕੁਲ ਹਾਲ ਉਹ ਇੱਕੋ ਬੰਦਾ ਉਹ ਸਾਰਿਆਂ ਨੂੰ ਸਪਲਾਈ ਕਰ ਰਿਹਾ, ਚਾਹੇ ਉਹ ਜਿਹੜੀ ਮਰਜ਼ੀ ਜਾ ਰਿਹਾ, ਸਾਰੇ ਪਾਸੇ ਉੱਥੇ ਜਾ ਰਿਹਾ। ਮੈਂ ਤਾਂ ਨਹੀਂ ਖਾਧਾ, ਮੈਂ ਅੱਜ ਤੱਕ ਟੇਸਟ ਕੀਤੇ ਵੀ ਕਿੱਦਾਂ ਦੇ ਹੁੰਦੇ ਮੋਮੋਸ, ਬਿਲਕੁਲ। ਮੈਨੂੰ ਲੱਗਦਾ ਵੀ ਜਦ ਇੰਦਰਜੀਤ ਜੀ ਤੁਸੀਂ ਦੇਖ ਲਿਆ ਆਪਣੀ ਅੱਖੀ ਵੀ ਕਿਸ ਤਰੀਕੇ ਦੇ ਨਾਲ ਬੰਦ ਹੈ, ਹਾਈਜੀਨਿਕ ਜਿਹੜਾ ਸਥਾਨ ਬਿਲਕੁਲ ਵੀ ਨਹੀਂ ਹੁੰਦੇ ਆ, ਸੋ ਫਿਰ ਦੁਬਾਰਾ ਆਪਾਂ ਸੌਂਹ ਖਾ ਲੈਂਦੇ ਕਿ ਅਸੀਂ ਦੁਬਾਰਾ ਇਹ ਚੀਜ਼ਾਂ ਨਹੀਂ ਖਾਣੀਆਂ ਨੇ। ਪਰ ਉੱਥੇ ਹੀ ਬਹੁਤ ਸਾਰੇ ਲੋਕ ਨੇ ਜਿਹੜੇ ਦੇਖ ਕੇ ਵੀ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਰਹਿੰਦੇ ਨੇ, ਫਿਰ ਵੀ ਖਾਂਦੇ ਨੇ ਨਹੀਂ ਜੀ। ਮੈਡਮ ਉਸ ਤੋਂ ਪਹਿਲਾਂ ਵੀ ਨੀ ਖਾਦਾ, ਮੈਨੂੰ ਪਤਾ ਮੈਦੇ ਦੀ ਬਣੀ ਚੀਜ਼ ਹੈ, ਕਿਉਂਕਿ ਮੈਦਾ ਦੇਖੋ ਜੇ ਤੁਸੀਂ ਮੈਨੂੰ ਮੈਂ ਇੱਕ ਵੀਡੀਓ ਦੇਖ ਰਿਹਾ, ਕਹਿੰਦੇ ਜਦੋਂ ਆਟਾ ਗੁੰਨਦੇ ਆਪਾਂ ਹੱਥਾਂ ਚੋਂ ਉਤਾਰਨਾ ਕਿੰਨਾ ਔਖਾ ਹੋ ਜਾਂਦਾ। ਬਿਲਕੁਲ ਠੀਕ ਹੈ, ਜਦੋਂ ਉਹ ਚੀਜ਼ ਬਣਾਉਣਾ ਸਾਡੇ ਸਰੀਰ ਦੇ ਸਾਰੀ ਨਾੜੀਆਂ ਕਿਵੇਂ ਲੱਥੂਗਾ ਉਹ ਨੀ ਪਤਾ ਸਾਨੂੰ, ਸਾਡੇ ਲਿਵਰ ਨੂੰ ਕਿੰਨਾ ਜ਼ੋਰ ਲਾਉਣਾ ਪੈਂਦਾ, ਕਿਹੜੇ ਔਰਗਨ ਨੂੰ ਕਿੰਨਾ ਜ਼ੋਰ ਲਾਉਣਾ ਪੈਂਦਾ ਉਸ ਚੀਜ਼ ਨੂੰ ਹਜਮ ਕਰਨ ਵਾਸਤੇ। ਤੇ ਇਸ ਲਈ ਜਿਹੜਾ ਇਨਸਾਨ ਆਪਣਾ ਇਨਸਾਨ ਦਾ ਖਾਣਾ ਜਿਹੜਾ ਬਣਿਆ ਨਾ, ਉਹ ਕੱਚੀਆਂ ਸਬਜ਼ੀਆਂ ਤੇ ਫਲ ਹੈਗੇ ਆ, ਇਹੀ ਇਹੀ ਚੀਜ਼ ਆਪਾਂ ਕਿਤੇ ਆਪਾਂ ਸਵਾਦ ਅਨੁਸਾਰ ਜੋ ਮਰਜ਼ੀ ਬਣਾਈ ਜਾਂਦੇ ਹਾਂ, ਕੋਈ ਪਕਾ ਪਕਾ ਖਾ ਰਹੇ ਨਾ, ਉਹ ਤਾਂ ਹੀ ਬਿਮਾਰ ਹੁੰਦੇ, ਤਾਂ ਹੀ ਬਿਮਾਰੀਆਂ ਲੱਗਦੀਆਂ ਸਾਨੂੰ, ਬਿਲਕੁਲ। ਹਨਾ ਸੋ ਵਾਕਈ ਇੰਦਰਜੀਤ ਜੀ ਬਹੁਤ ਸੋਹਣੀਆਂ ਗੱਲਾਂ ਦੀ ਸਾਂਝ ਪਾਈ ਹੈ। ਸੋ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਦਾਂਗੇ ਤਾਂ ਕਿਤੇ ਨਾ ਕਿਤੇ ਆਪਣੀ ਉਮਰ ਜਿਹੜੀ ਹੈ ਨਾ ਉਹਦੇ ਕੁਝ ਸਾਲ ਵਧਾ ਲਵਾਂਗੇ, ਪਰ ਜੇ ਅਸੀਂ ਇਹ ਆਦਤਾਂ ਜਿਹੜੀਆਂ ਨੇ ਉਹਨਾਂ ਦਾ ਖਹਿੜਾ ਨਾ ਛੱਡਿਆ, ਇਹਨਾਂ ਆਦਤਾਂ ਦੇ ਨਾਲ ਹੀ ਬਣੇ ਰਹੇ ਤਾਂ ਫਿਰ ਕਿਤੇ ਨਾ ਕਿਤੇ ਯਕੀਨ ਮੰਨੀਏ ਤੇ ਆਪਣੇ ਆਪ ਨੂੰ ਸਮਝਾਈਏ ਕਿ ਉਮਰ ਦੇ
ਕੁਝ ਸਮੇਂ ਜਿਹੜੇ ਆਪਣੇ ਆਪ ਅਸੀਂ ਆਪਣੇ ਹੱਥੀਂ ਘਟਾ ਰਹੇ ਹਾਂ। ਸੋ ਬਹੁਤ ਸੋਹਣੀ ਗੱਲਬਾਤ ਇੰਦਰਜੀਤ ਜੀ, ਬਹੁਤ ਵਧੀਆ ਲੱਗਿਆ, ਬੜੇ ਦਿਨਾਂ ਬਾਅਦ ਤੁਹਾਨੂੰ ਸੁਣਿਆ ਤੇ ਸਾਡੇ ਇਸ ਵਿਹੜੇ ਦੀਆਂ ਰੌਣਕਾਂ ਨੂੰ ਤੁਸੀਂ ਵਧਾਇਆ ਆਪਣੀਆਂ ਗੱਲਾਂ ਦੇ ਨਾਲ ਤੇ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਸਾਡੇ ਇਸ ਮੰਚ ਤੇ ਆਉਣ ਦੇ ਲਈ ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਸੋ ਬਿਲਕੁਲ ਜੀ, ਇਹ ਸਨ ਇੰਦਰਜੀਤ ਜੀ ਜੋ ਆਸਟ੍ਰੇਲੀਆ ਮੈਲਬੋਰਨ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਸੀ ਤੇ ਬਹੁਤ ਸੋਹਣੀਆਂ ਗੱਲਾਂ ਦੀ ਜਿਹੜੀ ਹੈ ਸਾਡੇ ਨਾਲ ਸਾਂਝ ਪਾ ਕੇ ਗਏ ਨੇ। ਸੋ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਖਾਸ ਤੌਰ 'ਤੇ ਜਦੋਂ ਗੱਲ ਖਾਣੇ ਦੀ ਹੋਵੇ, ਕਿਉਂਕਿ ਜੇ ਖਾਣੇ ਦੇ ਵਿੱਚ ਮਿਲਾਵਟਾਂ ਹੋਣਗੀਆਂ, ਖਾਣਾ ਜਿਹੜਾ ਅਸੀਂ ਸਹੀ ਨਹੀਂ ਖਾਵਾਂਗੇ ਤਾਂ ਫਿਰ ਉਹਦੇ ਨੁਕਸਾਨ ਜਿਹੜੇ ਆ ਉਹ ਵੀ ਸਾਨੂੰ ਸਾਰਿਆਂ ਨੂੰ ਝੱਲਣੇ ਪੈਣੇ ਨੇ। ਸੋ ਜੇ ਖਾਣੇ ਦੀ ਗੱਲ ਕਰਾਂ ਤਾਂ ਮੈਨੂੰ ਯਾਦ ਆ ਵੀ ਪਿਛਲੇ ਦਿਨੀ ਮਾਰਕੀਟ ਦੇ ਵਿੱਚ ਗਏ, ਮੇਰੀ ਇੱਕ ਸਹੇਲੀ, ਉਹਨੇ ਕਿਹਾ ਵੀ ਇਸ ਦੁਕਾਨ ਦੇ ਨਾ ਸਮੋਸੇ ਬੜੇ ਵਧੀਆ, ਅਤੇ ਮੇਰੀ ਆਦਤ ਹੈ ਥੋੜ੍ਹਾ ਜਿਹਾ ਅੱਗੇ ਜਾ ਕੇ ਵੇਖਣ ਦੀ, ਅਤੇ ਯਕੀਨ ਮੰਨਿਓ ਵੀ ਜਦੋਂ ਉਸ ਦੁਕਾਨ ਦੇ ਅੰਦਰ ਇੱਕ ਝਾਤ ਮਾਰੀ ਅਤੇ ਦੁਬਾਰਾ ਸਮੋਸੇ ਤਾਂ ਬਹੁਤ ਦੂਰ ਦੀ ਗੱਲ ਹੈ, ਕੁਝ ਵੀ ਖਾਣ ਨੂੰ ਜੀ ਨਹੀਂ ਕੀਤਾ ਕਿਉਂਕਿ ਸਫਾਈ ਨਾਮ ਦੀ ਕੋਈ ਚੀਜ਼ ਵੀ ਉੱਥੇ ਹੈ ਨਹੀਂ ਸੀ। ਹਾਂ, ਇੰਨਾ ਜ਼ਰੂਰ ਸੀ ਕਿ ਕਾਊਂਟਰ ਜਿਹੜਾ ਬਾਹਰੋਂ ਤੁਹਾਨੂੰ ਵੇਖਦਾ ਉਹ ਬੜਾ ਸਾਫ਼ ਸੀਗਾ, ਪਰ ਉਸ ਕਾਊਂਟਰ ਦੇ ਥੱਲੇ ਦੇ ਜਿਹੜੇ ਹਾਲਾਤ ਸੀ ਮੈਂ ਬਿਆਨ ਨਹੀਂ ਕਰ ਸਕਦੀ ਹਾਂ। ਸੋ ਉੱਥੇ ਮੱਖੀਆਂ ਵੀ ਭਿਣਕ ਰਹੀਆਂ ਸੀ, ਗੰਦੀਆਂ ਮੰਦੀਆਂ ਲੀਰਾਂ ਜਿਨ੍ਹਾਂ ਦੇ ਨਾਲ ਉਹ ਹੱਥ ਸਾਫ਼ ਕਰਦੇ ਸੀ, ਅਤੇ ਉਹੀ ਜਿਹੜੀਆਂ ਲੀਰਾਂ ਜਿਹੜੀਆਂ ਨੇ ਖਾਣੇ ਦੇ ਨਾਲ ਵੀ ਟੱਚ ਹੁੰਦੀਆਂ ਸੀ। ਸੋ ਉਸ ਵੇਲੇ ਵਾਕਈ ਸਹੁੰ ਖਾਧੀ ਕਿ ਦੁਬਾਰਾ ਸੀ ਇਸ ਫਾਸਟ ਫੂਡ ਦੇ ਨਾਲ ਸਾਂਝ ਨਹੀਂ ਬਣਾਉਣੀ ਆ। ਸੋ ਚੰਗੀਆਂ ਚੀਜ਼ਾਂ ਨੇ। ਸੋ ਅੱਜ ਬਹੁਤ ਸਾਰੀਆਂ ਹੋਰ ਵੀ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ। ਇਸ ਵੇਲੇ ਸੁਖਵਿੰਦਰ ਕੌਰ ਜੀ ਬਠਿੰਡਾ ਤੋਂ ਜੁੜ ਗਏ ਨੇ, ਫਿਰ ਬਖਸ਼ੀ ਜੀ ਦੁਬਈ ਤੋਂ ਆ ਰਹੇ ਨੇ, ਅਤੇ ਉਸ ਤੋਂ ਬਾਅਦ ਸਾਡੇ ਅਗਲੇ ਜਿਹੜੇ ਸਰੋਤੇ ਉਹਨਾਂ ਦੇ ਵੱਲ ਚੱਲਾਂਗੇ। ਅਤੇ ਫੇਸਬੁੱਕ ਦੇ ਜ਼ਰੀਏ ਗੁਰਵਿੰਦਰ ਨਿੱਜਰ ਜੀ ਕਹਿ ਰਹੇ ਆ, ਮੈਂ ਵੀ ਪਸੰਦ ਨਹੀਂ ਕਰਦਾ ਇੱਦਾਂ ਦੀਆਂ ਚੀਜ਼ਾਂ। ਸੋ ਬਹੁਤ ਚੰਗੀ ਗੱਲ ਹੈ, ਜਿੰਨੀ ਛੇਤੀ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਦਾਂਗੇ ਨਾ ਗੁਰਵਿੰਦਰ ਜੀ, ਉੱਨੀ ਛੇਤੀ ਅਸੀਂ ਆਪਣੀ ਸਿਹਤ ਜਿਹੜੀ ਹੈ ਉਹਨੂੰ ਚੰਗਾ ਰੱਖਣ ਦੇ ਵਿੱਚ ਯੋਗਦਾਨ ਪਾਉਣਾ ਸ਼ੁਰੂ ਕਰ ਲਾਂਗੇ। ਭੋਲਾ ਚੌਹ ਵਾਲਾ ਇਸ ਵੇਲੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਮੇਰੀ ਛੋਟੀ ਭੈਣ ਗਗਨਦੀਪ। ਸੋ ਸਤਿ ਸ਼੍ਰੀ ਅਕਾਲ ਭੋਲਾ ਜੀ, ਬੜੇ ਦਿਨਾਂ ਬਾਅਦ ਤੁਹਾਡਾ ਨਾਮ ਦੇਖਿਆ, ਅੱਜ ਬੜਾ ਵਧੀਆ ਲੱਗਿਆ ਕਿ ਤੁਸੀਂ ਵੀ ਸਾਡੇ ਇਸ ਰੇਡੀਓ ਪਰਿਵਾਰ ਦੇ ਵਿੱਚ ਆ ਚੁੱਕੇ ਹੋ। ਸੋ ਵੈਲਕਮ, ਨਿੱਘਾ ਜਿਹਾ ਸਵਾਗਤ। ਅਤੇ ਹਜੇ ਮੈਂ ਵਟਸਐਪ ਦੇ ਬਹੁਤ ਸਾਰੇ ਸੁਨੇਹੇ ਨੇ ਜਿਨ੍ਹਾਂ ਦੀ ਨਾਲ ਨਾਲ ਸਾਂਝ ਪਾਉਣੀਆਂ ਜੋ ਇਸ ਵੇਲੇ ਸਾਡੇ ਕੋਲ ਪਹੁੰਚੇ ਹੋਏ ਨੇ। ਸੋ ਕਾਲਸ ਵੀ ਤੁਹਾਡੀਆਂ ਲਗਾਤਾਰ ਪਿੱਛੇ ਪਿੱਛੇ ਆ ਰਹੀਆਂ ਨੇ, ਸਭ ਨਾਲ ਸਾਂਝ ਬਣਾਵਾਂਗੇ। ਹਰਮਨ ਤੁਹਾਡੇ ਨਾਲ ਵੀ, ਯਾਸ਼ ਤੁਹਾਡੇ ਨਾਲ ਵੀ, ਔਰ ਮੇਜਰ ਮਨ ਤੁਹਾਡੇ ਨਾਲ ਵੀ ਸਾਂਝ ਬਣਾਵਾਂਗੇ। ਖੁਸ਼ਹਾਲ ਸਿੰਘ ਮਲ ਜੀ ਜਿਹੜੇ ਨਵਾਂ ਸ਼ਹਿਰ ਤੋਂ ਜੁੜ ਚੁੱਕੇ ਨੇ ਜੀ। ਸੋ ਸਤਿ ਸ਼੍ਰੀ ਅਕਾਲ ਗਗਨ ਜੀ, ਆਪ ਜੀ ਨੂੰ ਜਿਉਂ ਆਏ ਆਖਦੇ ਹਾਂ। ਸੁਨੀਤਾ ਰਾਣੀ ਜੀ ਜਿਹੜੇ ਉਹ ਵੀ ਨਵਾਂ ਸ਼ਹਿਰ ਤੋਂ ਆ ਚੁੱਕੇ ਨੇ, ਅਤੇ ਹਰਦੁਆਰੀ ਲਾਲ ਜੀ ਅਮਰੀਕਾ ਤੋਂ, ਔਰ ਅਵਤਾਰ ਜੀ ਦੇਹਰਾਦੂਨ ਉੱਤਰਾਖੰਡ ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ। ਅੱਜ ਦਾ ਵਿਸ਼ਾ ਵੀ ਬਹੁਤ ਸੋਹਣਾ ਗਗਨ ਜੀ, ਸ਼ੁਕਰੀਆ। ਜਸਵਿੰਦਰ ਸਿੰਘ ਰਾਏ ਜੀ ਵਨੀਪੈਕ ਤੋਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ, ਅਤੇ ਜਸਵਿੰਦਰ ਜੀ ਵੱਲੋਂ ਵੀ ਸਤਿ ਸ਼੍ਰੀ ਅਕਾਲ ਪਹੁੰਚ ਗਿਆ। ਉਹ ਕਹਿੰਦੇ ਕੱਦੂ 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 ਬੱਲੇ ਬੱਲੇ। ਸੋ ਹੁਣ ਕੱਦੂ ਜਿਹੜੇ ਮੈਨੂੰ ਲੱਗਦਾ ਸਾਰਿਆਂ ਦੇ ਘਰਾਂ ਦੇ ਵਿੱਚ ਰਿੱਝਣੇ ਨੇ। ਸੋ ਗੁਰਵਿੰਦਰ ਜੀ ਜਿਹੜੇ ਉਹਨਾਂ ਦੇ ਵੱਲੋਂ ਵੀ ਬਹੁਤ ਸਾਰੇ ਥਮਜ਼ਅਪ ਅਤੇ ਬੜੇ ਸੋਹਣੇ ਸੋਹਣੇ ਸਮਾਈਲੀਸ ਪਹੁੰਚੇ, ਸ਼ੁਕਰੀਆ ਜੀ। ਜਰਨੈਲ ਜੀ ਦੁਬਈ ਤੋਂ ਜੁੜੇ ਨੇ, ਅਤੇ ਹਰਜਿੰਦਰ ਸਿੰਘ ਜੀ ਜਿਹੜੇ ਪੱਤੀ ਸੁੱਖੂ ਨਥਾਣਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਕਹਿੰਦੇ ਅਕਲ ਵੀ ਠੋਕਰਾਂ ਖਾਣ ਦੇ ਨਾਲ ਆਉਂਦੀ ਹੈ ਨਾ ਕਿ ਬਦਾਮ ਖਾਣ ਦੇ ਨਾਲ। ਮੇਰੇ ਕੋਲ ਫੇਸਬੁੱਕ ਦਾ ਲਿੰਕ ਗਗਨ ਜੀ ਅੱਜ ਨਹੀਂ ਪੁੱਜਾ, ਸੋ ਆਪਾਂ ਹੁਣੇ ਤੁਹਾਡੇ ਤੱਕ ਪਹੁੰਚਾ ਦਿੰਦੇ ਹਾਂ। ਅਤੇ ਲਓ, ਜਿਹਨਾਂ ਕੋਲ ਨਹੀਂ ਪਹੁੰਚਿਆ ਲਿੰਕ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਪਰਮਿੰਦਰ ਖਹਿਰਾ ਜੀ ਟੋਰੋਂਟੋ ਕੈਨੇਡਾ ਤੋਂ, ਗਗਨ ਜੀ ਕਹਿੰਦੇ ਬਹੁਤ ਹੀ ਸੋਹਣਾ ਵਿਸ਼ਾ, ਬਹੁਤ ਬਹੁਤ ਸ਼ੁਕਰੀਆ। ਜਸਵੀਰ ਭਲੂਰੀਆ ਜੀ ਜਿਹੜੇ ਉਹਨਾਂ ਦੇ ਵੱਲੋਂ ਵੀ ਸੁਨੇਹਾ ਪਹੁੰਚ ਗਿਆ। ਪਿਆਰੀ ਭੈਣ ਗਗਨਦੀਪ ਜੀ, ਸਾਰੀ ਟੀਮ ਅਤੇ ਰੇਡੀਓ ਚੰਨ ਪਰਦੇਸੀ ਦੇ ਸਾਰੇ ਪਰਿਵਾਰ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਨਵੇਂ ਪੁਰਾਣੇ ਸਾਰੇ ਸਪੋਂਸਰ ਵੀਰਾਂ ਅਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਅੱਜ ਦਾ ਵਿਚਾਰ ਵੀ ਕਹਿੰਦੇ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਲੱਗਿਆ ਗਗਨ ਜੀ। ਸੋਨਾ ਅਤੇ ਲੋਹਾ ਵੀ ਸੱਟਾਂ ਖਾ ਕੇ ਹੀ ਕੰਮ ਆਉਂਦਾ ਹੈ ਗਗਨ ਜੀ। ਅੱਜ ਫਿਰ ਹੁਣ ਜਾਣੀਏ ਕੀ ਖਾਣਾ ਅਤੇ ਕੀ ਨਹੀਂ ਖਾਣਾ।
ਸੋ ਬਿਲਕੁਲ ਕੀ ਖਾਣਾ ਕੀ ਨਹੀਂ ਖਾਣਾ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਅਸੀਂ ਖਿਆਲ ਰੱਖਣਾ, ਅਜਿਹੀ ਗੱਲਾਂ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ। ਸੁਖਵਿੰਦਰ ਜੀ ਸਾਡੇ ਨਾਲ ਬਠਿੰਡਾ ਤੋਂ, ਚੱਲਦੇ ਹਾਂ ਜੀ ਇਹਨਾਂ ਦੇ ਵੱਲ। ਸੁਖਵਿੰਦਰ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਹਾਂਜੀ ਮੈਡਮ, ਚੰਨ ਪ੍ਰਦੇਸ਼ ਦੇ ਸਰੋਤਾਂ ਨੂੰ ਤੇ ਆਪ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤੇ ਸਵਾਗਤ ਤੁਹਾਡਾ ਸੁਖਵਿੰਦਰ ਜੀ। ਕੀ ਕਹੋਗੇ ਅੱਜ ਦੇ ਵਿਸ਼ੇ ਤੇ, ਫਾਸਟ ਫੂਡ ਦੇ ਨਾਲ ਜੁੜੀਆਂ ਕਿਹੜੀਆਂ ਕਿਹੜੀਆਂ ਗੱਲਾਂ ਇਸ ਵੇਲੇ ਜ਼ਿਹਨ 'ਚ ਘੁੰਮੀਆਂ ਨੇ, ਕਿਹੜੀਆਂ ਕਿਹੜੀਆਂ ਗੱਲਾਂ ਦਿਲ ਦਿਮਾਗ 'ਚ ਘੰਟੀਆਂ ਵਜਾਉਂਦੀਆਂ ਨੇ, ਔਰ ਜਦੋਂ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਅਸੀਂ ਉਹ ਚੀਜ਼ਾਂ ਖਾਂਦੇ ਹੋਏ ਵੇਖਦੇ ਹਾਂ ਜਿਨ੍ਹਾਂ 'ਤੇ ਸਪੈਸ਼ਲੀ ਲਿਖਿਆ ਹੁੰਦਾ ਕਿ ਇਹ ਬੱਚਿਆਂ ਨੂੰ ਨਹੀਂ ਦੇਣੀਆਂ ਜਾਂ ਐਜ਼ ਉਮਰ ਤੋਂ ਪਹਿਲਾਂ ਨਹੀਂ ਦੇਣੀਆਂ, ਅਤੇ ਅਸੀਂ ਉਹ ਲਿਖੀਆਂ ਹੋਈਆਂ ਵਾਰਨਿੰਗ ਨੂੰ ਦੇਖਣ ਦੀ ਆਦਤ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਣੇ ਆਪ 'ਚ ਕਿਉਂ ਨਹੀਂ ਡਿਵੈਲਪ ਕਰ ਪਾ ਰਹੇ, ਕਿਹੜੀਆਂ ਕਮੀਆਂ ਨੇ, ਕੀ ਕਹੋਗੇ? ਮਿਲਾਵਟ ਤਾਂ ਜੀ ਹੁਣ ਬੱਚਿਆਂ ਦੀਆਂ ਚੀਜ਼ਾਂ ਵਿੱਚ ਵੀ ਨੇ ਤੇ ਵੱਡਿਆਂ ਦੀਆਂ ਵਿੱਚ ਵੀ ਹੈ, ਤੇ ਸਭ ਦੇ ਉਹ ਕਿਹੜੀ ਚੀਜ਼ ਹੈ ਜਿਹਦੇ ਵਿੱਚ ਮਿਲਾਵਟ ਨਹੀਂ ਹੈਗੀ? ਬਿਲਕੁਲ ਜੀ, ਜਿਹੜੀ ਆਪਣੇ ਸਾਰੇ ਇਨਸਾਨੀਅਤ ਵਾਸਤੇ ਬਹੁਤ ਹੀ ਜ਼ਿਆਦਾ ਖਤਰਨਾਕ ਹੈ, ਜਿਹਨੂੰ ਜਾਨਵਰ ਵੀ ਨਹੀਂ ਖਾਂਦੇ, ਉਹ ਚੀਜ਼ਾਂ ਆਪਾਂ ਬੱਚਿਆਂ ਨੂੰ ਖਵਾ ਰਹੇ ਹਾਂ। ਜਾਨਵਰ ਸੁੰਘ ਕੇ ਛੱਡ ਦਿੰਦੇ ਆ ਕਿ ਨਹੀਂ ਖਾਣੀ, ਬੱਚਿਆਂ ਦੀ ਸਿਹਤ ਕਿੱਥੋਂ ਬਣੂਗੀ? ਫਿਰ ਅੱਗੇ ਦੁੱਧ ਪੀਂਦੇ, ਘਿਓ ਖਾਂਦੇ, ਜਿਹੜੇ ਘਰ ਦੀਆਂ ਚੀਜ਼ਾਂ ਹੁੰਦੀਆਂ ਸੀ, ਆਪਦੇ ਹੱਥੀ ਬਣਾਈਆਂ ਹੁੰਦੀਆਂ, ਕੋਈ ਗੁਲਗੁਲੇ ਮਿੱਠੀ ਲਾ, ਉਹ ਵੀ ਇੱਕ ਤਰ੍ਹਾਂ ਦੀ, ਬੱਚਿਆਂ ਨੂੰ ਗੁੜ ਚੋਂ ਆਇਰਨ ਮਿਲਦਾ ਸੀ, ਵਧੀਆ ਆਪਦੇ ਘਰ ਦਾ ਸ਼ੁੱਧ ਤੇਲ ਮਿਲਦਾ ਸੀ, ਸਰਸੋਂ ਦਾ ਲਾ ਲਓ, ਘਿਓ ਲਾ ਲਓ, ਤੇ ਹੁਣ ਤਾਂ ਸਾਰੀਆਂ ਚੀਜ਼ਾਂ ਮਿਲਾਵਟ ਵਾਲੀਆਂ ਹੋ ਗਈਆਂ। ਕੀ ਬਹੁਤ ਤਰਸ ਆਉਂਦਾ ਹੁਣ ਬੱਚਿਆਂ ਤੇ ਦੇਖ ਕੇ, ਸਾਡੇ ਵਰਗੇ ਤਾਂ ਇੰਨੀ ਉਮਰ ਕੱਟ ਗਏ ਫੇਰ ਵੀ ਇੰਨਾ ਕੰਮ ਕਰ ਲੈਂਦੇ ਹਾਂ, ਤੇ ਹੁਣ ਜੇ ਤਾਂ 40-40 ਸਾਲ ਦੇ, ਜਿਹੜੇ 40 ਸਾਲ ਦਾ ਪੂਰਾ ਨੌਜਵਾਨ ਹੁੰਦਾ, ਅਸੀਂ ਤਾਂ ਬੱਚੇ ਹੀ ਆਖਾਂਗੇ, ਉਹ ਬੱਚੇ ਵੀ ਨੀ ਕੋਈ ਕੰਮ ਕਰ ਸਕਦੇ, ਉਹਨਾਂ ਨਾਲੋਂ ਜ਼ਿਆਦਾ ਅਸੀਂ ਕਰ ਲੈਂਦੇ ਹਾਂ ਹਜੇ, ਤੇ ਉਹ ਮਿਲਾਵਟ ਹੋ ਰਿਹਾ ਸਾਰਾ ਕੁਛ ਜਿਹੜਾ ਹੋ ਰਿਹਾ ਹੈਗਾ, ਉਹ ਕਿਹੜੀ ਚੀਜ਼ ਹੈ ਜਿਹਦੇ ਵਿੱਚ ਮਿਲਾਵਟ ਨੀ? ਇੱਥੋਂ ਤੱਕ ਕਿ ਤੁਸੀਂ ਹੁਣ ਖ਼ਬਰਾਂ 'ਚ ਵੀ ਸੁਣਿਆ ਹੋਣਾ, MDS ਦੇ ਮਸਾਲੇ ਦੇਖੋ, ਜਪਾਨ ਨੇ ਉਹਨਾਂ ਨੇ ਮਨਾ ਵਿੱਚ ਪਤਾ ਨੀ ਕਿਹੜਾ ਕੈਮੀਕਲ ਜ਼ਿਆਦਾ ਹੈਗਾ ਜਿਹੜਾ ਸਿਹਤ ਵਾਸਤੇ ਬਹੁਤ ਹੀ ਖਤਰਨਾਕ ਹੈ, ਜਿਹਨਾਂ ਨੂੰ ਆਪਾਂ ਸਮਝਦੇ ਸੀਗੇ ਵੀ ਇਹ ਸਭ ਤੋਂ ਵਧੀਆ ਨੇ। ਬਿਲਕੁਲ ਸੁਖਵਿੰਦਰ ਜੀ, ਇਹ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਜਿਹੜੀਆਂ ਅਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਆਪਣੀ ਸਿਹਤ ਦੇ ਲਈ ਚੰਗਾ ਮੰਨਦੇ ਹਾਂ, ਜਿਨ੍ਹਾਂ 'ਤੇ ਸਾਨੂੰ ਇੱਕ ਵਿਸ਼ਵਾਸ ਹੈ, ਔਰ ਇਹ ਵਿਸ਼ਵਾਸ 1-2 ਦਿਨਾਂ ਦਾ ਨਹੀਂ, ਕਾਫੀ ਲੰਬੇ ਅਰਸੇ ਦਾ, ਪਰ ਜਦੋਂ ਅਸੀਂ ਅਜਿਹੀਆਂ ਗੱਲਾਂ ਸੁਣਦੇ ਹਾਂ ਫਿਰ ਵਾਕਈ ਦਿਮਾਗ 'ਚ ਘੰਟੀਆਂ ਵੱਜਦੀਆਂ ਨੇ ਕਿ ਅਸੀਂ ਕੀ ਕਰੀਏ। ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਮਨ 'ਚ ਇਹ ਵਿਚਾਰ ਵੀ ਆਉਂਦਾ ਕਿ ਅਸੀਂ ਪਹਿਲਾਂ ਦੇ ਜ਼ਮਾਨੇ 'ਚ ਚੰਗੇ ਸੀ ਜਦੋਂ ਅਸੀਂ ਆਪਣੇ ਖੇਤਾਂ 'ਚੋਂ ਮਿਰਚਾਂ ਤੋੜ ਕੇ ਰਗੜਦੇ ਸੀ ਜਾਂ ਪੀ ਕੇ ਰੱਖਦੇ ਸੀ, ਅਤੇ ਅੱਜ ਵੀ ਘਰ ਹੁੰਦੀ ਸੀ, ਉਹੀ ਆ ਰਿਹਾ ਘਰੇ, ਅਸੀਂ ਤਾਂ ਹੁਣ ਸਾਬਤ ਧਨੀਆ ਲੈ ਕੇ ਆਉਂਦੇ ਹਾਂ ਘਰੇ, ਆਪਦਾ ਸਾਰਾ ਕੁਛ ਆਪਦਾ ਸਾਬਤ ਮਿਰਚਾਂ ਘਰੇ ਬੀਜਦੇ ਹਾਂ, ਵੀ ਚਲੋ ਜਿੰਨਾ ਕੁ ਹੋ ਸਕਦਾ ਓਨਾ ਕੁ ਤਾਂ ਕਰੀਏ, ਬਾਕੀ ਉਦੋਂ ਵੀ ਮਨ ਬਹੁਤ ਦੁਖੀ ਹੁੰਦਾ ਜਦੋਂ ਵੱਡੀਆਂ ਵੱਡੀਆਂ ਕੰਪਨੀਆਂ ਵੀ ਏਡੇ ਏਡੇ ਫਰਾਡ ਕਰਦੀਆਂ ਲੋਕਾਂ ਨਾਲ। ਹੁਣ ਤੁਸੀਂ ਵੀ ਸੁਣਿਆ ਹੀ ਆ ਖ਼ਬਰਾਂ ਵਿੱਚ ਜਿਹੜੀ ਵੈਕਸੀਨ ਲੱਗੀ ਕਰੋਨਾ ਦੀ ਲੋਕਾਂ ਦੇ, ਹੈ ਨਾ, ਉਹਨੇ ਜਿਹੜੀ ਜ਼ਿੰਦਗੀਆਂ ਬਰਬਾਦ ਕਰਤੀਆਂ, ਮੈਨੂੰ ਤਾਂ ਇੰਨਾ ਜ਼ਿਆਦਾ ਦੁੱਖ ਹੋ ਰਿਹਾ। ਅੱਜ ਮੈਂ 1-2 ਵੀਡੀਓ ਵੀ ਸੁਣੀਆਂ ਨੇ ਤੇ ਜਿਹਦੇ ਵਿੱਚ ਉਹ ਪਾਈ ਤੇ ਹਜੇ ਪੂਰੀ ਰਿਸਰਚ ਨਹੀਂ ਹੋਈ ਸੀ, ਦੇਖੋ ਕਲੋਟ ਹੋ ਰਿਹਾ, ਬ੍ਰੇਨ ਹੈਮਰੇਜ ਹੋ ਰਿਹਾ, ਛੋਟੇ ਛੋਟੇ ਨੌਜਵਾਨ ਬੱਚਿਆਂ ਨੂੰ ਹਾਰਟ ਅਟੈਕ ਹੋ ਰਹੇ ਨੇ। ਮੈਨੂੰ ਤਾਂ ਇੰਨਾ ਗੁੱਸਾ ਚੜ ਰਿਹਾ ਵੀ ਉਹ ਕੰਪਨੀਆਂ ਨੇ ਇੰਨਾ ਕਰੋੜਾਂ ਰੁਪਇਆ ਕਮਾ ਲਿਆ, ਆਕਸੀਜਨ 'ਚ ਕਮਾ ਲਿਆ, ਉਹਦੇ 'ਚ ਕਮਾ ਲਿਆ, ਉਹਦੇ 'ਚ ਲੋਕ ਕਿੰਨੇ ਉਦੋਂ ਮਾਰਤੇ, ਕਿੰਨੇ ਹੋਰ ਮਰਨਗੇ ਪਤਾ ਨੀ ਜਿੰਨੀ ਕਿ, ਹੁਣ ਤਾਂ ਜਮਾ ਕਲੀਅਰ ਹੋ ਗਿਆ। ਏਦੂ ਵੱਡੀ ਵੱਡੀ ਮਿਲਾਵਟ ਕੀ ਹੋਊਗੀ ਜਿਹਨੂੰ ਕਿਸੇ ਦੀ ਜ਼ਿੰਦਗੀ ਦੀ ਪਰਵਾਹ ਹੀ ਨੀ? ਇਹੋ ਜਿਹੇ ਕੰਪਨੀਆਂ ਦੇ ਮਾਲਕਾਂ ਨੂੰ ਮੈਂ ਤਾਂ ਕਹਿੰਦੀ ਹਾਂ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਬਿਲਕੁਲ ਸੁਖਵਿੰਦਰ ਜੀ, ਅਸੀਂ ਤੁਹਾਡੇ ਇਹਨਾਂ ਜਜ਼ਬਾਤਾਂ ਨੂੰ ਸਮਝ ਸਕਦੇ ਹਾਂ। ਸੋ ਬਿਲਕੁਲ ਇਹੀ ਸਵਾਲ, ਇਹੀ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਹਰ ਉਸ ਆਮ ਇਨਸਾਨ ਦੇ ਮਨ 'ਚ ਘੁੰਮਦੀਆਂ ਨੇ ਜਿਹੜੇ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਚੁੱਕੇ ਨੇ। ਔਰ ਸਭ ਤੋਂ ਵੱਡੀ ਗੱਲ, ਸਭ ਤੋਂ ਵੱਡਾ ਦੁੱਖ ਉਹਨਾਂ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੇ ਨੌਜਵਾਨ ਬੱਚੇ ਜਿਹੜੇ ਆ ਅਜਿਹੀਆਂ ਮਿਲਾਵਟੀ ਚੀਜ਼ਾਂ ਦੀ ਭੇਂਟ ਚੜ ਗਏ ਨੇ, ਚਾਹੇ ਉਹ ਮਿਲਾਵਟੀ ਦਵਾਈਆਂ ਹੋਣ, ਚਾਹੇ ਉਹ ਮਿਲਾਵਟੀ ਖਾਣੇ ਹੋਣ, ਅਤੇ ਚਾਹੇ ਮਿਲਾਵਟੀ ਮਸਾਲੇ ਹੋਣ। ਸੋ ਮਿਲਾਵਟ ਕਿਸ ਤਰੀਕੇ ਦੇ ਨਾਲ ਸਾਨੂੰ ਪਰੋਸ ਕੇ ਦਿੱਤੀ ਜਾ ਰਹੀ ਹੈ। ਸੋ ਮੈਨੂੰ ਲੱਗਦਾ ਵੀ ਜਿੰਨਾ ਚਿਰ ਇੱਕ ਹਰ ਆਮ ਇਨਸਾਨ ਜਾਗਰੂਕ ਨਹੀਂ ਹੋਊਗਾ, ਇਸ ਮਿਲਾਵਟ ਦੇ ਖਿਲਾਫ ਅਸੀਂ ਇਕਜੁੱਟ ਨਹੀਂ ਹੋਵਾਂਗੇ, ਇਹ ਮਿਲਾਵਟ ਖਤਮ ਨਹੀਂ ਹੋਣੀ ਹੈ। ਸੋ ਬਹੁਤ ਵਧੀਆ ਲੱਗਿਆ, ਤੁਸੀਂ ਬਹੁਤ ਸੋਹਣੇ ਵਿਚਾਰ ਜਿਹੜੇ ਆਪਣੇ ਸਾਂਝੇ ਕੀਤੇ ਆ। ਸੋ ਬਿਲਕੁਲ, ਅਸੀਂ ਕਈ ਵਾਰ ਗੱਲਾਂ ਕਰਦੇ ਭਾਵੁਕ ਵੀ ਹੋ ਜਾਂਦੇ ਹਾਂ, ਭਾਵੁਕ ਹੋਣਾ ਸੁਭਾਵਿਕ ਜੀ ਗੱਲ ਹੈ, ਕਿਉਂਕਿ ਜਦੋਂ ਹਰ ਦਿਨ ਸਾਨੂੰ ਪਤਾ ਲੱਗਦਾ ਕਿ ਖਾਣੇ ਦੀ ਜਿਹੜੀ ਥਾਲੀ ਅਸੀਂ ਸੋਹਣੇ ਤਰੀਕੇ ਦੇ ਨਾਲ ਸਜਾ ਕੇ ਖਾਂਦੇ ਹਾਂ, ਉਹਦੇ ਵਿੱਚ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਹਿਰ ਦਾ ਅੰਸ਼ ਮਿਲਦਾ ਹੈ, ਅਸੀਂ ਆਪਣੇ ਆਪ ਨੂੰ ਖੁਦ ਜ਼ਹਿਰ ਪਰੋਸ ਕੇ ਦੇ ਰਹੇ ਹਾਂ। ਆਪ ਜਿਹੜਾ ਪਿਓਰਿਟੀ ਦੇ ਰਾਹਾਂ ਤੇ ਚੱਲਣਾ ਪਊਗਾ, ਤਾਂ ਅਸੀਂ ਆਪਣੇ ਆਪ ਨੂੰ ਆਪਣੀਆਂ ਜਨਰੇਸ਼ਨ ਆਉਣ ਵਾਲੀਆਂ ਜਿਹੜੀਆਂ ਉਹਨਾਂ ਨੂੰ ਬਚਾ ਸਕਦੇ ਹਾਂ। ਸ਼ੁਕਰੀਆ ਸੁਖਵਿੰਦਰ ਜੀ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਬਹੁਤ ਹੀ ਸੋਹਣੀਆਂ ਗੱਲਾਂ ਦੀ ਸਾਂਝ ਪਾਉਣ ਦੇ ਲਈ। ਸੋ ਬਿਲਕੁਲ ਜੀ, ਇਹ ਮਿਲਾਵਟਾਂ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹਨੂੰ ਵੀ ਖਤਮ ਕਰੀ ਜਾ ਰਹੀਆਂ ਨੇ, ਸਾਡੀਆਂ ਸਿਹਤਾਂ ਦਾ ਘਾਣ ਹੋ ਰਿਹਾ। ਸੋ ਬਿਲਕੁਲ ਸੁਖਵਿੰਦਰ ਜੀ ਨੇ ਬਹੁਤ ਸੋਹਣੀ ਗੱਲ ਕਹੀ ਹੈ, ਅੱਜ ਵੀ ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ ਨਾ, ਜਿਹੜੇ ਸਾਡੇ ਬਜ਼ੁਰਗ ਨੇ ਉਹ ਸਾਡੇ ਨੌਜਵਾਨਾਂ ਦੇ ਨਾਲੋਂ ਕਿਤੇ ਬਿਹਤਰ ਪਏ ਨੇ, ਕਿਤੇ ਜ਼ਿਆਦਾ ਮਿਹਨਤ ਕਰਦੇ ਨੇ, ਕਿਤੇ ਜ਼ਿਆਦਾ ਕੰਮ ਕਰਦੇ ਨੇ, ਕਿਤੇ ਜ਼ਿਆਦਾ ਜਿਹੜਾ ਹੈ ਕੰਮ ਕਰਨ ਦੀ ਕਸ਼ਮਤਾ ਰੱਖਦੇ ਨੇ। ਪਰ ਨੌਜਵਾਨ ਜਿਹੜੇ ਸਾਡੇ ਉਹ ਥੋੜ੍ਹਾ ਜਿਹਾ ਕੰਮ ਕਰਕੇ ਥੱਕ ਜਾਂਦੇ ਨੇ, ਉਹਦੇ ਵਿੱਚ ਖਾਣੇ ਦਾ ਫੈਕਟਰ ਵੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਮਾਂ ਬਾਪ ਦੇ ਲਾਡ ਪਿਆਰ ਦਾ ਫੈਕਟਰ ਵੀ ਹੈ, ਕਿਉਂਕਿ ਅੱਜ ਕੱਲ੍ਹ ਦੇ ਬੱਚਿਆਂ ਤੋਂ ਕਈ ਵਾਰ ਅਸੀਂ ਕੰਮ ਵੀ ਨਹੀਂ ਕਰਾਉਂਦੇ ਹਾਂ, ਅਤੇ ਸਾਨੂੰ ਬੱਚੇ ਬੜੇ ਪਿਆਰੇ ਹੁੰਦੇ ਨੇ, ਅਤੇ ਉਸ ਪਿਆਰ ਪਿਆਰ ਦੇ ਵਿੱਚ ਬੱਚਿਆਂ ਦੀਆਂ ਆਦਤਾਂ ਵੀ ਕੰਮ ਵਾਲੀਆਂ ਨਹੀਂ ਬਣਦੀਆਂ। ਸੋ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਹੈ ਸਾਡਾ ਖਾਣਾ, ਜਿਹਨੇ ਸਾਡੇ ਦਿਮਾਗ 'ਤੇ ਵੀ ਅਸਰ ਪਾਉਣਾ, ਸਾਡੇ ਦਿਲ 'ਤੇ ਵੀ ਅਸਰ ਪਾਉਣਾ, ਅਤੇ ਸਾਡੀ ਸਿਹਤ ਜਿਹੜੀ ਹੈ ਚੰਗੀ ਬਣਾਉਣ 'ਤੇ ਵੀ ਅਸਰ ਪਾਉਣਾ। ਸੋ ਫਿਲਹਾਲ ਇਸ ਵੇਲੇ ਸਾਡੇ ਨਾਲ ਬਖਸ਼ੀ ਜੀ ਦੁਬਈ ਤੋਂ ਜੁੜ ਚੁੱਕੇ ਨੇ, ਉਸ ਤੋਂ ਬਾਅਦ ਅਰਸ਼ਦੀਪ ਫੈਜ਼ਗੜ੍ਹ ਤੋਂ, ਸੁਖਮੰਦਰ ਜੀ ਟੋਰੰਟੋ ਤੋਂ, ਹਰਮਨ ਜੀ ਨਿਊ ਜਰਸੀ ਤੋਂ, ਸਤਪਾਲ ਕਿੰਗਰਾ ਜੀ ਦੇ ਵੀ ਕਾਫੀ ਸਾਰੇ ਮੈਸੇਜ, ਔਰ ਖੁਸ਼ਹਾਲ ਸਿੰਘ ਮਲ ਜੀ ਔਰ ਬਲਵੀਰ ਬੱਬੀ ਜੀ ਸਾਰਿਆਂ ਦੇ ਨਾਲ ਸਾਂਝ ਬਣਾਵਾਂਗੇ। ਪਰ ਫਿਲਹਾਲ ਇਸ ਵੇਲੇ ਬਖਸ਼ੀ ਜੀ ਦੁਬਈ ਤੋਂ ਸਾਡੇ ਨਾਲ ਜੁੜ ਗਏ ਨੇ। ਬਖਸ਼ੀ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਥੈਂਕ ਯੂ ਸੋ ਮਚ ਗਗਨ ਜੀ, ਮਾਸ਼ਾਅੱਲਾ ਬਹੁਤ ਹੀ ਸੋਹਣਾ ਜਿਹੜਾ ਹੈਗਾ ਸਬਜੈਕਟ ਅੱਜ ਲੈ ਕੇ ਆਉਂਦਾ ਤੁਸੀਂ, ਤੇ ਸਾਰੇ ਮਾਣਮੱਤੇ ਸਰੋਤੇ ਜਿਹੜੇ ਹੈਗੇ ਆ ਆਪਣਾ ਆਪਣਾ ਜਿਹੜਾ ਹੈਗਾ ਖਿਆਲਾਤ ਜਿਹੜੇ ਹੈਗੇ ਰੋਸ਼ਨ ਖਿਆਲ ਸੋਹਣੇ ਖਿਆਲ ਉਹਨਾਂ ਦਾ ਇਜ਼ਹਾਰ ਕਰਕੇ ਜਾ ਰਿਹਾ ਮੈਂ ਸੁਣ ਰਿਹਾ ਮਾਸ਼ਾਅੱਲਾ। ਤੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ, ਤੇ ਮਾਣਮੱਤੇ ਸਰੋਤੇ ਤਸ਼ਰੀਫ ਫਰਮਾ ਇਹਨਾਂ ਨੂੰ ਜਿਹੜਾ ਹੈਗਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਰੇਡੀਓ ਚੰਨ ਪ੍ਰਦੇਸ਼ੀ ਦੀ ਹਾਈ ਕਮਾਂਡ ਤੇ ਲੋਅਰ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਸ਼ੁਕਰਗੁਜ਼ਾਰ ਹਾਂ ਜੀ। ਤੇ ਮੈਂ ਗੱਲ ਕਰਦਾ ਹੈਗਾ ਅੱਜ ਦੇ ਮੌਜੂ ਤੇ, ਮੌਜੂ ਤੁਸੀਂ ਅੱਜ ਜਿਹੜਾ ਹੈਗਾ ਗਗਨ ਜੀ ਬਹੁਤ ਹੀ ਸੋਹਣਾ ਮੌਜੂ ਲੈ ਕੇ ਆਉਂਦਾ ਹੈਗਾ, ਉਹਨਾਂ ਵੀ ਚਾਹੀਦਾ ਸਾਨੂੰ, ਕਹਿੰਦੇ ਨਾ ਸਮਥਿੰਗ ਨਿਊ ਸਮਥਿੰਗ ਫਰੈਸ਼, ਤੇ ਇਹਦੇ ਨਾਲ ਜਿਹੜਾ ਹੈਗਾ ਮਾਲੂਮਾਤ ਦੇ ਵਿੱਚ ਇਜ਼ਾਫਾ ਹੁੰਦਾ ਹੈਗਾ ਜਦੋਂ ਅਸੀਂ ਇਹਦੇ ਤੇ ਜਸਤਜੂ ਗੁਫ਼ਤਗੂ ਰੂਬ ਰੂ ਕਰਦੇ ਹੈਗੇ ਆ, ਤੇ ਇਹਦੇ ਨਾਲ ਜਿਹੜਾ ਹੈਗਾ ਸਾਡੀ ਮਾਲੂਮਾਤ ਚ ਇਜ਼ਾਫਾ ਹੁੰਦਾ ਹੈਗਾ। ਤੇ ਮੈਂ ਆਉਣਾ ਹੈਗਾ ਫਿਰ ਇਸ ਮੌਜੂ ਦੇ ਉੱਤੇ, ਤੇ ਆਪਣਾ ਤਬਾਦਲਾ ਜਿਹੜਾ ਹੈਗਾ ਖਿਆਲ ਵੀ ਕਰਦਾ ਹੈਗਾ ਇਹਦੇ ਉੱਤੇ, ਇਸ ਟੌਪਿਕ ਦੇ ਉੱਤੇ, ਕਿ ਯਾਨੀ ਇਸ ਚੀਜ਼ ਨੂੰ ਲੈ ਕੇ ਮਤਲਬ ਕਿ ਮੌਜੂ ਰੱਖਿਆ ਗਿਆ ਹੈ ਕਿ ਜਿਹੜੀ ਅਸੀਂ ਦੇਖੋ ਖਾਣ ਦੇ ਵਿੱਚ ਚੀਜ਼ਾਂ ਜਿਹੜੀਆਂ ਹੈਗੀਆਂ ਵਸਤਾਂ ਜਿਹੜੀਆਂ ਹੈਗੀਆਂ ਇਸਤੇਮਾਲ ਕਰਦੇ ਹੈਗੇ ਆ, ਆਇਆ ਉਹ ਜਿਹੜਾ ਹੈਗਾ ਉਹਨਾਂ ਦੇ ਵਿੱਚ ਮਿਲਾਵਟ ਵੀ ਹੁੰਦੀ ਹੈਗੀ ਆ, ਇਸ ਚੀਜ਼ ਦੇ ਉੱਤੇ ਵੀ ਜਿਹੜਾ ਹੈਗਾ ਦੱਸਿਆ ਗਿਆ ਤੇ ਸੁਣਿਆ ਵੀ ਆ ਹੁਣ ਤੱਕ ਜਿੰਨੇ ਸਰੋਤੇ ਭੁਗਤ ਗਏ ਹੈਗੇ।
ਤੇ ਮੈਂ ਵੀ ਇਸੇ ਗੱਲ ਕਰਦਾ। ਦੇਖੋ ਸਾਰਿਆਂ ਨੂੰ ਮੇਨ ਚੀਜ਼ ਇੱਕ ਤਾਂ ਐਜ ਆ ਸਾਇੰਟਿਸਟ, ਮੈਂ ਤਾਂ ਵੈਸੇ ਵੀ ਸਾਇੰਟਿਸਟ ਐਜ ਆ ਸਾਇੰਟਿਸਟ ਵੀ ਕਹਿੰਦਾ ਹੈਗਾ, ਮੈਂ ਸਾਇੰਟਿਸਟ ਇਹ ਨੀਗਾ ਹੁੰਦਾ ਵੀ ਸਾਇੰਟਿਸਟ ਇੱਕ ਕੈਟੇਗਰੀ ਦੇ ਆ, ਮੈਡੀਕਲ ਸਾਇੰਟਿਸਟ ਵੀ ਹੈਗੇ ਆ ਦੂਸਰੇ ਵੀ, ਅੱਛਾ ਬਹਰਹਾਲ ਕੈਟੇਗਰੀ ਸਾਇੰਟਿਸਟ ਹੀ ਆ। ਮੈਂ ਇਹ ਗੱਲ ਕਹਿੰਦਾ ਹੈਗਾ ਚਾਹੇ ਦੇਖੋ ਮੈਡੀਕਲ, ਮੈਂ ਮੈਡੀਕਲ ਸਾਇੰਸ ਸਾਇੰਟਿਸਟ ਨਹੀਂ ਹਾਂ, ਬੇਸ਼ਕ ਦੂਸਰੀ ਕੈਟੇਗਰੀ ਦਾ, ਲੇਕਿਨ ਫਿਰ ਵੀ ਮੈਨੂੰ ਇਹਨਾਂ ਚੀਜ਼ਾਂ ਦਾ ਸਾਰਾ ਪਤਾ। ਮੈਂ ਇਹ ਕਹਿਣਾ ਚਾਹੁੰਦਾ ਇੱਥੇ ਕਿ ਇੱਕ ਮਟੀਰੀਅਲ ਜਿਹੜਾ ਹੈਗਾ ਜਿਹਨੂੰ ਅਸੀਂ ਮਟੀਰੀਅਲ ਕਹਿੰਦੇ ਹੈਗੇ ਆ, ਚਾਹੇ ਮਟੀਰੀਅਲ ਖਾਣ ਵਾਲਾ ਵੀ ਹੋ ਸਕਦਾ, ਗੱਡੀਆਂ ਦਾ ਮਟੀਰੀਅਲ ਵੀ ਹੋ ਸਕਦਾ, ਇਹ ਨਹੀਂ ਵੀ ਕੋਈ ਗੱਲ। ਅੱਛਾ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਵੀ ਜਿਹੜਾ ਮਟੀਰੀਅਲ ਹੈਗਾ ਉਹ ਖਾਣ ਵਾਲਾ ਜਿਹੜਾ ਹੈਗਾ ਸਾਡਾ ਜਿਹੜਾ ਅਸੀਂ ਇਸਤੇਮਾਲ ਕਰਦੇ ਹੈਗੇ ਹਾਂ ਜਿਹਨੂੰ ਫੂਡ ਕਹਿੰਦੇ ਨੇ ਤੁਸੀਂ, ਤੇ ਉਹ ਆਇਆ ਉਸ ਦੇ ਵਿੱਚ ਜਿਹੜਾ ਹੈਗਾ ਹਰ ਚੀਜ਼ ਦੀ ਰੇਸ਼ੋ ਜਿਹੜੀ ਹੈਗੀ ਆ ਬਿਲਕੁਲ ਐਗਜੈਕਟ ਹੈਗੀ ਆ। ਅਗਰ ਤਾਂ ਉਹ ਬਿਲਕੁਲ ਐਗਜੈਕਟ ਹੈਗੀ ਆ ਜਿਹਨੂੰ ਅਸੀਂ ਜਿਹੜਾ ਹੈਗਾ ਇਹ ਕਹਿੰਦੇ ਨੇ ਕਿ ਹੈਲਦੀ ਇਨਗਰੀਡੀਐਂਟਸ ਜਿਹੜੇ ਹੈਗੇ ਆ ਉਹਦੇ ਵਿੱਚ ਰੱਖੇ ਗਏ ਹੈਗੇ ਆ, ਤੇ ਅਗਰ ਤਾਂ ਉਹ ਸਹੀ ਰੇਸ਼ੋ ਦੇ ਵਿੱਚ ਹੈਗੇ ਆ ਸਹੀ ਹੈਗੇ ਤਾਂ ਫਿਰ ਉਹ ਜਿਹੜਾ ਹੈਗਾ ਗੁੱਡ ਫਾਰ ਹੈਲਥ ਆ। ਅਗਰ ਇਹਨਾਂ ਦੇ ਵਿੱਚੋਂ ਕੋਈ ਚੀਜ਼ ਜ਼ਿਆਦਾ ਹੋ ਗਈ ਆ ਜਾਂ ਜਿਹੜਾ ਹੈ ਘੱਟ ਵੀ ਹੈਗੀ ਆ ਤਾਂ ਵੀ ਉਹ ਨੁਕਸਾਨ ਕਰਦੀ ਹੈਗੀ ਆ। ਇਸੇ ਕਰਕੇ ਕਹਿੰਦੇ ਆ ਹਰ ਚੀਜ਼ ਜਿਹੜੀ ਕੋਈ ਵੀ ਚੀਜ਼ ਜ਼ਿਆਦਾ ਉਹ ਵੀ ਤੰਗ ਕਰਦੀ। ਹੁਣ ਸਬਜ਼ੀ ਆਪਾਂ ਬਣਾਉਣੀ, ਸਬਜ਼ੀ ਚ ਮਿਰਚ ਜ਼ਿਆਦਾ ਪਾ ਲਓ, ਤੁਸੀਂ ਕਹਿੰਦਾ ਯਾਰ ਇੰਨੀ ਮਿਰਚ ਪਾਤੀ ਜਿਹੜਾ ਹੈਗਾ ਇੱਕ ਚਮਕਦੀ ਹੈ ਯਾਨੀ ਉਹ ਚੀਜ਼ ਜਿਹੜੀ ਹੈਗੀ ਆ, ਤੇ ਜੇ ਘੱਟ ਪਾ ਲਓ ਤਾਂ ਵੀ ਫਿੱਟਾ। ਗੱਲ ਇਹ ਕਰਦੇ ਹਾਂ ਕੋਈ ਵੀ ਚੀਜ਼ ਦੀ ਜਿਹੜੀ ਹੈਗੀ ਮੀਡੀਅਮ ਜਿਹੜਾ ਹੈਗਾ, ਅਗਰ ਤਾਂ ਮੀਡੀਅਮ ਉਸ ਚੀਜ਼ ਨੂੰ ਯੂਜ਼ ਕੀਤਾ ਜਾਂਦਾ ਤਾਂ ਉਹ ਸਾਡੀ ਸਿਹਤ ਲਈ ਬਹੁਤ ਜਿਹੜਾ ਹੈਗਾ ਫਾਇਦੇਮੰਦ ਹੈਗੀ ਆ। ਤੇ ਮੈਂ ਇੱਥੇ ਇਹ ਗੱਲ ਕਰਨਾ ਚਾਹੁੰਦਾ ਹੈਗਾ ਕਿ ਦੇਖੋ ਆ ਜਿਹੜਾ ਇਸ ਵੇਲੇ ਜਦੀਦ ਦੌਰ ਜਿਹੜਾ ਚੱਲਦਾ ਪਿਆ ਉਹਦੇ ਵਿੱਚ ਜਦੀਦ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਖਾਣ ਵਾਲੀਆਂ ਆ ਰਹੀਆਂ, ਚਾਹੇ ਉਹ ਕੋਲਡ ਡਰਿੰਕ ਦੇ ਵਿੱਚ ਲੈ ਲਓ, ਚਾਹੇ ਉਹ ਜਿਹੜਾ ਹੈਗਾ ਫਾਸਟ ਫੂਡ ਦੇ ਵਿੱਚ ਲੈ ਲਓ, ਇਹ ਜਿਹੜਾ ਗੱਲ ਸੱਚੀ ਹੈਗੀ ਆ। ਬੜਾ ਬੜਾ ਬੜੇ ਧੋਖੇ ਹੋ ਰਹਿ ਗਏ ਗਗਨ ਭੈਣ, ਮੈਂ ਸਾਰੇ ਸਰੋਤਿਆਂ ਨੂੰ ਵੀ ਕਹਿਣਾ ਚਾਹਾਂਗਾ ਅਟੈਂਸ਼ਨ ਪਲੀਜ਼, ਯਾਨੀ ਇਹਦੇ ਵਿੱਚ ਜਿਹੜਾ ਇਸ ਵੇਲੇ ਉਹ ਦੌਰ ਚੱਲ ਰਿਹਾ ਜਿਹੜਾ ਹੈਗਾ ਤੁਹਾਨੂੰ ਸਟਿੱਕਰ ਜਿਹੜਾ ਹੈਗਾ ਸਟਿੱਕਰ ਉਤਾਰ ਕੇ ਉਹਦੇ ਤੇ ਡੇਟ ਚੇਂਜ ਕਰ ਦਿੱਤੀ ਜਾਂਦੀ ਹੈ ਕਿ ਜਦੋਂ ਕਿ ਅੰਦਰ ਮਟੀਰੀਅਲ ਜਿਹੜਾ ਹੈਗਾ ਉਹ ਜਿਹੜਾ ਵਹਿ ਤਵਿਆ ਹੁੰਦਾ ਹੈਗਾ ਬਾਅਦ ਦੇ ਵਿੱਚ ਉਦੋਂ ਹੀ ਪਤਾ ਲੱਗਦਾ ਜਦੋਂ ਅੰਦਰ ਜਾ ਕੇ ਤੂਫਾਨ ਮਚਾਉਂਦਾ ਹੈਗਾ, ਫਟਾਫਟ ਤੁਹਾਨੂੰ ਪਤਾ ਨਹੀਂ ਲੱਗਣਾ ਤੁਸੀਂ ਖਾ ਲੈਣਾ ਹੈਗਾ। ਅੱਛਾ ਜਦੋਂ ਅੱਧੇ ਕੁ ਘੰਟੇ ਬਾਅਦ 20 ਮਿੰਟਾਂ ਬਾਅਦ ਤੁਹਾਡੇ ਅੰਦਰ ਤੂਫਾਨ ਝੁਲਣਾ ਨਾ ਰਹਿ ਰੱਬ ਦਾ ਨਾਂ ਜਿਹੜਾ ਹੈਗਾ ਮੇਰੇ ਨਾਲ ਹੋਇਆ ਮੈਂ ਸ਼ਾਇਦ ਕਹਾਣੀ ਤੁਹਾਨੂੰ ਇੱਕ ਵਾਰੀ ਦੱਸ ਵੀ ਚੁੱਕਾ ਮਨ ਜੀ, ਮੇਰੇ ਨਾਲ ਵੀ ਹੋਇਆ ਸੀ। ਮੈਂ ਇਹ ਕਹਿ ਰਿਹਾ ਵੀ ਇਹ ਜਿਹੜਾ ਬੜਾ ਖਤਰਨਾਕ ਹੈਗਾ ਆਇਆ ਮੇਰੇ ਭੈਣੋ ਤੇ ਭਰਾਵੋ, ਹਮੇਸ਼ਾ ਡੇਟ ਚੈੱਕ ਕਰ ਲਓ, ਲੇਕਿਨ ਡੇਟ ਦੇ ਵਿੱਚ ਵੀ ਧੋਖੇ ਕੀਤੇ ਗਏ ਹੈਗੇ, ਤੁਸੀਂ ਡੇਟ ਚ ਕੀ ਕਰ ਲਓਗੇ, ਅਗਲੇ ਨੇ ਸਟਿੱਕਰ ਚੇਂਜ ਕਰ ਦਿੱਤਾ ਡੇਟ ਜਿਹੜੀ ਹੈ ਡੇਟ ਦਾ ਟੈਗ ਦੂਸਰਾ ਲਾਤਾ ਹੋਇਆ, ਤੁਸੀਂ ਜੱਜਮੈਂਟ ਹੀ ਨਹੀਂ ਕਰ ਸਕਦੇ। ਪਤਾ ਲੱਗ ਜਾਂਦੀ ਹੈ ਕਿਤੇ ਨਾ ਕਿਤੇ ਅਸੀਂ ਜਿਹੜਾ ਸਜਗ ਹੋ ਸਕਦੇ ਇਹਨਾਂ ਚੀਜ਼ਾਂ ਦੇ ਪ੍ਰਤੀ। ਸੋ ਇੱਕ ਬ੍ਰਾਂਡ ਹੈ ਜੇ ਗਲਤ ਲਾਊਗਾ ਤਾਂ ਅਸੀਂ ਦੂਜੀ ਵਾਰ ਉਸ ਬ੍ਰਾਂਡ ਦੀ ਜਿਹੜੀ ਚੀਜ਼ ਹੈ ਨਹੀਂ ਲਵਾਂਗੇ, ਇੰਨੇ ਕੁ ਅਸੀਂ ਅਵੇਅਰ ਹੋਵਾਂਗੇ ਲਵਾਂਗੇ ਜਦੋਂ ਅਸੀਂ। ਤਫਤੀਸ਼ ਵੀ ਕਰਾਓ ਕਿ ਬਈ ਇਹ ਕਿਹੜੀ ਕੰਪਨੀ ਹੈ ਇਹਦਾ ਜਿਹੜਾ ਤਫਤੀਸ਼ ਕੀਤੀ ਜਾਵੇ। ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਬਹੁਤ ਵਧੀਆ ਟੌਪਿਕ ਲੈ ਕੇ ਆਉਂਦਾ ਗਗਨ ਭੈਣ, ਦੇਖੋ ਧਿਆਨ ਦੇ ਨਾਲ ਚੱਲੋ। ਅਗਰ ਤੁਸੀਂ ਚਾਹੁੰਦੇ ਹੈਗੇ ਕਿ ਪਿਓਰ ਹੈਲਥ ਸਾਨੂੰ ਚਾਹੀਦੀ ਆ ਤੇ ਪਿਓਰ ਹੈਲਥ ਵਾਸਤੇ ਤੁਹਾਨੂੰ ਬੜੇ ਹੀ ਜਿਹੜਾ ਹੈਗਾ ਕੌਨਸ਼ੀਅਸ ਹੋ ਕੇ ਚੱਲਣਾ ਪੈਣਾ ਇਸ ਪਲੈਨਟ ਅਰਥ ਦੇ ਉੱਤੇ, ਸਾਰੇ ਪਲੈਨਟ ਅਰਥ ਦੇ ਉੱਤੇ ਹੈਗੇ ਇਸ ਵੇਲੇ, ਬੜੇ ਧਿਆਨ ਨਾਲ ਚੱਲੋ। ਇੱਕ ਖੂਬਸੂਰਤ ਜ਼ਿੰਦਗੀ ਜਿਹੜੀ ਹੈਗੀ ਆ ਸਾਰੇ ਜੀਣਾ ਚਾਹੁੰਦੇ ਆ, ਮੇਰੇ ਭੈਣੋ ਤੇ ਭਰਾਵੋ ਸਾਰੇ ਖੂਬਸੂਰਤ ਜ਼ਿੰਦਗੀ ਜੀਵੋ, ਲੇਕਿਨ ਫੀਡ ਤੇ ਲੀਡ, ਅਗਰ ਤੁਹਾਡੀ ਫੀਡਿੰਗ ਸਹੀ ਆ ਤਾਂ ਲੀਡਿੰਗ ਸਹੀ ਹੋਏਗੀ, ਫੀਡਿੰਗ ਸਹੀ ਨਹੀਂ ਹੋਈ ਤਾਂ ਲੀਡਿੰਗ ਤੁਹਾਡੀ
ਜਿਹੜੀ ਹੈਗੀ ਆ ਜੀਓ ਹੋ ਜਾਏਗੀ, ਤੁਸੀਂ ਲੀਡ ਨਹੀਂ ਜ਼ਿੰਦਗੀ ਚ ਕਰ ਸਕਦੇ। ਇਸ ਕਰਕੇ ਫੀਡ ਫਸਟ ਫੀਡ ਦੈਨ ਲੀਡ, ਫਸਟ ਫੀਡ ਦੈਨ ਲੀਡ। ਤੇ ਤੁਹਾਡਾ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ, ਗਗਨ ਭੈਣ ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਬਖਸ਼ੀ ਜੀ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਸੋ ਬਿਲਕੁਲ ਜੀ, ਸਮਾਂ ਆਪਣੇ ਕੋਲ ਲਿਮਿਟਡ ਹੁੰਦਾ, ਸੋ ਇਸ ਕਰਕੇ ਹੁਣ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਇਹੀ ਰਹਿਣੀ ਹੈ ਵੀ ਥੋੜ੍ਹਾ ਜਿਹਾ ਆਪਾਂ ਸਮੇਂ ਦਾ ਖਿਆਲ ਰੱਖ ਕੇ ਚੱਲੀਏ। ਸੋ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਖੁਸ਼ਹਾਲ ਸਿੰਘ ਮੱਲ ਜੀ, ਅਤੇ ਉਸ ਤੋਂ ਬਾਅਦ 415 ਇੱਕ ਨਵਾਂ ਨੰਬਰ ਜੋ ਮੇਰੇ ਕੋਲ ਸ਼ੋਅ ਹੋ ਰਿਹਾ, ਜ਼ਰੂਰ ਸਾਂਝ ਬਣਾਵਾਂਗੇ। ਬਸ ਚੰਦ ਪਲਾਂ ਦਾ ਤੁਸੀਂ ਇੰਤਜ਼ਾਰ ਕਰੋ। ਅਤੇ ਬਹੁਤ ਬਹੁਤ ਸਵਾਗਤ ਖੁਸ਼ਹਾਲ ਜੀ ਪ੍ਰੋਗਰਾਮ 'ਚ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ 'ਚ ਸਵਾਗਤ, ਕੀ ਕਹੋਗੇ? ਤੇ ਬਾਕੀ ਖਾਣੇ ਦੀ ਗੱਲ ਕਰਦੇ, ਤੁਸੀਂ ਮੈਂ ਰਾਤੀ ਦਿੱਲੀ ਗਿਆ ਸੀਗਾ ਏਅਰਪੋਰਟ ਤੇ, ਤੇ ਹੁਣ ਥੋੜਾ ਜਿਹਾ ਘਰ ਦਾ ਖਾਣਾ ਕੇ ਥੋੜਾ ਜਿਹਾ ਨਾਰਮਲ ਹੋਇਆ, ਤੇ ਰਾਤੀ ਦਾ ਫਿਰ ਉਹ ਫੋਨ ਕਰਨ ਨੂੰ ਵੀ ਦਿਲ ਕਰਦਾ ਸੀਗਾ, ਪਰ ਜਿੱਦਾਂ ਉਹ ਭਾਫ ਵਾਲਾ ਇੰਜਣ ਏਦਾਂ ਸੀਟੀਆਂ ਵੱਜਦੀਆਂ ਸੀ ਖਾਣ ਨੂੰ। ਸੋ ਖਾਣੇ ਨੇ ਮੈਨੂੰ ਲੱਗਦਾ ਵੀ ਅਹਿਸਾਸ ਕਰਾਤਾ ਵੀ ਇੱਥੇ ਵੀ ਮਿਲਾਵਟ ਹੈ। ਹਾਂ, ਜਦੋਂ ਅਸੀਂ ਰੋਟੀ ਖਾਂਦੇ ਸੀ ਤਾਂ ਸਾਡੇ ਬਾਪੂ ਜੀ ਪੰਜਾਬ ਚ ਗਏ, ਇਕੱਲੇ ਹੀ ਉਹ ਲੈਣ ਗਏ ਸੀ ਕਿਸੇ ਆਪਣੇ ਬੱਚਿਆਂ ਨੂੰ, ਤਾਂ ਉਹਨੇ ਉਹ ਕਿਆ ਹੁੰਦੀ ਆ ਪਾਲਕ ਮੱਖਣੀ ਮੰਗਾ ਲਈ ਹੋਣੀ, ਉੱਥੇ ਦਿੱਲੀ ਜਾਂਦੇ ਭੁੱਖ ਤਾਂ ਲੱਗੇ ਜਾਂਦੀ ਹੈ, ਉਹ ਚਮਚੇ ਚੁਮਚੇ ਜਾਂ ਪਰੇ ਰੱਖ ਕੇ ਉਹਨਾਂ ਨੇ ਏਦਾਂ ਹੱਥੀ ਉਤਰਿਆ, ਫਿਰ ਉਹ ਉਹਨੂੰ ਮਿੰਟ ਚ ਚੱਟ ਕੇ ਜਾਂ ਪਰੇ ਰੱਖਤੀ, ਕਿਉਂਕਿ ਇੱਕ ਤਾਂ ਚੀਜ਼ ਬੜੀ ਕੋਸਟਲੀ ਮਿਲਦੀ ਆ, ਇੱਕ ਮਿਲਾਵਟ ਹੁੰਦੀ ਆ, ਤੇ ਫਿਰ ਉਹਦੇ ਵਿੱਚ ਫਿਰ ਮੁੜ ਕੇ ਸਾਹ ਲੈਣਾ, ਕਿਉਂਕਿ ਬਜ਼ੁਰਗ ਸਾਡੇ ਜਿਹੜੇ ਪੁਰਾਣੇ ਜਿਹੜੀਆਂ ਚੀਜ਼ਾਂ ਖਾਧੀਆਂ ਨੇ ਉਹਦੇ ਕਰਕੇ ਭੱਜ ਜਾਂਦਾ ਅਸੀਂ ਵੀ, ਚਲੋ ਪਾਣਾ ਪੁਰਾਣਾ ਬਹੁਤ ਕੁਛ ਖਾਧਾ ਆ, ਪਰ ਜਦ ਦਾ ਹੁਣ ਘਰ ਆ ਕੇ ਰੋਟੀ ਖਾਧੀ ਨਾ, ਜਿਹੜਾ ਰਾਤ ਦਾ ਖਾਧਾ ਹਾਲੇ ਵੀ ਗਲ ਤੱਕ ਹੁੰਦਾ, ਮਸੀ ਖਿੱਚ ਖਿੱਚ ਥੱਲੇ ਰੱਖਿਆ ਉਹਨੂੰ। ਪੁਰਾਣੇ ਕਿੱਸੇ ਵੀ ਹੁੰਦੇ ਸੀ, ਇੱਕ ਵਾਰੀ ਰਾਜੇ ਨੂੰ ਨਾ ਕਿਸੇ ਨੇ ਕਹਿਤਾ ਵੀ ਤੂੰ ਖੁਸ਼ ਕਰਨਾ ਕਿਸੇ ਬੰਦੇ, ਢੰਡੋਰਾ ਫਰਾ ਤੂੰ ਮੈਨੂੰ ਖੁਸ਼ ਕਰਨਾ। ਉਹ ਬੰਦੇ ਬੜੇ ਗਰੀਬ ਸੀ ਪਰ ਸ਼ਰਾਰਤੀ ਬਹੁਤ ਸੀਗੇ, ਤੇ ਉਹ ਚਲ ਗਿਆ ਸਬਜ਼ੀ ਮੰਡੀ ਚਲ ਗਿਆ, ਕਹਿੰਦੇ ਸਬਜ਼ੀ ਸਭ ਤੋਂ ਸਸਤੀ ਆ ਵੀ ਮੈਂ ਰਾਜੇ ਨੂੰ ਖੁਸ਼ ਕਰਾਂਗੇ। ਗੋਭੀ ਦਾ ਸੌਦਾ ਮਾਰਨਾ ਪਿਆ, 100 ਰੁਪਈਆ ਸੀ ਨਾ ਉਹ, ਤੇ ਉਹ ਗੋਭੀ ਦਾ ਸੌਦਾ ਬਣੇ ਨਾ, ਉਹ ਬਥੇਰਾ ਟੱਕਰਾਂ ਮਾਰੀਆਂ, ਉਹ ਕਹਿੰਦੇ ਵੀ ਅਸੀਂ ਤਾਂ ਰਹਿ ਜਾਣਾ, ਥੋੜੇ ਜਿਹੇ ਹੋਰ ਦੂਰ ਜਾਂਦੇ ਤਾਂ ਗਾਜਰਾਂ ਦਾ ਸੀਜ਼ਨ ਮੁੱਕਣ ਵਾਲਾ ਸੀਗਾ, ਤੇ ਉਹਨੇ ਇੱਕ ਵਾਰੀ ਗਾਜਰਾਂ ਲੈਣੀਆਂ, ਉਹ 100 ਰੁਪਏ ਚ ਕਾਫੀ ਆ ਗਈਆਂ, ਉਹ ਸਾਰੇ ਆਪਣੇ ਆਪਣੇ ਗਿਫਟ ਦੇ ਰਹੇ। ਜਦੋਂ ਉਹਨੇ ਥਾਲੀ ਵਿੱਚੋਂ ਦੇਖੀ ਨਾ ਗਾਜਰਾਂ, ਰਾਜੇ ਨੂੰ ਬੜਾ ਗੁੱਸਾ ਆਇਆ ਵੀ ਤਾਂ ਜਾਣ ਵਾਲੀ ਸਬਜ਼ੀ ਖਾ ਖਾ ਕੇ ਅੱਗੇ ਉਹ ਵੀ ਫੇਰ ਗਾਜਰਾਂ ਲੈ, ਉਹਨੇ ਸਜ਼ਾ ਦਿੱਤੀ ਦੋਹਾਂ ਨੂੰ, ਕਹਿੰਦਾ ਇਹ ਨਾਸਾਂ ਚ ਲਾਓ ਹੋਏ ਗਾਜਰਾਂ, ਉਹ ਪਤਲੇ ਪਤਲੇ ਸੀ ਨਾ ਉਹਦੇ ਜਿਹੜੇ ਸੈਨਿਕ ਸੀ ਨਾਸਾਂ ਦੇ, ਪਰ ਮੂੰਹ ਉਹ ਮੂੰਹ ਰਾਹੀਂ ਖਾਈ ਜਾਣ ਨਾਲੇ ਹੱਸੀ ਜਾਣ, ਰਾਜਾ ਰਾਜੇ ਦੀ ਪਬਲਿਕ ਵੀ ਸਾਰੀ ਹੱਸੇ, ਉਹ ਕਹਿੰਦੇ ਅਸੀਂ ਫ੍ਰੀ ਦੇ ਰਹੇ, ਕਹਿੰਦੇ ਸੀ ਫੀ ਵੀ ਖਾ ਖਾ ਕੇ ਹੱਸੀ ਜਾਂਦੇ ਆ, ਉਹ ਕਹਿੰਦੇ ਚਲੋ ਛੱਡੋ ਇਹਨੂੰ ਵੀ, ਇਹ ਤਾਂ ਹੁਣ ਬੜੇ ਬਿਸ਼ਾਰਮ ਬੰਦੇ ਢੀਟ ਆ, ਇਹ ਤਾਂ ਗਾਜਰਾਂ ਮੁੱਕ ਚੁੱਕੀਆਂ, ਪਰ ਫਸਣ ਨੀ ਹਟਦੇ, ਇਹਨੂੰ ਪੁੱਛੋ ਹੱਸਦੇ ਗੱਲ ਹੀ ਆ। ਉਹ ਕਹਿੰਦੇ ਹੱਸਦੇ ਰਾਜਾ ਜੀ, ਅਸੀਂ ਇਸ ਕਰਕੇ ਗੋਭੀ ਦੇਣ ਲੱਗੇ ਸੀ, ਜੇ ਤੁਸੀਂ ਉਹ ਸਾਡੇ ਨਾਲ ਸਾਂਝ ਦੇਂਦੇ ਨਾ ਵੀ ਸਾਡਾ ਕੀ ਹਾਲ ਹੁੰਦਾ। ਉਹ ਹਾਲ ਸਾਡਾ ਖਾਣੇ ਦਾ ਹੋਇਆ, ਸੋ ਖਾਣਾ ਜੋ ਤੁਸੀਂ ਖਾਣਾ ਤੁਹਾਡਾ ਅੰਦਰ ਜਾ ਕੇ ਕਿੰਨਾ ਫੁੱਲਣਾ ਕਿੱਦਾਂ ਬਣਨਾ ਇਹ ਪਤਾ ਨੀ ਲੱਗਦਾ ਕੁਛ ਵੀ, ਕਿਉਂਕਿ ਮਿਲਾਵਟ ਤਾਂ ਬਹੁਤ ਜ਼ੋਰ ਆ, ਕਿ ਕਣਕ ਦੀ ਦਵਾਈ ਖਾ ਕੇ ਵੀ ਇਨਸਾਨ ਕਿਤੇ ਗਲਤੀ ਕਰਦੇ ਨਾ ਖਾਣ ਦੀ, ਉਹ ਡੈਥ ਹੋ ਜਾਂਦੀ, ਉਹਨਾਂ ਵੀ ਬਚ ਜਾਂਦਾ ਕਿਉਂਕਿ ਸਾਡੇ ਅੰਦਰ ਬਹੁਤ ਜ਼ਹਿਰ ਭਰ ਚੁੱਕੀ। ਬਿਲਕੁਲ ਬਿਲਕੁਲ ਖੁਸ਼ਹਾਲ ਜੀ, ਵਾਕਈ ਬਹੁਤ ਸੋਹਣੀ ਗੱਲ ਕਹੀ ਹੈ। ਸੋ ਇਹ ਜ਼ਹਿਰ ਹੌਲੀ ਹੌਲੀ ਸਾਨੂੰ ਅੰਦਰੋਂ ਅੰਦਰ ਹੀ ਕਿਵੇਂ ਖਾ ਰਿਹਾ ਸਾਨੂੰ ਪਤਾ ਹੀ ਨਹੀਂ ਹੈ, ਅਸੀਂ ਆਪਣੀਆਂ ਸਿਹਤਾਂ ਦੇ ਨਾਲ ਆਪ ਖਿਲਵਾੜ ਕਰ ਰਹੇ ਹਾਂ। ਹਾਂ, ਕਿਉਂਕਿ ਚੰਦ ਪੈਸਿਆਂ ਦੀ ਖਾਤਰ ਆਪਣੀ ਸਾਨੂੰ ਜ਼ਮੀਰ ਨਹੀਂ ਵੇਚਣੀ ਚਾਹੀਦੀ, ਤੁਸੀਂ ਅੱਜ ਕਰਦੇ ਆ ਕੱਲ ਨੂੰ ਤੁਹਾਡਾ ਹੋਰ ਉਸ ਪਰਿਵਾਰ ਦੇ ਵਿੱਚ ਬਾਹਰੋਂ ਵੀ ਕੋਈ ਚੀਜ਼ ਬੰਦਾ ਇਸ ਪਾਸੇ ਨੂੰ ਜੁੜ ਸਕਦਾ ਹੈ, ਉਹ ਵੀ ਉਹ ਪਰਿਵਾਰ ਤੱਕ ਵੀ ਤੁਹਾਡੇ ਖਾਣਾ ਕਿਸੇ ਨਾ ਕਿਸੇ ਜ਼ਰੀਏ ਆ ਜਾਏਗਾ, ਜੋ ਅੱਜ ਆਪਾਂ ਜ਼ਹਿਰ ਖਾਣੇ, ਕਿਸੇ ਨੂੰ ਜ਼ਹਿਰ ਖਾਉਣ ਦੀ ਕੋਸ਼ਿਸ਼ ਨਾ ਕਰੋ, ਜੇ ਟੋਆ ਪੁੱਟਦੇ ਹੋ ਖੁਦ ਤੁਸੀਂ ਵੀ ਡਿੱਗੋਗੇ। ਬਿਲਕੁਲ ਜੀ ਬਿਲਕੁਲ, ਸੋ ਇਸ ਕਰਕੇ ਕਦੇ ਵੀ ਕਿਸੇ ਦੇ ਲਈ ਟੋਆ ਜਿਹੜਾ ਨਾ ਪੁੱਟੋ, ਸੇ ਇਸੇ ਕਰਕੇ ਕਹਿੰਦੇ ਆ ਨਾ ਕਿ ਜੇ ਦੂਜੇ ਦੇ ਲਈ ਖੱਡਾ ਖੋਦਾਂਗੇ ਤਾਂ ਉਹ ਖੱਡਾ ਆਪਣੇ ਵਾਸਤੇ ਵੀ ਤਿਆਰ ਰਹਿੰਦਾ। ਸੋ ਬਹੁਤ ਸੋਹਣੀ ਗੱਲ, ਤੇ ਬਹੁਤ ਵਧੀਆ ਲੱਗਿਆ ਖੁਸ਼ਹਾਲ ਜੀ, ਤੇ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਗੁਜ਼ਾਰਿਸ਼ ਗਾਜਰਾਂ ਧਿਆਨ ਨਾਲ ਖਾਣ।
ਮੈਂ ਵੀ ਉਹੀ ਸੋਚ ਰਹੀ ਸੀ। ਸੋ ਬਹੁਤ ਸੋਹਣੀ ਗੱਲਬਾਤ, ਤੇ ਤੁਹਾਡੀਆਂ ਗੱਲਾਂ 'ਚ ਹਮੇਸ਼ਾ ਚੁਟਕਲੇ ਵੀ ਹੁੰਦੇ ਆ, ਹਾਸੀ ਵੀ ਹੁੰਦੀ ਆ, ਅਤੇ ਨਾਲ ਨਾਲ ਬਹੁਤ ਸਾਰਾ ਗਿਆਨ ਵੀ ਹੁੰਦਾ। ਸੋ ਬਹੁਤ ਵਧੀਆ ਲੱਗਿਆ ਖੁਸ਼ਹਾਲ ਜੀ, ਔਰ ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ, ਅਤੇ ਤੁਸੀਂ ਸਾਡੇ ਇਸ ਵਿਹੜੇ 'ਚ ਆਏ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਜੁੜਨ ਲਈ, ਇਸ ਮੰਚ 'ਤੇ ਆਉਣ ਦੇ ਲਈ ਸ਼ੁਕਰੀਆ। ਸੋ ਬਿਲਕੁਲ ਜੀ, ਇਹ ਸਨ ਖੁਸ਼ਹਾਲ ਸਿੰਘ ਜੀ ਜੋ ਪ੍ਰੋਗਰਾਮ ਦੇ ਨਾਲ ਜੁੜੇ ਸੀ, ਅਤੇ ਲੋ ਫਿਰ ਹੁਣ ਇਸ ਵੇਲੇ ਨੰਬਰ ਜਿਹੜਾ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਰੋਤੇ 415, ਅਤੇ ਉਸ ਤੋਂ ਬਾਅਦ ਅਵਤਾਰ ਜੀ ਜਿਹੜੇ ਆ ਦੇਹਰਾਦੂਨ ਉੱਤਰਾਖੰਡ ਵਾਲੇ, ਜਿਨ੍ਹਾਂ ਦੇ ਨਾਲ ਆਪਾਂ ਸਾਂਝ ਬਣਾਵਾਂਗੇ, ਪਰ ਫਿਲਹਾਲ 415 ਲਾਸਟ ਨੰਬਰ ਸਾਡੇ ਨਾਲ ਜੁੜ ਚੁੱਕੇ ਨੇ। ਉਹ ਦੇਖਦੇ ਆ ਕੌਣ ਨੇ, ਕਿੱਥੋਂ ਜੁੜੇ ਨੇ। ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਬਿੰਦਰ ਜੀ। ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਕੌਣ, ਕਿੱਥੋਂ ਬੋਲ ਰਹੇ ਹੋ? ਗਗਨ, ਮੈਂ ਫੈਜ਼ਗੜ੍ਹ ਤੋਂ ਬੋਲਦੀ ਹਾਂ। ਸ਼ਰਨਜੀਤ ਖੁਦ ਮੈਨੂੰ ਬਹੁਤ ਖੁਸ਼ੀ ਹੋਈ ਆ। ਮੈਂ ਕੁਮਾਰੀ ਹੁੰਦੀ ਹਾਂ, ਪ੍ਰੋਗਰਾਮ ਮਤਲਬ ਰੇਡੀਓ ਦੇ ਪ੍ਰੋਗਰਾਮ ਕੁਮਾਰੀ ਹੁੰਦੀ ਹੈ ਸੁਣਦੀ ਹਾਂ, ਲੇਕਿਨ ਮੇਰਾ ਫੋਨ ਅੱਜ ਪਹਿਲੀ ਵਾਰ ਲੱਗਿਆ ਜ਼ਿੰਦਗੀ ਦੇ ਵਿੱਚ। 45 ਸਾਲ ਦੀ ਉਮਰ ਹੋ ਗਈ ਮੇਰੀ, ਮੇਰਾ ਫੋਨ ਅੱਜ ਪਹਿਲੀ ਵਾਰ ਕਨੈਕਟ ਹੋਇਆ ਤੁਹਾਡੇ ਨਾਲ। ਕਿਆ ਬਾਤ, ਸਾਡੇ ਲਈ ਇੰਨੀ ਖੁਸ਼ੀ ਦੀ ਗੱਲ ਹੈ ਨਾ, ਔਰ ਤੁਹਾਡਾ ਅੱਜ ਪਹਿਲੀ ਵਾਰ ਹੋਇਆ, ਤੇ ਹੁਣ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਹੁਣ ਲੜੀ ਆਪਾਂ ਟੁੱਟਣ ਨਹੀਂ ਦੇਣੀ ਹੈ, ਹੁਣ ਅਸੀਂ ਤੁਹਾਡੇ ਵਿਚਾਰਾਂ ਨੂੰ ਜਾਣ ਦੇਵਾਂਗੇ। ਜੀ ਹਾਂਜੀ ਮੈਡਮ, ਅੱਜ ਦਾ ਵਿਸ਼ਾ ਜਿਹੜਾ ਤੁਸੀਂ ਰੱਖਿਆ ਮੈਡਮ, ਅੱਜ ਬਹੁਤ ਸੋਹਣਾ ਵਿਸ਼ਾ ਰੱਖਿਆ ਜੀ। ਵਿਸ਼ਾ ਮੈਨੂੰ ਅੱਜ ਇਹ ਲੱਗਿਆ ਵੀ ਮੇਰੀ ਜ਼ਿੰਦਗੀ ਦਾ ਮਤਲਬ ਇੱਕ ਕਿਸਮ ਦਾ ਖਾਬ ਆ ਇਹ ਵੀ, ਕਿ ਜਿਹੜੀ ਕਹਿੰਦੇ ਆ ਨਾ ਵੀ ਪਰਿਵਾਰ ਵਿੱਚ ਮਤਲਬ ਕਿ ਖਾਣਾ ਪਾਣੀ ਬਣਾਉਣਾ ਜਾਂ ਉਤੋਂ ਉਹ ਕਰਨਾ ਵੀ ਪਰਹੇਜ ਰੱਖਣਾ ਚੀਜ਼ਾਂ ਤੋਂ, ਮੈਂ ਆਪਣੇ ਬੱਚਿਆਂ ਨੂੰ ਪਿਆਰ ਨਾਲ ਚੀਜ਼ ਬਣਾ ਕੇ ਦੇਵਾਂਗੇ, ਬੱਚਾ ਜ਼ਰੂਰ ਖਾਊਗਾ। ਲੇਕਿਨ ਜੇ ਬੱਚੇ ਨੂੰ ਆਪਾਂ ਪਰਿਵਾਰ 'ਚ ਵੀ ਆਪਾਂ ਖਿਜ ਬੁਝ ਕੇ ਜੇ ਚੀਜ਼ ਬਣਾਉਂਦੇ ਹਾਂ, ਤੇ ਲੇਕਿਨ ਚੀਜ਼ 'ਚ ਸਵਾਦ ਨਹੀਂ ਆਉਂਦਾ। ਸੋ ਬਿਲਕੁਲ, ਕਹਿੰਦੇ ਨੇ ਕਿ ਜਿਸ ਨੀਅਤ ਦੇ ਨਾਲ ਖਾਣਾ ਬਣਦਾ ਨਾ, ਬੱਚੇ ਦੇ ਵਿੱਚ ਉਹੋ ਜਿਹੇ ਗੁਣ ਚਲੇ ਜਾਂਦੇ ਆ। ਮੈਨੂੰ ਯਾਦ ਹੈ ਵੀ ਜਦੋਂ ਮੈਂ ਆਲ ਇੰਡੀਆ ਰੇਡੀਓ ਤੇ ਹੁੰਦੀ ਸੀ, ਉੱਥੇ ਸਾਡੇ ਜਿਹੜੇ ਸਰ ਹੁੰਦੇ ਸੀ ਨਾ, ਉਹਨਾਂ ਨੇ ਇੱਕ ਕਹਾਣੀ ਸੁਣਾਈ ਸੀ ਵੀ ਇੱਕ ਜੇਲ੍ਹ ਦੇ ਵਿੱਚ ਜੇਲਰ ਹੁੰਦਾ ਸੀਗਾ, ਤੇ ਉਹਦੇ ਘਰ ਜਿਹੜੀ ਕੰਮ ਵਾਲੀ ਸੀ ਉਹ ਖਾਣਾ ਬਣਾਉਂਦੀ ਹੁੰਦੀ ਸੀ, ਤੇ ਉਹ ਜੇਲਰ ਦਾ ਜਿਹੜਾ ਬੱਚਾ ਉਹ ਕ੍ਰਿਮੀਨਲ ਨਿਕਲ ਗਿਆ, ਤੇ ਉਹ ਹੈਰਾਨ ਸੀਗਾ ਵੀ ਸਾਡੇ ਖਾਨਦਾਨ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਅਜਿਹਾ ਨਹੀਂ ਹੈ, ਵੀ ਇਹ ਕਿਵੇਂ ਹੋ ਗਿਆ, ਸਾਡੇ ਘਰ ਦੇ ਵਿੱਚ ਅਜਿਹੀਆਂ ਕੁਆਲਿਟੀਜ਼ ਕਿਵੇਂ ਆਈਆਂ। ਤਾਂ ਕਹਿੰਦੇ ਜਦੋਂ ਰਿਸਰਚ ਕੀਤੀ ਤਾਂ ਬਾਅਦ ਵਿੱਚ ਪਤਾ ਲੱਗਿਆ ਵੀ ਜਿਹੜੀ ਉਹਨਾਂ ਦੇ ਘਰ ਖਾਣਾ ਬਣਾਉਂਦੀ ਸੀ ਨਾ, ਉਹਦਾ ਬੱਚਾ ਜਿਹੜਾ ਸਜ਼ਾ ਕੱਟ ਰਿਹਾ ਸੀ ਜੇਲ੍ਹ ਦੇ ਵਿੱਚ, ਤੇ ਜਦੋਂ ਖਾਣਾ ਬਣਾਉਂਦੀ ਸੀ ਉਹਦੇ ਦਿਮਾਗ 'ਚ ਉਹ ਸਾਰਾ ਕੁਝ ਚੱਲ ਰਿਹਾ ਹੁੰਦਾ ਸੀ। ਸੋ ਕਿਤੇ ਨਾ ਕਿਤੇ ਜਦੋਂ ਤੁਸੀਂ ਖਾਣਾ ਬਣਾਉਂਦੇ ਹੋ, ਜੋ ਉਸ ਵੇਲੇ ਤੁਹਾਡੇ ਵਿਚਾਰ ਨੈਗੇਟਿਵ ਨੇ ਜਾਂ ਖੁਸ਼ ਦਿਲੀ ਦੇ ਨਾਲ ਤੁਸੀਂ ਖਾਣਾ ਨਹੀਂ ਬਣਾ ਰਹੇ ਹੋ, ਤੇ ਉਹ ਖਾਣਾ ਜਿਹੜੇ ਖਾਣਗੇ ਉਹਨਾਂ ਦੇ ਦਿਮਾਗ 'ਚ ਵੀ ਕਿਤੇ ਨਾ ਕਿਤੇ ਅਜਿਹੇ ਵਿਚਾਰਾਂ ਦਾ ਜਿਹੜਾ ਅਸਰ ਹੋਊਗਾ। ਜੀ ਹਾਂਜੀ ਮੈਡਮ, ਅਸੀਂ ਵੀ ਵੈਸੇ ਮੈਡਮ ਵੈਸਾ ਜੁਆਇੰਟ ਫੈਮਿਲੀ ਆ, ਅਸੀਂ 15 ਜਾਣੇ ਆ ਘਰ ਵਿੱਚ, ਤੇ ਲੇਕਿਨ ਖਾਣਾ ਮੈਂ ਕਹਿੰਦੀ ਆ ਵੀ ਜਿਹੜੇ ਅੱਜ ਕੱਲ ਜ਼ਿਮੀਦਾਰ ਭਾਈ ਨੇ, ਭਰਾ ਨੇ ਮੇਰੇ, ਲੇਕਿਨ ਦੇਖੋ ਮੈਂ ਉਹਨਾਂ ਨੂੰ ਵਫਾਦਾਰੀ ਕਹਿੰਦੀ ਆ, ਲੇਕਿਨ ਸਾਡੇ ਪਿੰਡ ਵੀ ਆ ਤੇ ਜਿਹੜੇ ਕੋਈ ਸਬਜ਼ੀ ਬੀਜਦੇ ਆ ਨਾ, ਮਤਲਬ ਬੈਂਗਣ ਛੋਟਾ ਹੈ, ਉਹਨਾਂ ਨੇ ਸੁਬਹ ਦੇ ਟਾਈਮ ਉਹਨਾਂ ਨੇ ਵੇਚਣ ਜਾਣਾ, ਨਾ ਸ਼ਾਮ ਨੂੰ ਨਾ ਟੀਕੇ ਲਗਾ ਰਹੇ ਉਹਨਾਂ ਦੇ ਵਿੱਚ, ਉਹ ਟੀਕੇ ਲਗਾਉਂਦੇ ਆ। ਲੇਕਿਨ ਕੋਈ ਵੀ ਚੀਜ਼ ਆ, ਕੋਈ ਵੀ ਸਬਜ਼ੀ ਆ, ਕੱਦੂ ਲਾ ਲਓ, ਕੱਦੂ ਦੇ ਵੀ ਜੜ ਦੇ ਵਿੱਚ ਟੀਕਾ ਲਗਾ ਰਹੇ ਨੇ, ਤੇ ਕਈ ਆ ਸੁਬਹ ਨੂੰ ਫੁੱਲ ਕੇ ਏਡਾ ਬੜਾ ਹੋ ਜਾਂਦਾ। ਦੇਖੋ ਇਹ ਸਿਰਫ ਕਿਸਾਨ ਆਪਦਾ, ਕਿਸਾਨ ਨੇ ਖੈਰ ਜੇ ਉਹਦੇ ਵਿੱਚ ਪਿਆਰ ਨਾਲ ਆਪਦੀ ਪ੍ਰੇਮ ਭਗਤੀ ਨਾਲ ਉਹਨੂੰ ਫਲ ਨੂੰ ਪੈਦਾ ਕਰਨ, ਘਰ ਦਾ ਰਿਓ ਪਾਉਣ, ਜਿਕਣ ਕਿਸਾਨ ਭਾਈ
ਆਪਣੇ ਪਸ਼ੂ ਰੱਖਦੇ ਆ ਉਹਨਾਂ ਦਾ ਰਿਓ ਵੀ ਬਣਦਾ ਏ, ਖਾਦ ਪਾਉਂਦੇ ਆਪਾਂ ਰਿਓ ਬਣਦਾ, ਉਹ ਖਾਦ ਵਗੈਰਾ ਪਾਉਣ ਉਹਦੇ ਨਾਲ ਬਹੁਤ ਜ਼ਿਆਦਾ ਫਲ ਵਧੀਆ ਮਿਲਦਾ ਆਪਾਂ ਨੂੰ। ਬਿਲਕੁਲ ਬਿਲਕੁਲ, ਸੋ ਤੁਹਾਡੀ ਗੱਲ ਬਿਲਕੁਲ ਸਹੀ ਆ। ਦੇਖੋ ਮੇਰੇ ਕੋਲ ਇੱਕ ਸੁਨੇਹਾ ਵੀ ਪਹੁੰਚਿਆ, ਨੀਲਮ ਜੀ ਆ ਜਿਹੜੇ ਆ ਕਪੂਰਥਲਾ ਤੋਂ ਲਿਖ ਰਹੇ ਨੇ, ਸੋ ਤੁਹਾਡੀਆਂ ਗੱਲਾਂ ਦੇ ਨਾਲ ਹੀ ਜੁੜਿਆ ਉਹਨਾਂ ਦਾ ਸੁਨੇਹਾ। ਕਹਿੰਦੇ ਗਗਨ ਜੀ ਸਾਡੇ ਇੱਥੇ ਦੁੱਧ ਦੀ ਕਹਿੰਦੇ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਸਾਂਝੀ ਕਰਨੀ ਚਾਹੂੰਗੀ। ਸੋ ਕਹਿੰਦੇ ਵੀ ਮੈਂ ਨਾ ਪਹਿਲੇ 50 ਰੁਪਏ ਦੁੱਧ ਲੈਂਦੀ ਸੀ ਅਤੇ ਦੁੱਧ 'ਚੋਂ ਸਮੈਲ ਆਉਂਦੀ ਸੀ, ਮੈਨੂੰ ਲੱਗਦਾ ਸੀ ਵੀ ਪਿਓਰ ਨਹੀਂ ਆ, ਅਤੇ ਮੈਨੂੰ ਇੱਕ ਅਜਿਹੇ ਘਰ ਵਾਲੇ ਮਿਲੇ ਜਿਨ੍ਹਾਂ ਨੇ ਕਿਹਾ ਵੀ ਤੁਹਾਨੂੰ ਪਿਓਰ ਦੁੱਧ ਦੇਵਾਂਗੇ ਪਰ ਅਸੀਂ ਰੇਟ ਜਿਹੜਾ 80 ਰੁਪਏ ਲਵਾਂਗੇ। ਕਹਿੰਦੇ ਮੈਨੂੰ ਲੱਗਿਆ ਵੀ ਸ਼ਾਇਦ ਮੈਂ ਚੰਗਾ ਰੇਟ ਦਊਂਗੀ ਅਤੇ ਮੈਨੂੰ ਚੀਜ਼ ਵਧੀਆ ਮਿਲੂਗੀ, ਪਰ ਯਕੀਨ ਮੰਨਿਓ ਕਹਿੰਦੇ ਉਹ 80 ਰੁਪਏ ਦੇ ਵਿੱਚ ਵੀ ਮਿਲਾਵਟ ਕਰਨ ਨੂੰ ਨਹੀਂ ਹਟੇ। ਦੁੱਧ ਦੇ ਵਿੱਚ ਸਮੈਲ ਵੀ ਬਰਕਰਾਰ ਸੀ ਅਤੇ ਦੁੱਧ ਦੇ ਵਿੱਚ ਪਾਣੀ ਵੀ ਹੁੰਦਾ ਸੀ ਅਤੇ ਦੁੱਧ ਬਹੁਤ ਵਾਰ ਘੱਟ ਵੀ ਆਉਂਦਾ ਸੀ, ਅਤੇ ਉਸ ਵੇਲੇ ਮੈਨੂੰ ਬਹੁਤ ਦੁੱਖ ਹੁੰਦਾ ਸੀ ਕਿ ਪੈਸੇ ਵੀ ਪੂਰੇ ਦੇ ਰਹੇ ਆ ਪਰ ਫਿਰ ਵੀ ਚੀਜ਼ ਵੀ ਸਾਨੂੰ ਪਿਓਰ ਨਹੀਂ ਮਿਲ ਰਹੀ ਹੈ ਅਤੇ ਬੇਈਮਾਨੀ ਜਿਹੜੀ ਹੈ ਨਾਲ ਨਾਲ ਚੱਲ ਰਹੀ ਹੈ। ਸੋ ਗਗਨ ਜੀ ਕਹਿੰਦੇ ਮੇਰਾ ਵਿਸ਼ਵਾਸ ਉੱਠ ਗਿਆ ਅਤੇ ਹੁਣ ਮੇਰੇ ਬੱਚਿਆਂ ਨੇ ਚਾਹ ਪੀਣੀ ਬੰਦ ਕਰ ਦਿੱਤੀ ਹੈ, ਅਸੀਂ ਦੁੱਧ ਹੀ ਨਹੀਂ ਪੀਂਦੇ ਆ। ਹਾਂਜੀ ਸਹੀ ਬਾਤ ਆ, ਲੇਕਿਨ ਦੇਖੋ ਮੈਡਮ ਜਿਹੜਾ ਦੁੱਧ ਤਿਆਰ ਕਰਦੇ ਆ ਨਾ ਅੱਜ ਕੱਲ ਇਹ ਜਿਹੜਾ ਆਪਣੇ ਸਰਫ ਆਉਂਦੀ ਆ, ਸਰਫ ਮਿਲਾਉਂਦੇ ਆ, ਕਲੀ ਮਿਲਾਉਂਦੇ ਆ, ਅਸੀਂ ਨਾ ਖੁਦ ਦੇਖਿਆ ਏ। ਅਸੀਂ ਬੰਬੇ ਨੂੰ ਜਾ ਰਹੇ ਸੀ ਮੇਰੀ ਨਣਦ ਕੋਲ ਤੇ ਰਸਤੇ ਦੇ ਵਿੱਚ ਰੇਲਵੇ ਸਟੇਸ਼ਨ ਇੱਕ ਜਗ੍ਹਾ ਉਤਰੇ ਸੀ, ਉੱਥੇ ਜਿਹੜੇ ਚਾਹ ਬਣਾ ਰਹੇ ਨੇ ਉਹ ਸਿਰਫ ਕਲੀ ਤੋਂ ਦੁੱਧ ਤਿਆਰ ਕਰ ਰਹੇ ਨੇ, ਗੰਦੇ ਨਾਲੇ ਦਾ ਪਾਣੀ ਲੈ ਕੇ ਉਹ ਤੋਂ ਦੁੱਧ ਤਿਆਰ ਕਰ ਰਹੇ ਆ। ਬਿਲਕੁਲ, ਲੇਕਿਨ ਅਸੀਂ ਪਰ ਅਸੀਂ ਜਾਣੇ ਆ, ਅਸੀਂ ਕਦੇ ਵੀ ਉੱਥੇ ਨਾ ਚਾਹ ਪੀਏ ਨਾ ਕੁਛ ਹੋਰ ਖਾਈਏ ਪੀਏ, ਰਸਤੇ ਚ ਆਪਦਾ ਘਰੋਂ ਖਾਣਾ ਪਾਣੀ ਲੈ ਕੇ ਜਾਂਦੇ ਹਾਂ। ਬਿਲਕੁਲ, ਸੋ ਇਹ ਬਹੁਤ ਜ਼ਰੂਰੀ ਹੈ ਕਿ ਘਰੋਂ ਲੈ ਕੇ ਜਾਓ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਤੁਸੀਂ ਡਰਾਈ ਫਰੂਟਸ ਨਾਲ ਲੈ ਜਾਓ, ਤੁਸੀਂ ਘਰੇ ਬਣਾਈ ਰੋਟੀ ਨਾਲ ਲੈ ਜਾਓ, ਤੁਸੀਂ ਬ੍ਰੈਡ ਲੈ ਕੇ ਖਾ ਲਓ, ਕਿਤੇ ਨਾ ਕਿਤੇ ਤੁਸੀਂ ਫਿਰ ਵੀ ਬਚ ਜਾਓਗੇ। ਪਰ ਬਾਹਰ ਜਿਹੜੀਆਂ ਅਨਹਾਈਜੈਨਿਕ ਕੰਡੀਸ਼ਨ ਦੇ ਵਿੱਚ ਬਣੀਆਂ ਚੀਜ਼ਾਂ ਖਾਓਗੇ, ਬਿਮਾਰੀ ਵੀ ਮਿਲੂਗੀ, ਸਿਹਤ ਵੀ ਖਰਾਬ ਹੋਊਗੀ, ਦਵਾਈਆਂ ਦੇ ਬਸ ਜਿਹੜਾ ਪਾਓਗੇ ਉਹਦਾ ਤਾਂ ਫਿਰ ਕੋਈ ਅੰਤ ਹੀ ਨਹੀਂ ਹੈ, ਉਹ ਕਿੱਥੇ ਜਾ ਕੇ ਰੁਕਣੀ ਹੈ, ਸਿਚੁਏਸ਼ਨ ਦੇ ਹਾਲਾਤ ਸਾਨੂੰ ਪਤਾ ਨਹੀਂ ਹੈ। ਸੋ ਵਾਕਈ ਬਹੁਤ ਵਧੀਆ ਲੱਗਿਆ। ਮੈਡਮ ਮੈਂ ਹੋਰ ਕਹਿਣੀ ਆ, ਮੇਰੀ ਇਹ ਬੇਨਤੀ ਆ ਵੀ ਜਦੋਂ ਆਪਾਂ ਸਬਜ਼ੀ ਭਾਜੀ ਕੱਟਦੇ ਆ ਉਹਨੂੰ ਹਮੇਸ਼ਾ ਲੂਣ ਪਾ ਕੇ ਨਾ ਪਾਣੀ ਦੇ ਵਿੱਚ ਉਹਨੂੰ ਖੁੱਲੇ ਪਾਣੀ ਚ ਧੋਵੋ, ਲੇਕਿਨ ਉਹਦੇ ਵਿੱਚ ਜੋ ਵੀ ਕੈਮੀਕਲ ਹੁੰਦਾ ਜਿਮੀਦਾਰ ਭਾਈ ਜੋ ਵੀ ਲਾਉਂਦੇ ਨੇ ਟੀਕਾ ਵਗੈਰਾ ਉਹਦਾ ਅਸਰ ਚੱਲ ਜਾਂਦਾ। ਤੇ ਲੇਕਿਨ ਹਾਂ ਜੇ ਆਪਾਂ ਥੋੜੀ ਜਿਹੀ ਸਬਜ਼ੀ ਦਾ ਖਾਣਾ ਬਣਾਉਂਦੇ ਸਮੇਂ ਆਪਾਂ ਗੁਰਬਾਣੀ ਪੜ ਲਈਏ ਉਹਦੇ ਵਿੱਚ ਕੋਈ ਵੀ ਚੀਜ਼ ਅਸਰ ਨਹੀਂ ਕਰਦੀ, ਜੋ ਕਿ ਗੁਰਬਾਣੀ ਦੇ ਨਾਲ ਉਹਦੇ ਵਿੱਚ ਇੰਨੀ ਮਿਠਾਸ ਆ ਜਾਂਦੀ ਹੈ ਚੀਜ਼ ਦੇ ਵਿੱਚ, ਮੱਲੋ ਮੱਲੀ ਸਵਾਦ ਲੱਗਦੀ ਹੈ ਚੀਜ਼। ਕਿਆ ਬਾਤ ਹੈ, ਬਿਲਕੁਲ ਜੀ। ਸੋ ਵਿਸ਼ਵਾਸ ਦੀ ਗੱਲ ਹੈ, ਜਦੋਂ ਅਸੀਂ ਵਿਸ਼ਵਾਸ ਗੂੜਾ ਰੱਖ ਲਈਏ ਨਾ ਤੇ ਜਿਹੜੀਆਂ ਪੋਸੀਬਲ ਚੀਜ਼ਾਂ ਨੇ ਨਾ ਉਹ ਵੀ ਪੋਸੀਬਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਬਹੁਤ ਸੋਹਣੀ ਗੱਲਬਾਤ, ਬਹੁਤ ਵਧੀਆ ਲੱਗਿਆ। ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਇਸੇ ਤਰੀਕੇ ਦੇ ਨਾਲ ਸੁਣਦੇ ਰਹਾਂਗੇ। ਸੋਹਣੀ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਮੈਡਮ, ਬਹੁਤ ਬਹੁਤ ਧੰਨਵਾਦ ਮੇਰਾ ਵੀ ਮੈਡਮ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਹੁਤ ਸੋਹਣੀਆਂ ਗੱਲਾਂ, ਸ਼ੁਕਰੀਆ ਇੱਕ ਵਾਰ ਫਿਰ ਤੋਂ। ਤੇ ਵਾਕਈ ਬਹੁਤ ਵਧੀਆ ਲੱਗਿਆ ਜੀ, ਸਾਡੇ ਪਰਿਵਾਰ ਦੇ ਵਿੱਚ ਅੱਜ ਇੱਕ ਬਿਲਕੁਲ ਨਵੀਂ ਆਵਾਜ਼ ਜਿਹੜੀ ਆ ਸਾਨੂੰ ਸੁਣਨ ਨੂੰ ਮਿਲੀ ਆ। ਸੋ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਆਪਣਾ ਜਾਰੀ ਹੈ, ਸੁਨੇਹੇ ਮੇਰੇ ਕੋਲ ਬਹੁਤ ਸਾਰੇ ਆ ਰਹੇ ਨੇ ਤੇ ਫੇਸਬੁੱਕ ਦੇ ਜ਼ਰੀਏ ਵੀ ਬਹੁਤ ਸਾਰੇ ਸਾਡੇ ਸਰੋਤੇ ਨੇ ਜਿਹੜੇ ਸੁਨੇਹਿਆਂ ਦੇ ਨਾਲ ਆਪਣੀ ਸਾਂਝ ਬਣਾ ਚੁੱਕੇ ਨੇ। ਸੋ ਜਿਹੜੇ ਮੇਰੇ ਕੋਲ ਨਾਮ ਇਸ ਵੇਲੇ ਸ਼ੋਅ ਰਹੇ ਨੇ, ਨਵੀਨ ਕਿਰਨ ਜੀ ਜਿਹੜੇ ਆ, ਸ਼ਰਨਜੀਤ ਜੀ ਦੀਆਂ ਗੱਲਾਂ ਕਹਿੰਦੇ ਬਹੁਤ ਸਹੀ ਗਗਨ ਜੀ, ਬਹੁਤ ਵਧੀਆ ਲੱਗਿਆ ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ। ਸੋ ਬਿਲਕੁਲ ਗੱਲ ਤੁਹਾਡੀ ਸਹੀ ਹੈ, ਸ਼ਰਨਜੀਤ ਜੀ ਦੀਆਂ ਗੱਲਾਂ ਵਾਕਈ ਬੜੀਆਂ ਵਧੀਆ। ਇਸ ਵੇਲੇ ਗਿੱਲ ਆਂਟੀ ਜੀ ਸਾਡੇ ਨਾਲ ਜੁੜ ਗਏ ਨੇ, ਸੋ ਬਿਲਕੁਲ ਜੀ ਸਾਡੇ ਪ੍ਰੋਗਰਾਮ ਦੇ ਸਪੋਂਸਰ ਵੀ ਨੇ। ਸਭ ਤੋਂ ਪਹਿਲਾਂ ਤਾਂ ਗਿੱਲ ਆਂਟੀ ਜੀ ਦਾ ਆਪਾਂ ਆਨਲਾਈਨ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਵਾਕਈ ਇਸ ਪ੍ਰੋਗਰਾਮ ਨੂੰ ਮਾਣ ਬਖਸ਼ਿਆ। ਗਿੱਲ ਆਂਟੀ ਦਿਲੋਂ ਸ਼ੁਕਰੀਆ ਪਹਿਲਾਂ ਤਾਂ ਤੁਹਾਡਾ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਅਤੇ ਅੱਜ ਫਿਰ ਕੀ ਵਿਚਾਰ ਨੇ, ਕੀ ਕਹੋਗੇ ਅੱਜ ਦੇ ਵਿਸ਼ੇ 'ਤੇ?
ਕੋਈ ਗੱਲ ਨੀ ਬੇਟੇ, ਇੱਕ ਵਾਰੀ ਤੁਸੀਂ ਕਿਹਾ ਸਪੋਂਸਰ ਭੇਜੀ, ਮੈਂ ਭੇਜ ਦਿੱਤੀ ਹੈ ਜੀ, ਤੇ ਹੁਣ ਆਪਾਂ ਚਲੋ ਸਾਡਾ ਫਰਜ਼ ਵੀ ਬਣਦਾ ਹੈ ਨਾ ਜੀ, ਸ਼ੁਕਰੀਆ। ਤੇ ਕੋਈ ਚਲੋ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਪਿੱਛੇ ਓਨਰ ਵੀ ਬੈਠੇ ਨੇ, ਜੇ ਅਸੀਂ ਇਹਨਾਂ ਨੇ ਸਪੋਂਸਰ ਕਰ ਵੀ ਦਿਆਂਗੇ ਤੇ ਕੋਈ ਫਰਕ ਨੀ ਪੈਂਦਾ, ਉਹ ਵੀ ਕਮਾਈ ਵਾਲੇ ਨੇ ਅਸੀਂ ਵੀ ਕਮਾਈ ਵਾਲੇ ਹੈ ਨਾ। ਬਾਕੀ ਇਹ ਹੈਗਾ ਵੀ ਚੰਗਾ, ਮੈਂ ਇਸ ਚੀਜ਼ ਨੂੰ ਸਮਝਦੀ ਹਾਂ, ਸਾਡੇ ਉੱਧਰ ਇੱਕ ਪ੍ਰੋਗਰਾਮ ਹੈ, ਮੈਂ ਉੱਥੇ ਵੀ ਬੋਲ ਦਿੰਦੀ, ਜਿੰਨਾ ਹੈਗਾ ਭਾਵੇਂ 10-10 ਰੁਪਏ ਡਾਲਰ ਦੇ ਦਿਓ, ਤੁਸੀਂ ਦਿਆ ਕਰੋ ਜ਼ਰੂਰ, ਤੁਸੀਂ ਇੰਨੇ ਇਕੱਠੇ ਹੋ ਜਾਂਦੇ ਹੋ, ਤੁਸੀਂ ਥੋੜੀ ਬਹੁਤ ਸਪੋਂਸਰ ਕਰਿਆ ਕਰੋ, ਕਰਨੀ ਚਾਹੀਦੀ ਹੈ। ਕਈ ਨਹੀਂ ਵੀ ਦਿੰਦੇ ਤਾਂ ਕੋਈ ਗੱਲ ਨੀ, ਨੋ ਪ੍ਰੋਬਲਮ, ਅਗਲੇ ਨੂੰ ਆਪਣਾ ਆਪਣਾ ਮਾਇੰਡ ਆਪਣੀ ਸਮਝ ਦਿੰਦੀ ਹੈ, ਪਰ ਦੇਣਾ ਚਾਹੀਦਾ ਹੈ, ਕੋਈ ਏਡੀ ਵੱਡੀ ਆਸਾਨ ਦੀ ਗੱਲ ਨਹੀਂ ਹੈਗੀ। ਬਾਕੀ ਤੁਹਾਨੂੰ ਪਤਾ ਗੇਲਾਂ ਦੀ ਜਦੋਂ ਘਰ ਬੈਠੀ ਆ ਬੇਟੇ, ਵੇਖ ਮੈਂ ਇਹ ਕਹਿੰਦੀ ਤੁਹਾਡਾ ਟੌਪ ਬੜਾ ਚੰਗਾ ਹੈ, ਖਾਸ ਕਰਕੇ ਮੇਰਾ ਫੇਵਰਟ ਹੈ ਜੀ, ਸ਼ੁਕਰੀਆ। ਪਰ ਤੁਸੀਂ, ਮੈਂ ਇਹ ਕਹਿੰਦੀ ਹਾਂ ਵੀ ਜਦੋਂ ਘਰਾਂ ਅਸੀਂ ਇੱਥੇ ਵੇਖ ਲਾ, ਸਾਡੀ ਇੰਨੀ ਮਿਲਾਵਟ ਕੋਈ ਨੀ, ਮੈਂ ਨੀ ਕਿਤੇ ਵੇਖੀ ਅੱਜ ਤੱਕ, ਕਿਉਂਕਿ ਇੱਥੇ ਕੰਟਰੋਲ ਬੜਾ ਹੈ, ਹਰ ਚੀਜ਼ ਦਾ ਡਰ ਹੈ, ਇੱਥੇ ਹੈਲਥ ਵਾਲੇ ਆ ਕੇ ਭਰਿਆ ਭਰਿਆ ਰੈਸਟੋਰੈਂਟ ਜੰਦਰਾ ਮਾਰ ਕੇ ਚਲੇ ਜਾਂਦੇ ਨੇ, ਮਾੜੀ ਜੀ ਮਿਸਟੇਕ ਆ ਜਾਏਗੀ ਤਾਂ ਅਗਲੇ ਵਹਿੰਦੇ ਰਹਿ ਜਾਂਦੇ ਨੇ। ਆਪਣੇ ਇੰਡੀਅਨ ਰੈਸਟੋਰੈਂਟ ਬੜੇ ਨੇ, ਅਮਰੀਕਨ ਤਾਂ ਫਿਰ ਹੱਦ ਹੀ ਮੁੱਕੀ ਪਈ, ਕਿਤੇ ਹੇਰਾ ਫੇਰੀ ਨਹੀਂ ਹੈਗੀ, ਕੁਛ ਵੀ ਕਿਤੇ ਮਿਲਾਵਟ ਹੈਗੀ। ਹੁਣ ਆਪਣੀ ਤੁਸੀਂ ਇੰਡੀਆ ਦੀ ਗੱਲ ਕਰੀ ਜਾਂਦੇ ਹੋ, ਉੱਥੇ ਕੌਣ ਕੰਟਰੋਲ ਕਰੇਗਾ, ਉੱਥੇ ਇੰਨੀ ਮਿਲਾਵਟ ਹੈ, ਦੀਵਾਲੀ ਤੇ ਮਿਠਾਈਆਂ ਦਾ ਕੀ ਹਾਲ ਹੁੰਦਾ, ਲੋਕੀ ਖਰੀਦਣੋਂ ਹਟ ਗਏ, ਕਈ ਬਿਮਾਰ ਹੋ ਜਾਂਦੇ ਨੇ। ਮੈਂ ਮਜ਼ਾਕ ਨਹੀਂ ਕਰਦੀ, ਨਾ ਮੈਂ ਕੋਈ ਏਡੀ ਵੱਡਾ ਉਹ ਹੈਗੀ ਆ ਜਿਹੜੀ ਮੈਂ ਕਰਕੇ ਗੱਲ ਕਰਾਂ, ਮੈਂ ਵੈਸੇ ਗੱਲ ਕਰ ਸੀ, ਮੇਰੀਆਂ ਬੇਟੀਆਂ ਇੱਕ ਦਿਨ ਆਈਆਂ ਸੀ, ਤੇ ਮੈਂ ਇਹ ਕਿਹਾ ਸੀ ਮੈਨੂੰ ਮੋਦੀ ਦਾ ਨੰਬਰ ਲੱਭ ਦਿਓ, ਇੱਕ ਤਾਂ ਮੈਂ ਗੱਲ ਕਰਾਉਣ ਕਰਨ ਲੱਗੀ, ਤੂੰ ਆਈ ਆ, ਤੂੰ ਮੋਦੀ ਕੋਲ ਟਿਕਟ ਲੈ ਲਾ, ਮੋਦੀ ਕੋਲ ਚਲੀ ਜਾ, ਭਰਾ ਹੈ ਤੇਰਾ, ਮੈਂ ਕਿਹਾ ਚਲੋ ਮੈਂ ਚਲੀ ਵੀ ਜਾਵਾਂ, ਤੇ ਮੈਂ ਉਹਨੂੰ ਇਹ ਕਹਿਣਾ ਹੈ ਵੀ ਜੇ ਤੂੰ ਇੰਨਾ ਅੱਬ ਭੱਬ ਕੇ ਦੂਜੀ ਵਾਰ ਰਾਜਾ ਬਣਿਆ, ਹੁਣ ਤੂੰ ਤੀਜੀ ਵਾਰ ਕੋਸ਼ਿਸ਼ ਕਰ ਰਿਹਾ ਮੈਂ ਬਣ ਜਾ, ਤੇ ਫਿਰ ਬਾਹਰ ਦੀਆਂ ਕੰਟਰੀਆਂ ਤਰ੍ਹਾਂ ਇੰਡੀਆ ਦਾ ਕੰਟਰੋਲ ਕਰ, ਇੱਕ ਤਾਂ ਪੁਲਿਸ, ਮੈਂ ਕਿਹਾ 3-4 ਜਿਹੜੇ ਕੰਟਰੋਲ ਨੇ ਉਹਨੂੰ ਕਰਨੇ ਚਾਹੀਦੇ ਨੇ, ਇੱਕ ਜੇਲਾਂ ਚ ਖਾਣਾ ਬਹੁਤ ਅੱਛਾ ਹੋਣਾ, ਇੱਕ ਤਾਂ ਜੇਲ ਭੁਗਤਣ, ਇੱਕ ਤੁਹਾਡਾ ਖਾਣਾ ਖਰਾਬ ਤੁਸੀਂ ਦਿੰਦੇ, ਮਾੜਾ ਬਣਾ ਬਣਾ ਕੇ ਅਗਲੇ ਪਿੱਟੀ ਜਾਂਦੇ ਵਿਚਾਰੇ, ਡਿਬਰੂਗੜ੍ਹ ਗੇਟ ਦਾ ਨੀ ਤੁਸੀਂ ਸੁਣਿਆ? ਅੱਛਾ, ਦੂਜੀ ਗੱਲ ਹੈ ਵੀ ਜਿਹੜਾ ਮਿਲਾਵਟ ਹੈ ਇਹਦੇ ਤੇ ਕੰਟਰੋਲ ਕਰ, ਹੋ ਸਕਦਾ ਹੈ ਜੇ ਰਾਜਾ ਕਰ ਸਕਦਾ ਹੈ, ਰਾਜਾ ਪ੍ਰਜਾ ਦਾ ਰਾਜਾ ਹੁੰਦਾ ਹੈ ਕਮਲੀ। ਅਗਲੀ ਗੱਲ, ਦੂਜਾ ਮੈਂ ਉਹਨੂੰ ਕਹਿਣਾ, ਜਿਹੜੀ ਪੁਲਿਸ ਕੁਟਾਪਾ ਦਿੰਦੀ ਹੈ, ਕੁੱਟੋ ਨਾ, ਲੋਕੀ ਕ੍ਰਾਈਮ ਬਹੁਤ ਕਰਦੇ ਨੇ, ਕਤਲ ਕਰਦੇ, ਸਭ ਕੁਛ ਕਰਦੇ ਨੇ, ਇੱਥੇ ਨੀ ਕਰਦੇ, ਇੱਥੇ ਕੋਈ ਕੁੱਟਦਾ ਨੀ, ਇੱਥੇ ਬੜੇ ਤਰੀਕੇ ਨਾਲ ਅਗਲੇ ਨੂੰ ਮਨਾ ਲੈਂਦੇ, ਤੁਸੀਂ ਗਲਤੀ ਕੀਤੀ ਹੈ ਨਾ, ਕੋਈ ਕੁੱਟਣਾ ਨੀ, ਸਿਰਫ ਪਿੱਛੇ ਪਾਸੇ ਹੱਥ ਬੰਨ ਕੇ ਲੈ ਜਾਂਦੇ ਨੇ, ਜਿਹੜਾ ਉਹਨਾਂ ਕ੍ਰਾਈਮ ਕੀਤਾ ਉਹਦੇ ਭੁਗਤਦੇ ਰਹਿਣਗੇ, ਕੋਈ ਕੁੱਟਣਾ ਨੀ, ਮਾਰਨੇ, ਗਾਲ ਨੀ, ਮੰਦਾ ਨੀ, ਕੁਛ ਨੀ। ਇਹ ਮੋਦੀ ਨੇ, ਮੈਂ ਕਿਹਾ ਮੋਦੀ ਆਹ ਕੰਟਰੋਲ ਕਰੇ, ਇਹ ਕੁੱਟ ਕੁੱਟ ਕੇ ਜਨਾਨੀਆਂ ਕੁੱਟੀ ਜਾਣ ਕੋਈ ਮਤਲਬ? ਦੂਜੀ ਗੱਲ ਹੈਗੀ, ਮਹਿੰਗਾਈਆਂ ਸਿੰਗਾਈਆਂ ਤਾਂ ਚੱਲਦੀਆਂ ਰਹਿਣਗੀਆਂ, ਉਹ ਤਾਂ ਉਹਨਾਂ ਦੀ ਮਰਜ਼ੀ ਹੈ, ਕੋਈ ਆਮਦਨ ਦਾ ਭਾਅ ਜ਼ਿਆਦਾ ਹੋ ਜਾਏਗਾ ਤਾਂ ਮਹਿੰਗਾਈ ਵੀ ਹੋ ਜਾਏਗੀ ਜਾਂ ਕੁਛ ਵੀ ਹੈ। ਤੀਜਾ, ਜਿਹੜੀਆਂ ਮਠਿਆਈਆਂ 'ਚ ਮਿਲਾਵਟ ਹੈ ਤੇ ਦੁੱਧ 'ਚ ਮਿਲਾਵਟ ਹੈ, ਹਰ ਚੀਜ਼ ਦੇ ਵਿੱਚ ਜਿਹੜਾ ਡਾਲਡਾ ਘਿਓ ਉਹਦੇ ਵਿੱਚ ਵੀ ਮਿਲਾਵਟ, ਦੇਸੀ ਘਿਓ 'ਚ ਮਿਲਾਵਟ ਹੈ, ਮੈਂ ਬੜਾ ਕੁਛ ਵੇਖਿਆ। ਸਾਡੇ ਸ਼ਹਿਰ 'ਚ ਇੱਕ ਇਹ ਰਾਜਾ ਕਰ ਸਕਦਾ ਹੈ, ਰਾਜੇ ਪ੍ਰਜਾ ਦਾ ਰਾਜਾ ਹੁੰਦਾ ਹੈ, ਕੰਟਰੋਲ ਇੰਡੀਆ 'ਚ ਹੋ ਸਕਦਾ ਹੈ, ਪਰ ਜੋ ਆਪਾਂ ਵਹਿੰਦੇ ਪਏ ਉਹਨੂੰ ਵੋਟਾਂ ਦੇ ਦਿਨਾਂ 'ਚ ਇੰਨੀ ਲੜਾਈ ਝਗੜਾ, ਪਰ ਇਹ ਹੋ ਨੀ ਸਕੇਗਾ। ਇੰਡੀਆ ਦਾ, ਇੰਡੀਆ ਬਹੁਤ ਚੰਗੀ ਕੰਟਰੀ ਹੈ, ਉੱਥੇ ਤੇ ਜੰਮੇ ਉੱਥੇ ਹੀ ਰਹੇ ਹਾਂ, ਲੇਕਿਨ ਸੋਨੇ ਦੀ ਚਿੜੀ ਨੂੰ ਅੱਜ ਉਹਨਾਂ ਨੇ ਲੋਹੇ ਦਾ ਬਣਾ ਕੇ ਰੱਖ ਦਿੱਤਾ, ਸਿਰਫ ਲੜਾਈਆਂ ਪਿੱਛੇ, ਕੁਰਸੀਆਂ ਪਿੱਛੇ, ਤੇ ਅੱਜ ਮਿਲਾਵਟ ਵਾਲਿਆਂ ਤਾਂ ਡਰ ਹੀ ਕੋਈ ਨਾ, ਜੋ ਮਰਜ਼ੀ ਪਿਆ ਕੇ ਆਪਾਂ ਨੂੰ ਖਵਾਈ ਜਾਣਗੇ ਬਣਾ ਕੇ, ਕੋਈ ਕਹਿਣ ਵਾਲਾ ਹੈ ਤਾਂ ਨਹੀਂ ਨਾ। ਬਿਲਕੁਲ ਜੀ, ਬਿਲਕੁਲ। ਤੀਜੀ ਗੱਲ ਮੈਂ ਇਹ ਕਹਿੰਦੀ ਸਾਂ, ਜਦੋਂ ਤੁਸੀਂ ਵੋਟਾਂ ਪੈਣੀਆਂ ਨੇ ਇੰਡੀਆ ਦੇ ਵਿੱਚ, ਕੋਈ ਰੋਲਾ ਝਗੜਾ ਲੜਾਈ ਨਹੀਂ ਹੋਣੀ ਚਾਹੀਦੀ, ਜਿਵੇਂ ਬਾਹਰ ਦੀਆਂ ਕੰਟਰੀ, ਸਾਨੂੰ ਪਤਾ ਨੀ ਹੁੰਦਾ ਵੀ ਅਸੀਂ ਵੋਟਾਂ ਪਾਉਣੇ ਆ ਸਿਟੀਜ਼ਨ, ਸਾਨੂੰ ਫਲੈਰ ਛੱਡ ਜਾਣਗੇ ਲੱਗੇ ਹੁੰਦੇ ਨੇ, ਉਸ ਸਕੂਲ ਜਾ ਕੇ ਤੁਸੀਂ ਪਾਉਣਾ, ਉਸ ਉੱਥੇ ਪਾਇਓ ਆਰਾਮ ਕਲਬੀ ਨਾਲ, ਜਦੋਂ ਜਿੱਤਣ ਹਾਰਨਗੇ ਨਾ ਗਗਨ ਬੇਟਾ, ਇਕੱਠੇ ਬਹਿ ਕੇ
ਕਾਫੀ ਪੀ ਕੇ ਮਿਲ ਕੇ ਜਾਣਗੇ, ਮੈਂ ਹਾਰ ਗਿਆ ਤੂੰ ਜਿੱਤ ਗਿਆ, ਕੋਈ ਗੱਲ ਨੀ, ਮਜ਼ਾ ਆ ਜਾਂਦਾ। ਇਸ ਤਰ੍ਹਾਂ ਮੈਂ ਆਖਿਆ ਮੋਦੀ ਨੂੰ ਪੰਜ ਚਾਰ ਗੱਲਾਂ ਕਰਨੀਆਂ, ਮੇਰੀਆਂ ਕੁੜੀਆਂ ਨੇ ਇੰਨੀ ਮਜ਼ਾਕ ਬਣਾਈ ਬਣੀ, ਮੈਂ ਕਿਹਾ ਮੈਂ ਇੰਡੀਆ ਜਾ ਕੇ ਮਹਿਸੂਸ ਕਰਦਾ। ਅਗਲੀ ਗੱਲ ਸੁਣੋ, ਤੁਸੀਂ ਜਿੰਨਾ ਹੋ ਸਕਦਾ ਹੈ ਨਾ, ਮੈਂ ਇੱਥੇ ਵੀ ਕਹਿੰਦੀ ਹਾਂ, ਇੰਡੀਆ ਵੀ ਕਹਿੰਦੀ ਹੁੰਦੀ ਹਾਂ, ਤੁਸੀਂ ਘਰ ਦਾ ਖਾਣਾ ਆਪ ਬਣਾਓ, ਤੁਸੀਂ ਸਵੀਟਸ ਬਣਾ ਸਕਦੇ ਹੋ, ਤੁਸੀਂ ਆ ਸੁੱਕੀਆਂ ਗਿੱਲੀਆਂ ਸਬਜ਼ੀਆਂ ਬਣਾਓ, ਤੁਸੀਂ ਖੀਰਾ ਕੜਾਹ ਬਣਾ ਸਕਦੇ ਹੋ, ਜਿੰਨਾ ਜਾ ਕੇ। ਹੁਣ ਸਾਡੇ ਪਿੰਡ ਪਤਾ ਕੀ ਰਿਵਾਜ ਪੈ ਗਿਆ, ਦੋ ਤਿੰਨ ਸਾਡਾ ਪਿੰਡ ਸ਼ਹਿਰ ਵਰ ਗਈ ਹੈ, ਹੋਟਲ ਨੇ ਸਿਰਫ ਘਰ ਦਹੀਂ ਬਣਾਉਂਦੀਆਂ ਨੇ ਤੇ ਰਾਈਸ ਬਣਾਉਣਗੀਆਂ, ਸਾਰਾ ਕੁਛ ਹੋਟਲ ਤੋਂ ਆਉਂਦਾ। ਅਸੀਂ ਜਦ ਵੇਖਦੇ ਹਾਂ ਤੇ ਗੈਸਟ ਆਏ ਨੇ, ਜਨਾਨੀਆਂ ਮਰ ਜਾਂਦੀਆਂ, ਥੱਕ ਜਾਂਦੀਆਂ, ਅਸੀਂ ਪ੍ਰਾਹੁਣੇ ਆਉਣੇ, ਗੈਸਟ ਆਉਣੇ, ਬੈਠੀਆਂ ਨੇ ਆਰਾਮ ਨਾਲ ਕੱਪੜੇ ਪਾ ਪੂ ਕੇ, ਤੇ ਹੁਣੇ ਆ ਜਾਏਗਾ ਰਾਜੂ ਦੇ ਹੋਟਲ ਤੋਂ ਆ ਜਾਏਗੀ, ਦੂਜੇ ਹੋਟਲ ਤੋਂ ਆ ਜਾਏ, ਖਾਣਾ ਪਾ ਤੇ ਗੈਸਟ ਖਾ ਕੇ ਚਲੇ ਜਾਣਗੇ। ਮੈਂ ਉਹਨਾਂ ਨੂੰ ਵੀ ਕਹਿੰਦੀ ਹਾਂ ਤੁਸੀਂ ਆਪ ਬਣਾਓ, ਤੁਹਾਡੇ ਆ ਤੁਸੀਂ ਮਿਰਚ ਘੱਟ ਪਾਉਣੀ, ਮਸਾਲਾ ਘੱਟ ਪਾਉਣਾ, ਆਪਣੇ ਘਿਓ ਘੱਟ ਪਾਉਣਾ, ਜ਼ਿਆਦਾ ਪਾਉਣਾ, ਤੁਹਾਡਾ ਨਾਲੇ ਤਾਂ ਮਜ਼ਾ ਆਉਂਦਾ ਖਾਣ ਦਾ, ਨਾਲੇ ਫਰੈਸ਼ ਖਾਣਾ, ਕੋਈ ਬਿਮਾਰੀ ਨੀ ਲੱਗਦੀ, ਕਿਸੇ ਨੂੰ ਖੰਘ ਨਜ਼ਲਾ ਵੀ ਨਹੀਂ ਕੱਟ ਲੱਗਦਾ ਜੇ ਉਹਦੀ ਬਣੀ ਹੋਵੇ। ਪਰ ਇੰਡੀਆ ਨੂੰ ਸੁਧਾਰ ਕਰੋ, ਮੈਂ ਤਾਂ ਇਹ ਕਹਾਂਗੀ ਜਿੰਨਾ ਹੋ ਸਕੇ ਇੰਡੀਆ ਸੁਧਾਰ ਕਰੋ, ਬਾਹਰ ਦੀਆਂ ਕੰਟਰੀਆਂ ਆ ਕੇ ਤੁਸੀਂ ਵੇਖੋ, ਇੱਥੇ ਇੰਨਾ ਡਰ ਹੈ, ਇੰਨੀਆਂ ਦਸ ਸਾਡੇ ਵੱਡੀ ਹਾਈਵੇ ਸੜਕ ਤੇ 10 ਗੱਡੀਆਂ ਤੇ ਮਗਰ ਮਗਰ ਪੁਲਿਸ ਵਾਲਾ ਆਉਂਦਾ, ਜਿਹੜੀ ਲੀਕ ਜਿਹੀ ਹੁੰਦੀ ਨਾ ਮਾਰੀ ਹੋਈ, ਉਹਦਾ ਪੈਰ ਆਇਆ ਨੀ, $100 ਟਿਕਟ ਦੇ ਦਿੰਦੇ ਨੇ। ਇਹ ਕੰਟਰੀਆਂ ਤਾਂ ਵਸਦੀਆਂ ਪਈਆਂ ਨੇ, ਕੰਟਰੋਲ ਨੇ, ਤਾਂ ਇੱਥੇ ਹਰ ਚੀਜ਼ ਦੀ ਬੜੀ ਫਰੈਸ਼ ਹੈ, ਕੋਈ ਡਰ ਨਹੀਂ, ਕੁੱਕ ਡੁੱਕਰ ਨੀ, ਕੱਲੇ ਰਹੋ ਜੋ ਕੁਛ ਰਹਿ ਜੋ। ਇੰਡੀਆ ਵਿੱਚ ਕੌਣ ਕਰੇਗਾ, ਜਿਹੜੇ ਪਬਲਿਕ ਬੈਠੀ ਨੇ ਉਹ ਰੋਵੇ ਪਿੱਟੇਗੀ, ਫਿਰ ਮਨਿਸਟਰ ਜਿਹੜੇ ਨੇ ਉਹ ਸਹੀ ਹੋ ਜਾਣ, ਜਿਹੜਾ ਮੋਦੀ ਆ ਸਾਰੇ ਕੰਟਰੋਲ ਕਰ ਰਹੇ, ਤੇ ਆਪਣਾ ਇੰਡੀਆ ਤਾਂ ਸੋਨੇ ਦੀ ਚਿੜੀ ਹੈ, ਖਾਣੇ ਪਿੱਛੇ ਇਤਨਾ ਲੱਗੋ, ਕਮੀਆਂ ਬਹੁਤ ਹੋਈਆਂ ਪਈਆਂ ਨੇ। ਬਿਲਕੁਲ ਜੀ, ਬਿਲਕੁਲ। ਪਛਾਈਆਂ ਤੇ ਜਿਹੜੀਆਂ ਸਾਡੇ ਸ਼ਹਿਰ ਛੋਟੀ ਜੀ ਕਰਾ, ਸਾਡੇ ਸ਼ਹਿਰ ਚ ਇੱਕ ਹੋਟਲ ਹੈ ਸਵੀਟਸ ਨਹਿਰ ਦੇ, ਜਿਹੜੀ ਪਖੜਾ ਨਹਿਰ ਵੱਡੀ ਆਉਂਦੀ ਨੇ ਉਹਦੇ ਉੱਤੇ ਹੀ ਹੋਟਲ, ਉਹ ਫਰੈਸ਼ ਚੀਜ਼ ਬਣਾਉਂਦਾ ਹੈ। ਸਰਦਾਰ ਨੇ ਤੇ ਆਪਣੇ ਪੰਜਾਬੀ ਨੇ ਤੇ ਉਹਨੇ ਆਪਣੇ ਮੁੰਡੇ ਮਾਂਡੇ ਵਿੱਚ ਵੜੇ ਨੇ ਤੇ ਨੌਕਰ ਵੀ ਰੱਖੇ ਨੇ, ਬੜਾ ਵੱਡਾ ਹੋਟਲ। ਉਹਨਾਂ ਦੀ ਮਠਿਆਈ ਮਸ਼ਹੂਰ ਬੜੀ, ਉਹਨਾਂ ਦਾ ਖਾਣਾ ਮਸ਼ਹੂਰ, ਕਿਉਂ? ਜਿੰਨਾ ਉਹ ਚੰਗਾ ਪਿਓਰ ਬਣਾ ਰਹੇ, ਉਹਨਾਂ ਦੇ ਅੰਦਰ ਕਸਟਮਰ ਜ਼ਿਆਦਾ ਆ ਰਹੇ, ਬਿਲਕੁਲ, ਹਰ ਵੇਲੇ ਬਿਜ਼ੀ ਰਹਿੰਦਾ। ਤੇ ਜਿਹੜੇ ਮਠਿਆਈਆਂ ਦੂਜੀ ਸਟੋਰਾਂ ਤੇ ਲੈ ਲੈਣੇ ਨੇ, ਉਹਨਾਂ ਦਾ ਮਜ਼ਾ ਹੋਰ ਹੁੰਦਾ, ਜਿਹੜਾ ਉਹਨਾਂ ਕੋਲ ਲਿਆ ਹੋਵੇ। ਸਾਡਾ ਗਿੱਲ ਸਾਹਿਬ ਆਉਂਦੇ ਸੀ, ਮਠਿਆਈ ਬਹੁਤ ਖਾਂਦੇ, ਮਿੱਠਾ ਮਿੱਠਾ ਖਾਂਦੇ, ਕਹਿੰਦੇ ਨੇ ਉਹ ਨਹਿਰ ਵਾਲਿਆਂ ਕੋਲ ਲੈ ਕੇ ਆਇਆ ਜੇ, ਰਾਜੂ ਚੱਲੇ ਜੋ ਸ਼ਹਿਰ ਚੱਲੇ ਜਾ ਨਹਿਰ ਵਾਲਿਆਂ ਕੋਲ, ਜਿਹੜੀ ਚੰਗੀ ਚੀਜ਼ ਬਣਾਓਗੇ ਅਗਲਾ ਖੁਸ਼ ਹੋ ਕੇ ਖਾਏਗਾ, ਦੁਬਾਰਾ ਫਿਰ ਲੈਣ ਆਏਗਾ, ਨਾਲੇ ਅਗਲਾ ਆਖੇਗਾ ਚਲੋ ਵੀ ਚੰਗਾ ਸਾਰੇ ਉੱਥੇ ਹੀ ਜਾਇਆ ਕਰੋ। ਮੈਂ ਤੇ ਇਹ ਗੱਲਾਂ ਸੋਚਣੀ ਆ, ਅੱਗੋਂ ਕੰਟਰੋਲ ਕਰੋ ਤੁਸੀਂ ਇੰਡੀਆ ਵਾਲੇ, ਉਹ ਜਿੰਨਾ ਹੋ ਸਕਦਾ ਕੰਟਰੋਲ ਕਰੋ, ਤੇ ਰੋਟੀ ਘਰ ਦੀ ਬਣਾ ਕੇ ਤਾਜ਼ੀ ਖਾਇਆ ਕਰੋ, ਬੜੀ ਸਵਾਦ ਜੀ। ਅੱਜ ਮੈਂ ਬੜੀਆਂ ਸਬਜ਼ੀਆਂ ਬਣਾਈ, ਮੇਰਾ ਪੁੱਤਰ ਖਾਸੀ ਖੀਰ ਬਣਾਈ ਹੈ, ਸਾਗ ਬਣਾਇਆ, ਲੱਸੀ ਰਿੜਕੀ ਕਰੇ, ਕੁਝ ਮੈਂ ਕਿਹਾ ਚਾਰ ਅੱਜ ਘਰ ਹੈ, ਬਹੁਤ ਬਹੁਤ ਸ਼ੁਕਰੀਆ ਗਿੱਲ ਆਂਟੀ, ਬਹੁਤ ਸੋਹਣੀਆਂ ਗੱਲਾਂ ਦੀ ਸਾਂਝ ਪਾਈ, ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ, ਸਾਂਝ ਬਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਲਓ ਜੀ, ਇਸ ਵੇਲੇ ਸਾਡੇ ਨਾਲ ਅਗਲੇ ਕਾਲਰ ਜਿਹੜੇ ਆ ਜੁੜ ਚੁੱਕੇ ਨੇ ਡਾਇਰੈਕਟ ਲਾਈਨ ਤੇ, ਕੌਣ ਨੇ ਜਿਨ੍ਹਾਂ ਦੀ ਸਾਂਝ ਸਾਡੇ ਨਾਲ ਬਣੀ ਹੈ? ਬਲਵੀਰ ਬਾਬੀ ਜੀ। ਸੋ ਬਲਵੀਰ ਬਾਬੀ ਜੀ ਹੋਰਾਂ ਵੱਲ ਚੱਲਦੇ ਆ, ਤੇ ਨਾਲ ਮੇਰੇ ਕੋਲ ਨਾ ਸੁਨੇਹਿਆਂ ਦੇ ਵੀ ਮੈਸੇਜਸ ਆ ਰਹੇ ਆ ਕਿ ਗਗਨ ਜੀ ਇੱਕ ਵਾਰ ਝਾਤ ਜਿਹੜੀ ਹੈ ਸੁਨੇਹਿਆਂ ਵੱਲ ਵੀ ਮਾਰ ਲਓ। ਸੋ ਬਿਲਕੁਲ, ਸੁਨੇਹਿਆਂ ਦੇ ਵੱਲ ਝਾਤ ਜਿਹੜੀ ਆਪਾਂ ਜ਼ਰੂਰ ਮਾਰਨੀ ਹੈ। ਸੋ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਮੇਰੇ ਕੋਲ ਰਾਮਜੀਤ ਖੰਗੂੜਾ ਜੀ ਦਾ ਸੁਨੇਹਾ ਦਿਖ ਰਿਹਾ। ਸਤਿ ਸ਼੍ਰੀ ਅਕਾਲ ਗਗਨ ਜੀ। ਛੋਟੇ ਵੱਡੇ ਅਨੇਕਾਂ ਖੁਰਾਕ ਵਪਾਰੀ ਜ਼ਿਆਦਾ ਮੁਨਾਫਾ ਕਮਾਉਣ ਦੀ ਖਾਤਰ ਅਨੇਕਾਂ ਪ੍ਰਕਾਰ ਦੀਆਂ ਜੁਗਤਾਂ ਦੇ ਨਾਲ ਘਟੀਆ ਖੋਟੀ ਮਿਲਾਵਟ ਵਾਲੀ ਚੀਜ਼ ਜਿਹੜੀ ਹੈ ਉਸ ਨੂੰ ਵਧੀਆ ਦੱਸ ਕੇ ਉੱਚੇ ਮੁੱਲ ਉੱਤੇ ਵੇਚਣ ਦੀ ਕੋਸ਼ਿਸ਼ ਕਰਦੇ ਨੇ। ਵਧੀਆ ਗੱਲਬਾਤ ਗਗਨ ਜੀ। ਸੋ ਸੁਨੇਹੇ, ਬਿਲਕੁਲ ਸੁਨੇਹੇ ਦੇ ਵੱਲ ਆਪਾਂ ਪਹੁੰਚ ਚੁੱਕੇ ਹਾਂ। ਗੁਰਦੀਸ਼ ਕੌਰ ਜੀ ਜਿਹੜੇ ਆ ਉਹ ਵੀ ਪ੍ਰੋਗਰਾਮ ਦੇ ਨਾਲ ਕੈਲਗਰੀ ਤੋਂ ਜੁੜ ਚੁੱਕੇ ਨੇ। ਸੋ ਗੁਰਦੀਸ਼ ਜੀ ਬਹੁਤ ਜਲਦ ਤੁਹਾਡੇ ਵੱਲ ਆਉਂਦੇ ਹਾਂ। ਸੋ ਚੰਦਕ ਪਲਾਂ ਦਾ ਬਸ ਇੰਤਜ਼ਾਰ ਕਰਿਓ, ਛੇਤੀ ਸਾਂਝ ਬਣਾਵਾਂਗੇ। ਬੀਅਰ ਬੈਂਸ ਜੀ ਕੈਨੇਡਾ ਤੋਂ
ਸੋ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਸੋ ਨਾਲ ਹੀ ਸਤਪਾਲ ਕਿੰਗਰਾ ਜੀ ਜਿਹੜੇ ਉਹਨਾਂ ਦੇ ਵੱਲੋਂ ਵੀ ਸੁਨੇਹਾ ਪਹੁੰਚ ਗਿਆ। ਸਤਿ ਸ਼੍ਰੀ ਅਕਾਲ ਗਗਨ ਭੈਣ ਜੀ ਮਿਲਾਵਟ ਤੋਂ, ਜਮਲਾ ਯੱਟ ਜੀ ਨੇ ਕਹਿੰਦੇ ਠੀਕ ਹੀ ਗਾਇਆ, ਹਰ ਚੀਜ਼ ਬਨੌਟੀ ਹੋ ਗਈ ਹੈ। ਸੋ ਬਿਲਕੁਲ, ਅਤੇ ਨਾਲ ਹੀ ਮੱਖਣ ਜੀ ਫਰਾਂਸ ਤੋਂ, ਸੋ ਮੱਖਣ ਜੀ ਬਹੁਤ ਜਲਦ ਤੁਹਾਡੇ ਵੱਲ ਵੀ ਪਹੁੰਚਦੇ ਹਾਂ। ਅਤੇ ਸੁਦਰਸ਼ਨ ਗੁਪਤਾ ਜੀ ਜਿਹੜੇ ਆ ਉਹ ਵੀ ਕਹਿ ਰਹੇ ਆ ਗਗਨ ਜੀ ਕਿ ਬਹੁਤ ਸੋਹਣਾ ਵਿਸ਼ਾ, ਸੋ ਅੱਜ ਜੇ ਹੋ ਸਕੇ ਮੈਨੂੰ ਥੋੜ੍ਹਾ ਜਿਹਾ ਟਾਈਮ ਮਿਲ ਜਾਏ। ਸੋ ਬਿਲਕੁਲ ਸੁਦਰਸ਼ਨ ਜੀ, ਤੁਸੀਂ ਕਾਲ ਕਰਕੇ ਇਸ ਮੰਚ 'ਤੇ ਆ ਸਕਦੇ, ਸਾਡੇ ਨਾਲ ਸਾਂਝ ਬਣਾ ਸਕਦੇ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਸੋ ਫੇਸਬੁੱਕ 'ਤੇ ਆਪਾਂ ਅੱਧਾ ਘੰਟਾ ਇਸ ਪ੍ਰੋਗਰਾਮ ਨੂੰ ਐਕਸਟੈਂਡ ਕਰਾਂਗੇ, ਸੋ ਇਸ ਕਰਕੇ ਤੁਸੀਂ ਨਿਰਾਸ਼ ਨਹੀਂ ਹੋਣਾ। ਜਿਹਨਾਂ ਦੀਆਂ ਵੀ ਮੇਰੇ ਕੋਲ ਕਾਲਜ਼ ਆ ਰਹੀਆਂ ਨੇ, ਆਪਾਂ ਸਾਰਿਆਂ ਦੀ ਗੱਲਬਾਤ ਜਿਹੜੀ ਹੈ ਇਸ ਵਿਸ਼ੇ 'ਤੇ ਜ਼ਰੂਰ ਸੁਣਾਂਗੇ। ਫਿਲਹਾਲ ਬਲਵੀਰ ਬੱਬੀ ਜੀ ਸਾਡੇ ਨਾਲ। ਬਲਵੀਰ ਬੱਬੀ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਗਗਨ ਜੀ ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਹੀ ਸਰੋਤੇ ਜੋ ਪ੍ਰੋਗਰਾਮ ਜੁੜੇ ਨੇ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਵੀਰ ਬੱਬੀ ਜੀ, ਬਹੁਤ ਬਹੁਤ ਸਵਾਗਤ। ਤੇ ਅੱਜ ਦੇ ਵਿਸ਼ੇ ਤੇ ਮੈਂ ਤੁਹਾਡਾ ਆਰਟੀਕਲ ਹੁਣੇ ਹੁਣੇ ਪੜ੍ਹਿਆ, ਸੋ ਵਾਕਈ ਦਿਲ ਦਿਮਾਗ ਹਿਲਾ ਕੇ ਰੱਖਣ ਵਾਲਾ, ਤੇ ਨਾਲ ਮੈਨੂੰ ਵੀ ਇੱਕ ਇੰਸੀਡੈਂਸ ਯਾਦ ਆ ਗਿਆ। ਸੋ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਵੀ ਤੁਸੀਂ ਕਾਕਰੋਚ ਵਾਲੀ ਜਿਹੜੀ ਖਬਰ ਛਾਪੀ ਹੈ ਕਿ ਖਾਣੇ ਦੇ ਵਿੱਚੋਂ ਨਿਕਲਿਆ, ਤੇ ਉਸੇ ਤਰੀਕੇ ਦੇ ਨਾਲ ਮੈਨੂੰ ਵੀ ਯਾਦ ਆ ਵੀ ਇੱਕ ਵਾਰ ਬਾਰਿਸ਼ ਹੋ ਰਹੀ ਸੀ, ਲਾਈਟ ਗਈ ਹੋਈ ਸੀ, ਤੇ ਅਸੀਂ ਵੀ ਇੱਕ ਬਹੁਤ ਚੰਗੇ ਰੈਸਟੋਰੈਂਟ ਤੋਂ ਸੈਂਡਵਿਚ ਮੰਗਾਏ। ਬੱਚਿਆਂ ਨੇ ਕਿਹਾ ਕਿ ਸੈਂਡਵਿਚ ਖਾਣੇ ਨੇ, ਤੇ ਯਕੀਨ ਮੰਨੋ ਮੇਰੀ ਬੇਟੀ ਨੂੰ ਵੈਸੇ ਵੀ ਆਦਤ ਹੈ ਸੈਂਡਵਿਚ ਨੂੰ ਖੋਲ੍ਹ ਕੇ ਖਾਣ ਦੀ, ਤੇ ਜਦੋਂ ਉਹਨੇ ਖੋਲ੍ਹਿਆ ਤੇ ਉਹਦੇ ਵਿੱਚ ਨਾ ਕਾਲਾ ਕਾਲਾ, ਉਹਨੇ ਕਿਹਾ ਵੀ ਮੰਮਾ ਸ਼ਾਇਦ ਪਿਆਜ਼ ਹੈ ਜਿਹੜਾ ਜਲਿਆ ਹੋਇਆ। ਪਰ ਯਕੀਨ ਮੰਨੋ ਐਡਾ ਵੱਡਾ ਕੀੜਾ ਸੀ ਨਾ, ਜਿਹਨੂੰ ਦੇਖ ਕੇ ਮਤਲਬ ਕੰਨਾਂ ਨੂੰ ਹੱਥ ਲਾ ਕੇ ਦੁਬਾਰਾ ਕਿਸੇ ਵੀ ਚੰਗੇ ਰੈਸਟੋਰੈਂਟ ਤੋਂ ਵੀ ਖਾਣਾ ਜਿਹੜਾ ਬਾਹਰੋਂ ਨਹੀਂ ਮੰਗਾਉਣਾ, ਘਰੇ ਖਾ ਲਾਂਗੇ ਬਿਹਤਰ ਹੋਊਗਾ। ਜੇ ਬਾਈ ਚਾਂਸ ਮੇਰੀ ਬੱਚੀ ਜਿਹੜੀ ਉਸਨੂੰ ਨਾ ਖੋਲਦੀ ਖਾ ਜਾਂਦੀ, ਸ਼ਾਇਦ ਇਹ ਚੀਜ਼ ਦਾ ਕਦੇ ਪਤਾ ਹੀ ਨਹੀਂ ਲੱਗਣਾ ਸੀ। ਜੀ ਕੀ ਕਹੋਗੇ ਫਿਰ? ਸਭ ਤੋਂ ਪਹਿਲਾਂ ਤਾਂ ਰੰਜ ਜਿਹੜਾ ਤੁਸੀਂ ਵਿਸ਼ਾ ਰੱਖਿਆ, ਬੜੇ ਧੰਨਵਾਦ ਆ ਤੁਹਾਡਾ, ਕਿਉਂਕਿ ਇਹ ਵਿਸ਼ਾ ਹਰ ਇੱਕ ਇਨਸਾਨ ਘਰ ਦੇ ਵਿੱਚ, ਅਸੀਂ ਜਿੰਨੇ ਮੈਂਬਰ ਹਾਂ, ਬੱਚੇ ਹਾਂ, ਵੱਡੇ ਹਾਂ, ਸਿਆਣੇ ਹਾਂ, ਛੋਟੇ ਹਾਂ, ਸਾਰਿਆਂ ਦੇ ਲਈ ਇਹ ਵਿਸ਼ਾ ਬਹੁਤ ਜ਼ਰੂਰੀ ਹੈ। ਤੇ ਸਾਰਿਆਂ ਨੇ ਬਹੁਤ ਸੋਹਣੇ ਆਪਣੇ ਕੀਮਤੀ ਸੁਝਾਅ ਦਿੱਤੇ ਨੇ, ਸੂਝਵਾਨ ਸਰੋਤਿਆਂ ਨੇ। ਸਭ ਤੋਂ ਪਹਿਲਾਂ ਜਦੋਂ ਮਨੁੱਖ ਦੁਨੀਆਂ ਦੇ ਉੱਪਰ ਕੋਈ ਵੀ ਬਾਲ ਜਨਮ ਲੈ ਕੇ ਮਾਂ ਦੇ ਪੇਟੋਂ ਆਉਂਦਾ ਹੈ ਤਾਂ ਉਹਦੀ ਪਹਿਲੀ ਖੁਰਾਕ ਆ ਜਿਹੜੀ ਉਹ ਗਗਨ ਜੀ ਦੁੱਧ ਹੈ, ਮਾਂ ਦਾ ਦੁੱਧ। ਤੇ ਦੁੱਧ ਆ ਜਿਹੜਾ ਉਹ ਸਮੁੰਦਰ ਦਾ ਵੀ, ਧਾਰਮਿਕ ਤੌਰ ਤੇ ਉਹਨੂੰ ਸਮੁੰਦਰ ਵੀ ਕਿਹਾ ਜਾਂਦਾ ਹੈ, ਤੇ ਦੁੱਧ ਨੂੰ ਕਾਫੀ ਅਹਿਮੀਅਤ ਦਿੱਤੀ ਜਾ ਰਹੀ ਹੈ। ਮੈਂ ਇਹ ਗੱਲ ਇੱਥੋਂ ਤਾਂ ਸ਼ੁਰੂ ਕੀਤੀ ਹੈ ਕਿ ਜਿਹੜੀ ਇਸ ਬੱਚੇ ਦੀ ਪਹਿਲੀ ਖੁਰਾਕ ਆ ਪੀਣ ਵਾਲੀ, ਉਹਦੇ ਵਿੱਚ ਇੰਨੀ ਮਿਲਾਵਟ ਹੋ ਗਈ ਹੈ, ਇੰਨੀ ਜ਼ਹਿਰ ਭਰੀ ਗਈ ਹੈ, ਇਹ ਹੋਰ ਖੁਰਾਕਾਂ ਦੀ ਗੱਲ ਕੀ ਕਰੀ। ਬਿਲਕੁਲ, ਦੁੱਧ ਅੱਜ ਅਸੀਂ ਜੇ ਪੀ ਰਹੇ ਹਾਂ, ਜੇ ਡਾਕਟਰ ਕਹਿੰਦੇ ਨੇ ਵੀ ਇਹਨੂੰ ਇਸ ਤਰ੍ਹਾਂ ਵਰਤੋਂ, ਅਸੀਂ ਇੱਕ ਜ਼ਹਿਰ ਪੀ ਰਹੇ ਹਾਂ, ਇੱਥੋਂ ਹੀ ਅੱਗੇ ਬਿਮਾਰੀਆਂ ਪੈਦਾ ਹੁੰਦੀਆਂ ਨੇ। ਜੇਕਰ ਬਿਲਕੁਲ ਵੈਸ਼ਨੂੰ ਬੰਦਾ ਕਹਿੰਦਾ ਮੈਂ ਦੁੱਧ ਦਹੀਂ ਵਗੈਰਾ ਖਾਂਦਾ ਜੀ, ਉਹ ਫਿਰ ਮਿਲਾਵਟੀ ਚੀਜ਼ਾਂ ਦੇ ਜਿਹੜੇ ਤੱਤ ਨੇ ਉਹ ਆਪਣੇ ਅੰਦਰ ਅਸੀਂ ਲੈ ਕੇ ਜਾਂਦੇ ਹਾਂ, ਜਿੱਥੋਂ ਸਰੀਰ ਵਿੱਚ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ। ਉਸ ਤੋਂ ਬਿਨਾਂ ਅੱਗੇ ਜੇਕਰ ਆਪਾਂ ਚੱਲੀਏ, ਟਾਈਮ ਦਾ ਵੀ ਬਹੁਤ ਧਿਆਨ ਰੱਖਣਾ ਪੈਣਾ ਹੈ। ਇਹ ਜੋ ਬਜ਼ਾਰੂ ਚੀਜ਼ਾਂ ਜੋ ਵਿਕਦੀਆਂ ਨੇ ਗਗਨ ਜੀ, ਉਹਦੇ ਵਿੱਚ 101% ਮਿਲਾਵਟ ਕਿਸੇ ਨਾ ਕਿਸੇ ਪਾਸਿਓਂ ਪੱਕੀ ਹੈ। ਬਿਲਕੁਲ ਬਿਲਕੁਲ। ਤੇ ਇਹ ਦੇਖੋ, ਜਿਹੜਾ ਅਸੀਂ ਜਿਵੇਂ ਬੱਚੇ ਦੀ ਗੱਲ ਕਰਕੇ ਹਟੇ ਹਾਂ, ਉਸ ਤੋਂ ਬਾਅਦ ਸਾਡੀਆਂ ਖੁਸ਼ੀਆਂ ਹੁੰਦੀਆਂ ਨੇ, ਵਿਆਹ ਸ਼ਾਦੀ ਵਾਲੀਆਂ, ਕੋਈ ਫੰਕਸ਼ਨ ਪ੍ਰੋਗਰਾਮ ਬੱਚਿਆਂ ਦੇ ਜਨਮ ਦਿਨ ਵਗੈਰਾ ਦਾ, ਉਹਦੇ ਵਿੱਚ ਅਸੀਂ ਵਿਆਹਾਂ ਦੇ ਵਿੱਚ ਜੋ ਕੈਟਰਿੰਗ ਦਾ ਸਮਾਨ ਵਰਤਦੇ ਹਾਂ, ਸਾਰਾ ਕੁਛ ਵਰਤਦੇ ਹਾਂ, ਉਹਦੇ ਵਿੱਚ ਇਸ ਵੇਲੇ ਪੂਰੀ ਰੱਜ ਕੇ ਮਿਲਾਵਟ ਕੀਤੀ ਜਾਂਦੀ ਹੈ। ਬਿਲਕੁਲ ਬਿਲਕੁਲ। ਜਿਹੜਾ ਅਸੀਂ ਅੰਦਰ ਲਗਾਉਂਦੇ ਹਾਂ ਤੇ ਸਾਨੂੰ ਤਾਂ ਇਹ ਨੀ ਪਤਾ ਵੀ ਅਸੀਂ ਖਾਣਾ ਕੀ ਹੈ, ਉਧਰ ਤੱਤੀ ਤੱਤੀ ਗੁਲਾਬ ਜਾਮਣ ਹੁੰਦੀ ਹੈ ਤੇ ਬਾਅਦ ਚ ਕਹਿੰਦੇ ਆਈਸਕ੍ਰੀਮ ਦੇ ਦੋ। ਬਿਲਕੁਲ।
ਉਸ ਤੋਂ ਬਾਅਦ ਬਹੁਤੀ ਗੱਲ ਨਾ ਕਰਾਂ, ਤੁਹਾਡੇ ਆਪਣੇ ਸ਼ਹਿਰ ਪਟਿਆਲੇ ਦੇ ਵਿੱਚ ਹਾਲੇ 10 ਦਿਨ ਪਹਿਲਾਂ ਇੱਕ ਲੜਕੀ ਜਿਹਦਾ ਜਨਮ ਦਿਨ ਸੀ ਬੱਚੀ ਦਾ, ਤੇ ਉਹ ਕੇਕ ਲੈ ਕੇ ਆਉਂਦੀ ਆ ਤੇ ਉਹ ਕੇਕ ਦੇ ਕਾਰਨ ਆਪਣੇ ਜਨਮ ਦਿਨ ਮਰ ਜਾਂਦੀ ਆ, ਉਹਦੇ ਜਿਹੜੇ ਸੈਂਪਲ ਵਗੈਰਾ ਨੇ ਹੁਣ ਤੱਕ ਭਰੇ ਜਾ ਰਹੇ। ਬਿਲਕੁਲ ਬਿਲਕੁਲ, ਮੁੱਖ ਦੀ ਗੱਲ ਇਹੀ ਆ ਜੀ ਵੀ ਸਾਡਾ ਜਿਹੜਾ ਸਮਾਜ ਹੈ, ਸਾਡੇ ਜਿਵੇਂ ਕਈ ਸਰੋਤਿਆਂ ਨੇ ਮੈਸੇਜ ਭੇਜੇ ਨੇ ਪੈਸੇ ਦੇ ਲਾਲਚ ਵਿੱਚ ਸਭ ਕੁਝ ਹੋ ਰਿਹਾ, ਇਹਦਾ ਹੱਲ ਇੱਕੋ ਹੀ ਹੈ ਕਿ ਬਾਜ਼ਾਰੂ ਬਿਲਕੁਲ ਵੀ ਚੀਜ਼ਾਂ ਨਾ ਖਾਓ, ਖਾਸ ਤੌਰ ਤੇ ਫਾਸਟ ਫੂਡ ਜਿਹੜਾ ਅੱਜ ਸਾਡਾ ਚੇਤਾ ਬਣ ਚੁੱਕਿਆ। ਤੁਸੀਂ ਦੇਖੋ ਗਗਨ ਜੀ, ਤੁਸੀਂ ਆਪਣੇ ਘਰ ਦੇ ਕਿਆਰੀ ਦੇ ਵਿੱਚ, ਘਰ ਦੇ ਗਮਲਿਆਂ ਦੇ ਵਿੱਚ ਥੋੜੀਆਂ ਥੋੜੀਆਂ ਚੀਜ਼ਾਂ ਲਾ ਲਓ, ਤੁਹਾਨੂੰ ਉੱਥੋਂ ਸ਼ੁੱਧਤਾ ਦਾ ਪਤਾ ਲੱਗੂ। ਪਤੀਨੇ ਦੀ ਚਟਣੀ ਖਾ ਕੇ ਰਾਜੀ ਨੀ ਕੋਈ, ਜਿਹੜੀ ਸਾਡੇ ਲਈ ਬਹੁਤ ਵਧੀਆ ਗੱਲ ਆ, ਹਰੀ ਮਿਰਚ ਗਮਲਿਆਂ ਚ ਲਾਓ, ਤਾਜ਼ੀ ਤੋੜ ਕੇ ਖਾਓ। ਸਾਡੇ ਘਰੇ ਕਿਆਰੀ ਛੋਟੀ ਲੱਗੀ ਆ, ਵਿੱਚ ਲਸਣ, ਵਿੱਚ ਪਿਆਜ਼, ਵਿੱਚ ਉਹਦੇ ਪਤੀਨਾ, ਵਿੱਚ ਮਤਲਬ ਕਿ ਵੀ ਸੌਂਫ ਤੱਕ ਇੰਨੀਆਂ ਚੀਜ਼ਾਂ ਲਾਈਆਂ ਨੇ, ਉਹ ਮਿਲਾਵਟ ਵਾਲਾ ਬਾਹਰਲਾ ਸਮਾਨ ਸੁਣ ਵਰਤਣ ਦੀ ਲੋੜ ਨੀ ਪੈਂਦੀ। ਸੋ ਜੇਕਰ ਅਸੀਂ ਬਚਣਾ, ਆਪਣਾ ਸਮਾਜ ਬਚਾਉਣਾ, ਬੱਚਿਆਂ ਨੂੰ ਬਚਾਉਣਾ, ਜਿਹੜਾ ਮਿਲਾਵਟੀ ਭੋਜਨ ਪਦਾਰਥ ਆ ਉਹ ਤੋਂ ਬਚਣਾ ਚਾਹੀਦਾ। ਪਰ ਕੀ ਕੀਤਾ ਜਾਵੇ, ਮਿਲਾਵਟ ਤਾਂ ਹਰ ਪੈਕਟ, ਹਰ ਚੀਜ਼, ਹਰ ਮੋੜ ਤੇ ਸਾਨੂੰ ਅੱਗੇ ਹੋ ਕੇ ਟੱਕਰਦੀ ਆ, ਪਰ ਸੁਚੇਤ ਰਹਿਣਾ ਸਾਡਾ ਫਰਜ਼ ਹੈ। ਅੱਜ ਦੇ ਵਿਸ਼ੇ ਲਈ ਤੁਸੀਂ ਬਹੁਤ ਬਹੁਤ ਜਗਾਉਣ ਵਾਲੀ ਗੱਲ ਕੀਤੀ ਹੈ, ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਬਲਵੀਰ ਬਾਬੂ ਜੀ, ਬਹੁਤ ਸੋਹਣੇ ਵਿਚਾਰਾਂ ਦੀ ਸਾਂਝ ਪਾਈ, ਇਸ ਮੰਚ ਤੇ ਤੁਸੀਂ ਜੁੜੇ ਸ਼ੋ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਬਲਵੀਰ ਬਾਬੂ ਜੀ ਨੇ ਬਹੁਤ ਸੋਹਣੀਆਂ ਗੱਲਾਂ ਦੀ ਸਾਂਝ ਪਾਈ ਆ। ਸੋ ਦੇਖੋ ਕਿਸ ਤਰੀਕੇ ਦੇ ਨਾਲ ਮਿਲਾਵਟ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਅਸਰ ਪਾ ਰਹੀ ਹੈ। ਸੋ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸੁਨੇਹੇ ਨੇ ਜਿਨ੍ਹਾਂ ਦੀ ਆਪਾਂ ਨਾਲ ਨਾਲ ਸਾਂਝ ਪਾਉਂਦੇ ਰਹਾਂਗੇ। ਦਵਿੰਦਰ ਕੌਰ ਧਾਲੀਵਾਲ ਜੀ ਅਮਰੀਕਾ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਸੋ ਸਤਿ ਸ਼੍ਰੀ ਅਕਾਲ ਪੂਰੇ ਪਰਿਵਾਰ ਨੂੰ ਪਹੁੰਚ ਗਿਆ। ਨਵੀਨ ਕਿਰਨ ਜੀ ਜਿਹੜੇ ਆ ਕਹਿ ਰਹੇ ਆ ਵੈਰੀ ਨਾਈਸ ਇੰਪੋਰਟੈਂਟ ਟੋਪਿਕ ਕੀ ਪਿਟ ਅਪ ਗਗਨਦੀਪ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਸੁਖਪਾਲ ਜੀ ਜਿਹੜੇ ਆ ਨੈਸ਼ਨਲ ਕਲੋਨੀ ਗਲੀ ਨੰਬਰ 12 ਤੋਂ ਕਹਿ ਰਿਹਾ ਜੀ ਗਗਨ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਬਹੁਤ ਸ਼ੁਕਰੀਆ, ਵਧੀਆ ਗੱਲਬਾਤ ਜੀ। ਸੋ ਨਾਲ ਹੀ ਨਵੀਨ ਜੀ ਕਹਿ ਰਿਹਾ ਸ਼ਰਨਜੀਤ ਜੀ ਦੀਆਂ ਗੱਲਾਂ ਬਹੁਤ ਹੀ ਸਹੀ ਤੇ ਬਹੁਤ ਸੋਹਣੀਆਂ ਸੀ। ਗੁਰਮੀਤ ਕੌਰ ਜੀ ਜਿਹੜੇ ਆ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਬਹੁਤ ਸਾਰੇ ਸੁਨੇਹੇ ਪਹੁੰਚਦੇ ਨੇ। ਦੀਪ ਲਾਈਵ ਬਿਲਕੁਲ ਸਹੀ ਗਿਆਨ ਦੇ ਲਈ, ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ। ਸਕੂਨ ਉਧਾਰ ਦੀਪ ਲਾਈਵ ਜਿੱਧਰ, ਸਕੂਨ ਉਧਰ ਦੀਪ ਲਾਈਵ ਜਿੱਧਰ, ਕਿਆ ਬਾਤ ਹੈ ਜੀ। ਸੋ ਸੋਹਣੀਆਂ ਸੋਹਣੀਆਂ ਕੋਟੇਸ਼ਨ ਤੁਸੀਂ ਬਣਾ ਰਹੇ ਹੋ। ਕਰਨੈਲ ਗਿੱਲ ਜੀ ਜਿਹੜੇ ਆ ਸਤਿ ਸ਼੍ਰੀ ਅਕਾਲ ਬੁਲਾ ਰਹੇ, ਪ੍ਰੀਤੀ ਜੀ ਸ਼ੇਰੋਂ ਤੋਂ। ਬੀ ਸਿੰਘ ਕੁਹਾਰ ਜੀ ਕਹਿ ਰਹੇ ਕਿ ਅਸੀਂ ਜਦੋਂ ਚੰਗੀ ਚੀਜ਼ ਦਾ ਸਹੀ ਮੁੱਲ ਨਹੀਂ ਲਗਾਉਂਦੇ ਹਾਂ ਤਾਂ ਹੀ ਦੁਕਾਨਦਾਰ ਦਾ ਦਿਮਾਗ ਜਿਹੜਾ ਉਹ ਗ੍ਰਾਹਕ ਦਾ ਦਿਮਾਗ ਦੁਕਾਨਦਾਰ ਪੜ੍ਹ ਕੇ ਉਸਨੂੰ ਘਟੀਆ ਚੀਜ਼ ਦੇ ਦਿੰਦਾ। ਗਿੱਲ ਆਂਟੀ ਜੀ ਦੀਆਂ ਗੱਲਾਂ ਬਹੁਤ ਸੱਚੀਆਂ ਸਨ, ਅਸੀਂ ਸੁਣ ਰਹੇ ਹਾਂ। ਮਲਕੀਤ ਸਿੰਘ ਜੀ ਜਿਹੜੇ ਆ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਅਤੇ ਜਸਵੀਰ ਭਲੂਰੀਆ ਜੀ ਕਹਿ ਰਹੇ ਬਹੁਤ ਹੀ ਕੀਮਤੀ ਵਿਚਾਰ ਬਲਵੀਰ ਬੱਬੀ ਜੀ ਦੇ। ਸੋ ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਹੁਣ ਆਪਣਾ ਰੇਡੀਓ 'ਤੇ ਜਿਹੜਾ ਸਮਾਂ ਹੋ ਚੱਲਿਆ ਸਮਾਪਤ, ਪਰ ਫੇਸਬੁੱਕ 'ਤੇ ਪ੍ਰੋਗਰਾਮ ਕੰਟੀਨਿਊ ਰਹੇਗਾ। ਜਿਹਨਾਂ ਦੀਆਂ ਕਾਲਸ ਨਹੀਂ ਲੱਗੀਆਂ ਨੇ ਉਹਨਾਂ ਸਾਰਿਆਂ ਦੇ ਨਾਲ ਆਪਾਂ ਸਾਂਝ ਬਣਾਵਾਂਗੇ। ਸੋ ਤੁਸੀਂ ਰੇਡੀਓ ਚੰਨ ਪਰਦੇਸੀ ਦੇ ਨਾਲ ਜੁੜੇ ਰਹਿਣਾ, ਜਾਣਾ ਕਿਤੇ ਨਹੀਂ ਹੈ। ਫਿਲਹਾਲ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਦੇ ਨਾਲ ਫੇਸਬੁੱਕ 'ਤੇ ਲਾਈਵ ਕੰਟੀਨਿਊ ਰਹਿਣ ਵਾਲਾ ਹੈ। ਅਤੇ ਤੁਹਾਡੀਆਂ ਸਾਰਿਆਂ ਦੀਆਂ ਆਪਾਂ ਗੱਲਾਂ ਵੀ ਜਾਣਾਂਗੇ, ਤੁਹਾਡੇ ਸਾਰਿਆਂ ਦੇ ਵਿਚਾਰ ਜਿਹੜੇ ਉਹਨਾਂ ਦੀ ਵੀ ਸਾਂਝ ਇਸ ਪ੍ਰੋਗਰਾਮ 'ਚ ਐਵੇਂ ਪੈਂਦੀ ਰਹੂਗੀ। ਪਰ ਨਾਲ ਨਾਲ ਮੈਂ ਤੁਹਾਡੇ ਸੁਨੇਹੇ ਜਿਹੜੇ ਆ ਵਟਸਐਪ ਦੇ ਜ਼ਰੀਏ ਮੇਰੇ ਕੋਲ ਪਹੁੰਚੇ ਨੇ, ਉਹਨਾਂ ਦੀ ਸਾਂਝ ਵੀ ਮੈਂ ਪਾ ਦੇਵਾਂ। ਸੋ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਗੁਰਦੀਸ਼ ਕੌਰ ਜੀ ਗਰੇਵਾਲ ਕੈਲਗਰੀ ਤੋਂ ਕਹਿ ਰਹੇ ਹੈ ਗਗਨ ਜੀ ਬਲਵੀਰ ਬੱਬੀ ਜੀ ਦੀਆਂ ਗੱਲਾਂ ਵਿਚਾਰ ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ। ਸਿਕੰਦਰ ਸਿੰਘ ਔਜਲਾ ਜੀ ਕਾਲ ਦੇ ਜ਼ਰੀਏ ਬਹੁਤ ਜਲਦੀ ਸਾਂਝ ਬਣਾਉਂਦੇ ਹਾਂ ਸਿਕੰਦਰ ਜੀ ਤੁਹਾਡੇ ਨਾਲ। ਮੱਖਣ ਜੀ ਫਰਾਂਸ ਤੋਂ ਤੁਹਾਡੇ ਵੱਲ ਵੀ ਆ ਰਹੇ ਹੈ ਮੱਖਣ ਜੀ, ਬਹੁਤ ਸਾਰੀਆਂ ਕਾਲਸ ਨੇ। ਸੁਦਰਸ਼ਨ ਗੁਪਤਾ ਜੀ ਤੁਹਾਡੇ ਨਾਲ ਵੀ ਸਾਂਝ ਬਣਾਵਾਂਗੇ। ਸੋ ਬਹੁਤ ਸਾਰੇ ਕਾਲਸ ਜਿਹੜੀਆਂ ਨੇ ਅੱਜ ਡਰੋਪ ਹੋਈਆਂ ਨੇ, ਕੋਸ਼ਿਸ਼ ਰਹੂਗੀ ਸਭ ਦੇ ਨਾਲ ਸਾਂਝ ਬਣਾਈ ਜਾਵੇ। ਜੱਸੀ ਚਾਹਲ ਜੀ ਮਲੇਰਕੋਟਲਾ ਤੋਂ ਸਾਡੇ ਨਾਲ ਜੁੜੇ ਹੋਏ ਨੇ ਜੀ, ਔਰ ਨਾਲ ਹੀ ਗੁਰਵਿੰਦਰ ਜੀ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਅਤੇ ਨਵੀਨ ਕਿਰਨ ਧਵਨ ਜੀ ਜਿਹੜੇ ਆ ਉਹਨਾਂ ਦੇ ਵੱਲੋਂ ਬਹੁਤ ਸਾਰੇ ਥੰਬਸ ਅਪ ਪਹੁੰਚ ਚੁੱਕੇ ਨੇ, ਬਹੁਤ ਬਹੁਤ ਸ਼ੁਕਰੀਆ। ਅਤੇ ਨਾਲ ਹੀ ਅਗਲਾ ਜਿਹੜਾ ਸੁਨੇਹਾ ਬਲਜੀਤ ਜੀ ਸਟਟਗਾਰਡ ਜਰਮਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਬਹੁਤ ਸਾਰੇ ਮਿਸ ਕਾਲ ਇਹਨਾਂ ਦੇ ਵੱਲੋਂ ਵੀ, ਸੁਖਵਿੰਦਰ ਸੁਖੀ ਜੀ ਜਿਹੜੇ ਨਿਊਜਰਸੀ ਵਾਲੇ ਉਹ ਵੀ ਸਾਡੇ ਨਾਲ, ਗੁਰਜੀਤ ਜੀ, ਸ਼ਰਨਜੀਤ ਜੀ ਇਟਲੀ ਤੋਂ,
ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ ਤੇ ਨਾਲ ਹੀ ਜਗਦੀਸ਼ ਜੀ ਅੰਮ੍ਰਿਤਸਰ ਤੋਂ, ਮਨਜੀਤ ਜੀ ਇਟਲੀ ਤੋਂ, ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ ਤੇ ਨਾਲ ਹੀ ਵਿਜੇ ਜੀ ਜਿਹੜੇ ਆ ਉਹ ਬਠਿੰਡਾ ਤੋਂ ਸਾਡੇ ਨਾਲ ਜੁੜੇ ਨੇ, ਪਰਮਜੀਤ ਅਗਰਵਾਲ ਜੀ ਜੋ ਮੋਟੀਵੇਸ਼ਨਲ ਸਪੀਕਰ ਨੇ ਉਹ ਵੀ ਇਸ ਵੇਲੇ ਸਾਡੇ ਨਾਲ, ਰਵਿੰਦਰ ਕੌਰ ਜੀ ਲੁਧਿਆਣਾ ਤੋਂ, ਰੁਪਿੰਦਰ ਸਿੰਘ ਸ਼ੇਰਗਿੱਲ ਜੀ ਇਟਲੀ ਤੋਂ, ਇੰਦਰਜੀਤ ਜੀ ਆਸਟ੍ਰੇਲੀਆ ਮੈਲਬੋਰਨ ਤੋਂ, ਬੂਟਾ ਸਿੰਘ ਜੀ ਗੁਲਾਮੀ ਵਾਲੇ ਉਹ ਵੀ ਸਾਡੇ ਨਾਲ ਜੀ ਪ੍ਰੋਗਰਾਮ 'ਚ, ਤੇ ਸੂਰਜ ਪ੍ਰਕਾਸ਼ ਜੀ ਦੀਨਾਨਗਰ ਤੋਂ, ਰਮਨ ਵਰਮਾ ਜੀ ਹਨੂੰਮਾਨਗੜ੍ਹ ਤੋਂ, ਇੰਦਰਜੀਤ ਜੀ ਥਾਈਲੈਂਡ ਬੈਂਕਾਕ ਤੋਂ, ਰਾਕੇਸ਼ ਜੀ ਸਿਡਨੀ ਤੋਂ, ਅੱਜ ਬੜੇ ਦਿਨਾਂ ਬਾਅਦ ਸਾਡੇ ਨਾਲ ਲਾਈਵ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਸੋ ਰਾਕੇਸ਼ ਜੀ ਲਾਈਵ ਸੁਣ ਰਿਹਾ, ਬਹੁਤ ਬਹੁਤ ਸ਼ੁਕਰੀਆ ਰਾਕੇਸ਼ ਜੀ ਤੁਹਾਡਾ ਵੀ ਇਸ ਪ੍ਰੋਗਰਾਮ ਨੂੰ ਲਾਈਵ ਸੁਣਨ ਦੇ ਲਈ ਤੇ ਸਾਡੇ ਨਾਲ ਚੱਲਣ ਦੇ ਲਈ। ਮਨਪ੍ਰੀਤ ਜੀ ਜਿਹੜੇ ਆ ਜੈਤੋਂ ਮੰਡੀ ਤੋਂ ਪ੍ਰੋਗਰਾਮ ਦੇ ਨਾਲ ਇੱਕ ਨਵੇਂ ਪਰਿਵਾਰਕ ਮੈਂਬਰ ਜਿਨ੍ਹਾਂ ਦਾ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ ਸਾਡੇ ਸਵੇਰੇ 'ਚ ਆਉਣ ਦੇ ਲਈ। ਦਰਸ਼ਨ ਸਿੰਘ ਜੀ ਪਿੰਡ ਕ੍ਰਿਸ਼ਨਪੁਰਾ ਤੋਂ, ਮਲਕੀਤ ਸਿੰਘ ਜੀ ਕੜੀ ਸਾਜ, ਮਨਪ੍ਰੀਤ ਕੌਰ ਜੀ ਪਿੰਡ ਵਾਂਦਰ ਤੋਂ ਪ੍ਰੋਗਰਾਮ ਦੇ ਨਾਲ, ਮਨਪ੍ਰੀਤ ਜੀ ਵੱਲੋਂ ਵੀ ਬਹੁਤ ਸਾਰੇ ਸੁਨੇਹੇ ਜਿਹੜੇ ਪਹੁੰਚੇ ਆ, ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਨਰਿੰਦਰ ਕੁਮਾਰ ਜੀ ਵੀ ਪ੍ਰੋਗਰਾਮ ਦੇ ਨਾਲ ਜੁੜਿਆ, ਰਾਮ ਸਿੰਘ ਜੀ ਫੁੱਲੋ ਮਿੱਟੀ ਤੋਂ, ਮਨਮੋਹਨ ਜੀ ਨਿਊ ਜਰਸੀ ਤੋਂ, ਕਸ਼ਮੀਰ ਕੌਰ ਜੀ ਸਿਆਟਲ ਤੋਂ, ਭੀਮ ਸੈਨ ਜੀ ਜਿਹੜੇ ਬਠਿੰਡਾ ਤੋਂ, ਤੇ ਵਿਸ਼ਾਲ ਕੁਮਾਰ ਜੀ ਇਟਲੀ ਤੋਂ ਪ੍ਰੋਗਰਾਮ ਦੇ ਨਾਲ, ਜਗਵੰਤ ਮਾਹੀ ਜੀ ਜਿਹੜੇ ਵਿਨੀਪੈਗ ਤੋਂ, ਪਿਰਥੀ ਜੀ ਸ਼ੇਰੋਂ ਤੋਂ ਪ੍ਰੋਗਰਾਮ ਦੇ ਨਾਲ ਸਾਂਝ ਬਣਾ ਚੁੱਕੇ ਨੇ, ਜਗਜੀਤ ਮੱਟੂ ਜੀ ਜਿਹੜੇ ਆ ਮੌੜ ਖੁਰਦ